ਇਸ ਵਾਰ ਦੀਆਂ ਪੰਚਾਇਤੀ ਚੋਣਾਂ ਦੇ ਵਿੱਚ ਸਭ ਤੋਂ ਮਾੜੀ ਗੱਲ ਉਹ ਇਹ ਸੀ ਕਿ ਸਰਪੰਚੀ ਦੇ ਐਤਕੀ ਬੋਲੀਆਂ ਲੱਗੀਆਂ ਨੇ, ਇੰਨੇ ਲੱਖ ਦੇਊਂਗਾ ਜੀ, ਦੂਜਾ ਕਹਿੰਦਾ ਮੈਂ ਇੰਨੇ ਲੱਖ ਦੇਊਂਗਾ ਜੀ। ਕੀ ਸਰਪੰਚੀ ਦਾ ਮਾਪਦੰਡ ਇਹ ਸਹੀ ਹੈ? ਅੱਜ ਤੋਂ ਪਹਿਲਾਂ, ਇਸ ਵਾਰ ਤੋਂ ਪਹਿਲਾਂ ਕਦੇ ਵੀ ਇਸ ਤਰ੍ਹਾਂ ਦੀ ਬੋਲੀ ਲੱਗਣ ਵਾਲੀ ਗੱਲ ਇਤਿਹਾਸ ਦੇ ਵਿੱਚ ਨਹੀਂ ਹੋਈ। ਮੈਨੂੰ ਉਹ ਗਾਣਾ ਯਾਦ ਆ ਜਾਂਦਾ ਹੈ ਪੰਚਾਇਤੀ ਰਾਜ ਦੇ ਉੱਤੇ ਕਿ ਲੈ ਲੈ ਵੇ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ। ਜਦੋਂ ਇਹ ਗਾਣੇ ਬਣੇ ਨੇ ਪਿਛਲੇ ਸਮੇਂ ਦੇ ਵਿੱਚ, ਤਾਂ ਇਹ ਵੀ ਸਾਡੇ ਲਈ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਹੈਗਾ ਗਾ ਵੀ ਇਹ ਕਿਉਂ ਬਣੇ ਨੇ ਗਾਣੇ। ਮੈਨੂੰ ਸ਼ਬਦ ਇੱਕ ਆਪਣੇ ਆਪ ਦੇ ਵਿੱਚ ਨਾ ਸੁੱਖੀ ਜੀ ਬਹੁਤ ਖੂਬਸੂਰਤ ਸ਼ਬਦ ਹੈ ਇਹ ਸਰਬਸੰਮਤੀ। ਪਰ ਇਹ ਸਰਬਸੰਮਤੀ ਦਾ ਮੈਂ ਜਨਾਜ਼ਾ ਕਹੂੰਗਾ ਕਿ ਉਦੋਂ ਕੱਢਿਆ ਗਿਆ ਜਦੋਂ ਇਹ ਗੱਲ ਕਹੀ ਗਈ ਕਿ ਫਲਾਣੇ ਬੰਦੇ ਕੋਲ ਪੈਸੇ ਵੱਧ ਨੇ ਅਤੇ ਉਹ ਵੱਡੀ ਬੋਲੀ ਲਾਊਗਾ ਅਤੇ ਅਸੀਂ ਉਸ ਨੂੰ ਆਪਣਾ ਨੁਮਾਇੰਦਾ ਬਣਾ ਦਈਏ। ਤੁਹਾਡੇ ਲਈ ਇੱਕ ਪਿੰਡ ਦਾ ਸਰਪੰਚ ਕਿਹੜੇ ਏਜੰਡਿਆਂ 'ਤੇ ਕੰਮ ਕਰਨ ਵਾਲਾ ਵਧੀਆ ਸਰਪੰਚ ਹੁੰਦਾ? ਜਦੋਂ ਨਾ ਇੱਕ ਸਰਪੰਚ ਸੁਖੀ ਜੀ ਇਹ ਗੱਲ ਸੋਚਣ ਲੱਗ ਪਵੇ ਕਿ ਸਾਡੇ ਪਿੰਡ ਦੇ ਵਿੱਚ ਮੇਰੇ ਪਿੰਡ ਦੇ ਵਿੱਚ ਸੱਤ ਪੰਚ ਨੇ, ਮੈਨੂੰ ਸੱਤਾਂ ਦੇ ਵਿੱਚੋਂ ਪੰਜ ਦੀ ਜ਼ਰੂਰਤ ਹੈ ਅਤੇ ਪੰਜ ਮੇਰੇ ਨਾਲ ਹੈਗੇ ਨੇ ਤਾਂ ਮੈਂ ਕੰਮ ਚਲਾ ਲੂੰਗਾ, ਤਾਂ ਇਹਦਾ ਮਤਲਬ ਉਹ ਜਿਹੜਾ ਸਰਪੰਚ ਹੈ ਉਹ ਕਿਤੇ ਨਾ ਕਿਤੇ ਫਰਾਕ ਦਿਲ ਨਹੀਂ ਹੈਗਾ, ਵੱਡਾ ਦਿਲ ਰੱਖ ਕੇ ਨਹੀਂ ਲੱਗ। ਸਰਪੰਚ ਉਹ ਕਾਮਯਾਬ ਹੈ ਜਿਹਦੇ ਨਾਲ 100% ਹੋਣ। ਉਹ ਨਿਕੰਮਾ ਸਰਪੰਚ ਹੁੰਦਾ ਜਿਹੜਾ ਇਹ ਗੱਲ ਆਪਣੇ ਮਨ ਦੇ ਵਿੱਚ ਲੈ ਕੇ ਆਉਂਦਾ ਕਿ ਮੈਂ ਵੱਡਾ, ਪੰਚਾਇਤ ਸੈਕਟਰੀ ਛੋਟਾ ਹੈ। ਪੰਚਾਇਤ ਸੈਕਟਰੀ ਸੋਚਦਾ ਮੈਂ ਵੱਡਾ, ਮੇਰਾ ਸਰਪੰਚ ਛੋਟਾ ਹੈ। ਇੱਕ ਸਰਪੰਚ ਦੇ ਮਨ ਦੇ ਵਿੱਚ ਇਹ ਗੱਲ ਜੇਕਰ ਆ ਗਈ ਵੀ ਮੈਂ ਪਿੰਡ ਦਾ ਸਰਪੰਚ ਹਾਂ, ਮੇਰੇ ਸਕੂਲ ਦੇ ਵਿੱਚ ਜਿਹੜਾ ਮੁੱਖ ਅਧਿਆਪਕ ਹੈ ਉਹ ਹੁਣ ਮੇਰੇ ਤੋਂ ਛੋਟਾ ਹੈ, ਉਸ ਨੂੰ ਮੇਰੇ ਤੋਂ ਗਾਂਹ ਹੋਏਗੀ, ਅਤੇ ਮੈਂ ਜਦੋਂ ਕਦੇ ਕੋਈ ਮੀਟਿੰਗ ਕਰਾਂ ਤਾਂ ਉਹ ਮੇਰੇ ਘਰ ਆ ਕੇ ਮੀਟਿੰਗ ਕਰੇ। ਸਭ ਤੋਂ ਵੱਡਾ ਦੁਖਾਂਤ ਇਹ ਰਹਿੰਦਾ। ਸਰਪੰਚਾਂ ਨੂੰ ਇਸ ਗੱਲ ਦਾ ਭਾਵ ਪੂਰਵ ਢੰਗ ਦੇ ਨਾਲ ਪਤਾ ਹੋਣਾ ਚਾਹੀਦਾ ਕਿ ਜਿੰਨੀ ਦੇਰ ਤੱਕ ਉਹ ਆਪਣੀ ਨੌਜਵਾਨ ਪੀੜ੍ਹੀ ਨੂੰ ਸੰਭਾਲਣਗੇ ਨਹੀਂ, ਉਨੀ ਦੇਰ ਤੱਕ ਉਹ ਚਾਹੇ ਕੁਛ ਮਰਜ਼ੀ ਕਰੀ ਜਾਣ ਕਾਮਯਾਬ ਸਰਪੰਚ ਹੋ ਹੀ ਨਹੀਂ ਸਕਦੇ। ਮੈਨੂੰ ਨਾ ਉਦੋਂ ਬਹੁਤ ਦੁੱਖ ਹੁੰਦਾ ਜਦੋਂ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਇੰਨਾ ਨਸ਼ਾ ਹੈ। ਦੁੱਖ ਇਸ ਗੱਲ ਦਾ ਆਉਂਦਾ ਕਿਉਂਕਿ ਅਸੀਂ ਦੇਖੀਏ ਸੰਸਾਰ ਦੇ ਵਿੱਚ ਕਿੱਥੇ ਨਹੀਂ ਹੈਗਾ ਨਸ਼ਾ, ਨਸ਼ਾ ਸਾਰੇ ਕਿਤੇ ਹੈ ਜਦੋਂ ਦੀ ਗਲੋਬਲਾਈਜੇਸ਼ਨ ਦਾ ਦੌਰ ਆਇਆਗਾ। ਪਰ ਮਸਲਾ ਇਹ ਹੈ ਕਿ ਇੱਕ ਪਿੰਡ ਦੇ ਵਿੱਚ ਪਿੰਡ ਦੇ ਚੁਣੀ ਹੋਈ ਪੰਚਾਇਤ ਨੇ ਆਪਣੇ ਪਿੰਡ ਨੂੰ ਨਸ਼ਿਆਂ ਤੋਂ ਕਿਵੇਂ ਬਚਾਉਣਾ ਹੈ, ਆਪਣੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਕਿਵੇਂ ਬਚਾਉਣਾ ਹੈ, ਸਵਾਲ ਤਾਂ ਉਹਨਾਂ ਸਾਹਮਣੇ ਇਹ ਹੈ। ਜੇ ਇੱਕ ਸਰਪੰਚ ਚਾਹੇ ਤਾਂ ਆਪਣੇ ਪਿੰਡ ਦੇ ਵਿੱਚੋਂ ਨਸ਼ਾ ਮੁਕਤੀ ਦਾ ਬੋਰਡ ਲਾ ਸਕਦਾ 5 ਸਾਲਾਂ ਦੇ ਵਿੱਚ, ਇਹਦੇ ਲਈ ਬਹੁਤ ਜ਼ਿਆਦਾ ਕੁਛ ਕਰਨ ਦੀ ਜ਼ਰੂਰਤ ਨਹੀਂ ਹੈ। ਜੇ ਇੱਕ ਸਰਪੰਚ ਨੂੰ ਉਹਦੇ ਪਿੰਡ ਦੇ ਵਿੱਚ ਨਸ਼ੇ ਕਾਰਨ ਕਿਸੇ ਨੌਜਵਾਨ ਲੜਕੇ ਜਾਂ ਲੜਕੀ ਦੀ ਮੌਤ ਹੁੰਦੀ ਹੈ, ਜੇ ਪਿੰਡ ਦੇ ਸਰਪੰਚ ਨੂੰ ਪਤਾ ਨਹੀਂ ਹੈ, ਜੇ ਪਿੰਡ ਦਾ ਸਰਪੰਚ ਉਸ ਮਾਮਲੇ ਦੇ ਵਿੱਚੋਂ ਆਪਣੀਆਂ ਅੱਖਾਂ ਪਰਾਂ ਕਰਕੇ ਲੰਘਿਆ ਹੈ, ਇਹਦਾ ਮਤਲਬ ਕਾਇਰ ਹੈ, ਇਹਦਾ ਮਤਲਬ ਉਹ ਆਪਣੇ ਪਿੰਡ ਦੇ ਵਿੱਚ ਕੁਝ ਕਰਨਾ ਨਹੀਂ ਚਾਹੁੰਦਾ ਗਾ, ਇਹਦਾ ਮਤਲਬ ਉਹ ਸਰਪੰਚ ਇਹ ਚਾਹੁੰਦਾ ਵੀ ਮੇਰੇ ਪਿੰਡ ਦੇ ਵਿੱਚ ਮੌਤਾਂ ਇਸੇ ਤਰ੍ਹਾਂ ਹੀ ਨਸ਼ੇ ਦੇ ਕਾਰਨ ਹੋਰ ਹੁੰਦੀਆਂ ਰਹਿਣ। ਸਕੂਲਾਂ ਦੇ ਹੈੱਡ ਟੀਚਰ ਵੀ, ਸਕੂਲਾਂ ਦੀਆਂ SMC ਕਮੇਟੀਆਂ ਦੇ ਪ੍ਰਧਾਨ ਅਨਪੜ੍ਹ ਬੰਦੇ ਲਾਉਂਦੇ ਨੇ ਜੀ, ਤਾਂ ਕਿ ਉਹ ਸਵਾਲ ਨਾ ਕਰਨ। ਪੜ੍ਹੇ ਲਿਖੇ ਬੰਦੇ ਬਹੁਤ ਹੁੰਦੇ ਪਿੰਡ ਦੇ ਵਿੱਚ ਜੀ ਜੀ, ਉਹ ਤਾਲਮੇਲ ਕਰਕੇ ਪੰਚਾਇਤ ਨਾਲ ਕਲੱਬਾਂ ਨਾਲ ਮਿਲ ਕੇ ਬਹੁਤ ਕੁਝ ਕੀਤਾ ਜਾ ਸਕਦਾ। ਮੈਂ ਪੰਚਾਂ ਅਤੇ ਸਰਪੰਚਾਂ ਨੂੰ ਇਹ ਉਮੀਦ ਕਹਿਣਾ, ਇਹ ਅਪੀਲ ਕਰਦਾ ਕਿ ਤੁਹਾਡੇ ਵਿੱਚੋਂ ਰੱਬ ਦੇਖਦੇ ਨੇ ਲੋਕ, ਪਰ ਉਹ ਰੱਬ ਤੁਹਾਡੇ ਵਿੱਚੋਂ ਦਿਸਣਾ ਚਾਹੀਦਾ। ਮੈਨੂੰ ਉਦੋਂ ਦੁੱਖ ਆਉਂਦਾ, ਪਿਛਲੇ ਸਮੇਂ ਦੀ ਗੱਲ ਕਰਦਾ ਮੈਂ, ਹੁਣ ਦੀ ਨਹੀਂ, ਵੀ ਜਦੋਂ ਪੰਚਾਇਤ ਵਾਲੇ ਬੈਠੇ ਹੋਏ ਇਹ ਫੈਸਲਾ ਕਰਦੇ ਨੇ ਵੀ ਯਾਰ ਆਪਣੇ ਆਹ ਪ੍ਰਿੰਸੀਪਲ ਅਤੇ ਹੈੱਡ ਮਾਸਟਰ ਜਾਂ ਸਾਹਿਬਾਨ ਦਾ ਲੈਟਰ ਆਇਆ ਗਾ ਲੈਟਰ ਹੈੱਡ ਦੇ ਉੱਤੇ ਵੀ ਉਹਨਾਂ ਨੇ ਇੱਕ ਮੈਂਬਰ ਲਿਆ, ਉਹ ਕਹਿੰਦੇ ਨੇ
ਐਂ ਕਰੋ ਯਾਰ ਆਹ ਬੰਦਾ ਵਿਹਲਾ ਇਸ ਨੂੰ ਚੱਲ ਭੇਜ ਦਿਓ ਆਪਾਂ ਮੈਂਬਰ ਦੇ ਦਿਓ ਉੱਥੇ। ਆਹ ਜਦੋਂ ਪੈਮਾਨਾ ਰੱਖਿਆ ਜਾਂਦਾ ਵੀ ਇਸ ਬੰਦੇ ਕੋਲ ਕੋਈ ਕੰਮ ਨਹੀਂ ਇਸ ਨੂੰ ਆਪਾਂ ਚਲੋ ਉੱਥੇ ਸਕੂਲ 'ਚ ਮੈਂਬਰ ਦੇ ਦਿੰਦੇ ਹਾਂਗੇ, ਇਹਦਾ ਮਤਲਬ ਸਭ ਤੋਂ ਵੱਡਾ ਦੁਖਾਂਤ ਹੈ। ਸਰਪੰਚਾਂ ਦੇ ਵਿੱਚ ਜਿੱਥੇ ਮਰਦ ਸਰਪੰਚ ਬਣਦੇ ਨੇ ਉੱਥੇ ਔਰਤਾਂ ਵੀ ਵੱਡੇ ਪੱਧਰ 'ਤੇ ਸਰਪੰਚ ਚੁਣੀਆਂ ਜਾਂਦੀਆਂ ਨੇ, ਮੈਂਬਰ ਚੁਣੀਆਂ ਜਾਂਦੀਆਂ ਨੇ। ਪਰ ਜਦੋਂ ਕਦੇ ਮੀਟਿੰਗ ਜਾਣ ਦਾ ਮੌਕਾ ਮਿਲਦਾ, ਜਦੋਂ ਪਿੰਡਾਂ ਦੇ ਵਿੱਚ ਕੰਮ ਕਰਦੇ ਦੇਖਣ ਦਾ ਮੌਕਾ ਮਿਲਦਾ ਤਾਂ ਉੱਥੇ ਸਰਪੰਚੀ ਜਿਹੜਾ ਘਰ ਵਾਲਾ ਟੱਕਰਦਾ ਜਾਂ ਪੁੱਤ ਟੱਕਰਦਾ, ਮਤਲਬ ਉਹ ਔਰਤ ਵਿਚਾਰੀ ਬਣ ਤਾਂ ਉਹਦੇ ਆਸਰੇ ਸਰਪੰਚੀ ਜਿੱਤੀ ਜਾਂਦੀ ਹੈ ਪਰ ਉਹ ਗੈਰ ਹਾਜ਼ਰ ਰਹਿੰਦੀ ਹੈ। ਜੇ ਕਿਸੇ ਪਿੰਡ ਦੀ ਸਰਪੰਚਣੀ ਹੋਵੇ ਅਤੇ ਸਰਪੰਚਣੀ ਆਪ ਲੀਡ ਕਰੇ ਤਾਂ ਉਸ ਪਿੰਡ ਦੀਆਂ ਜਿਹੜੀਆਂ ਔਰਤਾਂ ਨੇ ਉਹ ਵੱਡੇ ਪੱਧਰ ਦੇ ਉੱਤੇ ਜਾਗਰੂਕ ਹੋਣਗੀਆਂ, ਕਿਉਂਕਿ ਉਹਨਾਂ ਦੇ ਸਾਹਮਣੇ ਇੱਕ ਓਬਜੈਕਟ ਦੇ ਤੌਰ ਦੇ ਉੱਤੇ ਉਹ ਔਰਤ ਕੰਮ ਕਰੇਗੀ। ਜਦੋਂ ਉਹ ਔਰਤ ਇੱਕ ਆਈਡੀਅਲ ਔਰਤ ਦੇ ਤੌਰ ਦੇ ਉੱਤੇ ਸਰਪੰਚਣੀ ਬਣ ਕੇ ਤੁਰੇਗੀ, ਉਹਦੇ ਮਗਰ ਬਹੁਤ ਸਾਰੀਆਂ ਨਵੀਆਂ ਜਿਹੜੀਆਂ ਔਰਤਾਂ ਨੇਗੀਆਂ ਜਿਹੜੀਆਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਉਹ ਚਿਣਗ ਅੱਗੇ ਲੱਗਣ ਵਾਲੀ ਜਾਗਦੀ ਸੀ ਚਿੰਗਾਰੀ, ਉਹ ਭਾਂਬੜ ਬਣ ਕੇ ਜ਼ਰੂਰ ਅੱਗੇ ਆਵੇਗੀ ਅਤੇ ਬਹੁਤ ਵੱਡੇ ਪੱਧਰ ਦੇ ਉੱਤੇ ਇਸ ਗੱਲ ਦਾ ਫਰਕ ਪਵੇਗਾ। ਸਰਪੰਚ ਸਰਕਾਰੀ ਦਰਬਾਰੇ ਪਹੁੰਚ ਕੇ ਬਣਾਵੇ, ਕਿਹੜਾ ਮਚੌਧਰੇ ਵੀ ਸਰਪੰਚ ਨੂੰ ਚਲਾਉਂਦੇ ਨੇ। ਮੈਂ ਕਹਿਣਾ ਹੁੰਦਾ ਵੀ ਜਦੋਂ ਨਵੇਂ ਨਵੇਂ ਪੰਚ ਸਰਪੰਚ ਬਣਦੇ ਨੇ ਉਦੋਂ ਨਾ ਉਹਨਾਂ ਨੂੰ ਇਹੋ ਜਿਹੇ ਕਿਹੜਾ ਮਚੌਧਰੀਆਂ ਤੋਂ ਉਂਗਲ ਲਾਉਣ ਵਾਲਿਆਂ ਤੋਂ ਵੱਡੇ ਪੱਧਰ 'ਤੇ ਬਚਣ ਦੀ ਜ਼ਰੂਰਤ ਹੈਗੀ। ਸਤਿ ਸ਼੍ਰੀ ਅਕਾਲ, ਮੈਂ ਸੁੱਖੀ ਮੰਘਾਣੀਆ, ਤੁਸੀਂ ਦੇਖ ਰਹੇ ਹੋ ਸਰਲੇਖ ਪੌਡਕਾਸਟ। ਪੌਡਕਾਸਟ ਦੀ ਇਸ ਦੁਨੀਆ ਦੇ ਵਿੱਚ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਜ਼ਿੰਦਗੀ ਦਾ ਮਾਸਟਰ। ਜ਼ਿੰਦਗੀ ਦਾ ਮਾਸਟਰ ਇਸ ਪ੍ਰੋਗਰਾਮ ਦੀ ਲੜੀ ਦੇ ਤਹਿਤ ਅੱਜ ਤੁਹਾਨੂੰ ਮਿਲਾ ਰਹੇ ਹਾਂ ਪ੍ਰਿੰਸੀਪਲ ਦਰਸ਼ਨ ਸਿੰਘ ਬਰੇਟਾ, ਜਿਨ੍ਹਾਂ ਨੇ ਆਪਣੇ ਅਧਿਆਪਨ ਦੇ ਦੌਰਾਨ ਆਪਣੇ ਸਕੂਲ ਨੂੰ ਪੰਚਾਇਤਾਂ ਦੇ ਨਾਲ, ਕਲੱਬਾਂ ਦੇ ਨਾਲ, ਪਿੰਡਾਂ ਦੇ ਨਾਲ ਮਿਲ ਜੁਲ ਕੇ, ਅਸੀਂ ਉਹਦੇ ਚਸ਼ਮਜੀਤ ਗਵਾਹ ਹੈ। ਬੇਸ਼ੱਕ ਮੈਂ ਇਹਨਾਂ ਨੂੰ ਨਹੀਂ ਪੜ੍ਹਿਆ ਪਰ ਮੇਰੇ ਇਰਦ ਗਿਰਦ ਘੁੰਮਦੇ ਮੇਰੇ ਆਪਣੇ ਮੇਰੇ ਦੋਸਤ ਮਿੱਤਰ ਉਹਨਾਂ ਤੋਂ ਮੈਂ ਹਰ ਪਲ ਹਰ ਰੋਜ਼ ਇਹਨਾਂ ਬਾਰੇ ਬਹੁਤ ਕੁਛ ਸੁਣਿਆ, ਬਹੁਤ ਕੁਛ ਜਾਣਿਆ ਅਤੇ ਮੇਰਾ ਦਿਲ ਕਰਦਾ ਹੁੰਦਾ ਕਿ ਮੈਂ ਵਾਰ ਵਾਰ ਇਹਨਾਂ ਨੂੰ ਮਿਲਾਵਾਂ। ਅਤੇ ਪਿੰਡਾਂ 'ਚ ਬੈਠੇ ਹੋਏ ਮੇਰੇ ਸੂਝਵਾਨ, ਮੇਰੇ ਭੋਲੇ ਭਾਲੇ ਲੋਕੋ, ਤੁਸੀਂ ਮੈਂਬਰ ਸਰਪੰਚ ਚੁਣ ਲਏ ਨੇ। ਪਿੰਡਾਂ ਦੇ ਵਿੱਚ ਚੁਣੇ ਹੋਏ ਮੈਂਬਰੋ, ਚੁਣੇ ਹੋਏ ਸਰਪੰਚੋ, ਇਸ ਪੌਡਕਾਸਟ ਨੂੰ ਇਹਨਾਂ ਗੱਲਾਂ 'ਤੇ ਗੌਰ ਕਰਿਓ। ਤੁਹਾਡੇ ਤੋਂ ਆਉਣ ਵਾਲੇ 5 ਸਾਲਾਂ ਦੇ ਵਿੱਚ ਪਿੰਡ ਨਿਵਾਸੀ, ਘਰ ਦਾ ਹਰ ਬੰਦਾ, ਹਰ ਵਸਨੀਕ ਤੁਹਾਡੇ ਤੋਂ ਵੱਡੀਆਂ ਉਮੀਦਾਂ ਲਾਈ ਬੈਠਾ ਹੈ। ਹਰ 5 ਸਾਲਾਂ ਵੱਲ ਗੱਲਾਂ ਹੁੰਦੀਆਂ ਨੇ ਕਿ ਸਰਪੰਚ ਨੇ ਕੱਖ ਨਹੀਂ ਕੀਤਾ, ਤੁਸੀਂ ਕਿਹੜਿਆਂ 'ਚ ਆਉਣੇ ਹੋ ਇਹ 5 ਸਾਲਾਂ ਬਾਅਦ ਪਤਾ ਚੱਲੂਗਾ। ਪਿੰਡਾਂ ਦੇ ਵਿਕਾਸ, ਮੈਂਬਰਾਂ ਨੂੰ ਕਿਵੇਂ ਕੰਮ ਕਰਨਾ ਚਾਹੀਦਾ, ਸਰਪੰਚਾਂ ਨੂੰ ਕਿਵੇਂ ਕੰਮ ਕਰਨਾ ਚਾਹੀਦਾ, ਕੀ ਕਰਨਾ ਚਾਹੀਦਾ, ਬਹੁਤ ਸਾਰੀਆਂ ਗੱਲਾਂ ਕਰਨ ਦੇ ਲਈ ਮੇਰੇ ਨਾਲ ਹਾਜ਼ਰ ਨੇ ਪ੍ਰਿੰਸੀਪਲ ਦਰਸ਼ਨ ਸਿੰਘ ਬਰੇਟਾ ਜੀ। ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਸ ਵਾਰ ਦੀਆਂ ਪੰਚਾਇਤੀ ਚੋਣਾਂ ਦੇ ਵਿੱਚ ਸਭ ਤੋਂ ਮਾੜੀ ਗੱਲ ਉਹ ਇਹ ਸੀ ਕਿ ਸਰਪੰਚੀ ਦੇ ਅੱਗੇ ਬੋਲੀਆਂ ਲੱਗੀਆਂ ਨੇ, 1,00,000 ਦੇਊਂਗਾ ਜੀ, ਦੂਜਾ ਕਹਿੰਦਾ ਮੈਂ 1,00,000 ਦੇਊਂਗਾ ਜੀ।
ਕੀ ਸਰਪੰਚੀ ਦਾ ਮਾਪਦੰਡ ਇਹ ਸਹੀ ਹੈ? ਹਾਂਜੀ ਸੁਖੀ ਜੀ, ਤੁਸੀਂ ਬਹੁਤ ਹੀ ਜਿਹੜਾ ਅਹਿਮ ਸਵਾਲ ਹੈ ਉਹ ਪੰਚਾਇਤੀ ਰਾਜ ਨਾਲ ਸੰਬੰਧਿਤ ਕੀਤਾ ਹੈ। ਪੰਚਾਇਤੀ ਰਾਜ ਸਾਡੇ ਦੇਸ਼ ਦੇ ਵਿੱਚ ਗਰਾਸ ਰੂਟ ਲੈਵਲ 'ਤੇ ਪਿੰਡਾਂ ਦੇ ਵਿੱਚ ਇੱਕ ਮੁੱਢਲੇ ਪੱਧਰ ਦੇ ਉੱਤੇ ਜਿਹੜਾ ਰਾਜ ਭਾਗ ਹੈ, ਜਿਨ੍ਹਾਂ ਨੇ ਸਮਾਜਿਕ ਨਿਆਂ ਅਤੇ ਆਰਥਿਕ ਵਿਕਾਸ ਕਰਨਾ ਹੁੰਦਾ ਉਹਦੀ ਪ੍ਰਣਾਲੀ ਹੈ। ਅੰਗਰੇਜ਼ੀ ਦੇ ਵਿੱਚ ਇਸ ਨੂੰ PRI ਦੇ ਨਾਂ ਨਾਲ ਜਾਣ ਜਾਂਦਾ, ਪੰਚਾਇਤੀ ਰਾਜ ਇੰਸਟੀਟਿਊਸ਼ਨ ਜੀ। ਇਹ ਜਿਹੜਾ ਸਵਾਲ ਹੈ ਕਿ ਇਸ ਵਾਰੀ ਅੱਜ ਤੋਂ ਪਹਿਲਾਂ, ਇਸ ਵਾਰ ਤੋਂ ਪਹਿਲਾਂ ਕਦੇ ਵੀ ਇਸ ਤਰ੍ਹਾਂ ਦੀ ਬੋਲੀ ਲੱਗਣ ਵਾਲੀ ਗੱਲ ਇਤਿਹਾਸ ਦੇ ਵਿੱਚ ਨਹੀਂ ਹੋਈ। ਜੇ ਹੋਈ ਹੈ ਤਾਂ ਮੇਰੇ ਧਿਆਨ ਦੇ ਵਿੱਚ ਨਹੀਂ ਹੈ। ਹਾਂ, ਜੇ ਹੋਈ ਵੀ ਹੋਊਗੀ ਤਾਂ ਇੰਨੇ ਉੱਭਰਵੇਂ ਰੂਪ ਦੇ ਵਿੱਚ ਨਹੀਂ ਹੋਈ। ਜਦੋਂ ਅਸੀਂ ਸਰਪੰਚ ਸਾਹਿਬਾਨ ਜਾਂ ਪੰਚਾਇਤ ਮੈਂਬਰ ਚੁਣਨ ਦੀ ਗੱਲ ਕਰਦੇ ਹਾਂ ਤਾਂ ਉਸ ਸਮੇਂ ਨਾ ਮੈਨੂੰ ਕਿਤੇ ਨਾ ਕਿਤੇ ਇੱਕ ਬਹੁਤ ਪੁਰਾਣੀ ਕਹਾਣੀ ਹੈ ਜਿੱਥੋਂ ਇਹ ਪੰਚਾਇਤੀ ਰਾਜ ਸਿਸਟਮ ਸ਼ੁਰੂ ਹੋਇਆ। ਉੱਥੇ ਪੰਚ ਪਰਮੇਸ਼ਵਰ ਨਾਂ ਦੀ ਇੱਕ ਕਹਾਣੀ ਹੈ ਰਾਮ ਨਾਰਾਇਣ ਜੀ ਦੀ ਜੀ, ਅਤੇ ਉਸ ਕਹਾਣੀ ਦੇ ਵਿੱਚ ਇਹ ਗੱਲ ਦੀ ਖੂਬਸੂਰਤੀ ਹੈ ਕਿ ਉੱਥੇ ਜਿਹੜੇ ਪੰਚ ਪਰਮੇਸ਼ਵਰ, ਇਹ ਉਦੋਂ ਦੀਆਂ ਗੱਲਾਂ ਨੇ ਜਦੋਂ PRI ਸਿਸਟਮ ਹਲੇ ਬਣਿਆ ਨਹੀਂ ਸੀ ਸੰਵਿਧਾਨਕ ਤੌਰ ਦੇ ਉੱਤੇ, ਆਜ਼ਾਦੀ ਤੋਂ ਪਹਿਲਾਂ ਬਹੁਤ ਚਿਰ ਪਹਿਲਾਂ ਦੀਆਂ, ਅਤੇ ਉੱਥੇ ਆਪਣੀ ਸਕੇ ਭਰਾ ਅਤੇ ਰਿਸ਼ਤੇਦਾਰੀ ਦੇ ਵਿੱਚੋਂ ਹੋਣ ਦੇ ਬਾਵਜੂਦ ਵੀ, ਵੱਖ ਵੱਖ ਫਿਰਕੇ ਦੇ ਹੋਣ ਦੇ ਬਾਵਜੂਦ ਵੀ, ਧਰਮਾਂ ਦੇ ਵੱਖ ਵੱਖ ਹੋਣ ਦੇ ਬਾਵਜੂਦ ਵੀ, ਜਿਹੜੇ ਪੰਚ ਪਰਮੇਸ਼ਵਰ ਨੇ ਉਹਨਾਂ ਨੇ ਆਪਣਿਆਂ ਨੂੰ ਠੁਕਰਾਤਾ ਸੀ ਕਿਉਂਕਿ ਆਪਣਿਆਂ ਦੇ ਵਿੱਚ ਗਲਤੀ ਸੀ ਜੀ। ਜਦੋਂ ਪੰਚ ਪਰਮੇਸ਼ਵਰ ਬੈਠ ਕੇ ਫੈਸਲਾ ਕਰਦੇ ਸੀ ਉਦੋਂ ਉਸ ਧਿਰ ਨੂੰ, ਜਿਹੜੀ ਧਿਰ ਭਾਵੇਂ ਆਰਥਿਕ ਤੌਰ 'ਤੇ ਕਮਜ਼ੋਰ ਸੀ, ਭਾਵੇਂ ਉਹ ਸਮਾਜਿਕ ਤੌਰ ਦੇ ਉੱਤੇ ਉਹਦੇ ਕੋਲ ਜ਼ਿਆਦਾ ਪਹੁੰਚ ਨਹੀਂ ਸੀ, ਪਰ ਉਹ ਠੀਕ ਸੀ, ਉਹ ਜਸਟਿਸ ਮੰਗਦੀ ਸੀ, ਅਤੇ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਪੰਚਾਇਤਾਂ ਦੇ ਵਿੱਚ ਇਨਸਾਫ ਹੁੰਦਾ ਸੀ, ਪਰ ਉਹ ਪੰਚਾਇਤਾਂ ਕਦੇ ਵੀ ਬੋਲੀ ਲਾ ਕੇ ਨਹੀਂ ਚੁਣੀਆਂ ਗਈਆਂ ਸਨ। ਅੱਜ ਦਾ ਦੁਖਾਂਤ ਇਹ ਹੈ ਕਿ ਜਦੋਂ ਇਹ ਪੰਚਾਇਤੀ ਰਾਜ ਦੀ ਇਸ ਵਾਰੀ ਸ਼ੁਰੂ ਕਰਨ ਦੀ ਵਾਰੀ ਆਈ ਤਾਂ ਉਸ ਸਮੇਂ ਪਿੰਡਾਂ ਦੇ ਵਿੱਚ ਜਦੋਂ ਸਰਬਸੰਮਤੀ ਦੀ ਗੱਲ ਚੱਲੀ, ਮੈਨੂੰ ਸ਼ਬਦ ਇੱਕ ਆਪਣੇ ਆਪ ਦੇ ਵਿੱਚ ਨਾ ਸੁਖੀ ਜੀ ਬਹੁਤ ਖੂਬਸੂਰਤ ਸ਼ਬਦ ਹੈ ਇਹ ਸਰਬਸੰਮਤੀ, ਪਰ ਇਹ ਸਰਬਸੰਮਤੀ ਦਾ ਮੈਂ ਜਨਾਜ਼ਾ ਕਹੂੰਗਾ ਕਿ ਉਦੋਂ ਕੱਢਿਆ ਗਿਆ ਜਦੋਂ ਇਹ ਗੱਲ ਕਹੀ ਗਈ ਕਿ ਫਲਾਣੇ ਬੰਦੇ ਕੋਲ ਪੈਸੇ ਵੱਧ ਨੇ ਅਤੇ ਉਹ ਵੱਡੀ ਬੋਲੀ ਲਾਊਗਾ ਅਤੇ ਅਸੀਂ ਉਸ ਨੂੰ ਆਪਣਾ ਨੁਮਾਇੰਦਾ ਬਣਾ ਦਈਏ। ਉੱਥੇ ਇਹ ਨਹੀਂ ਦੇਖਿਆ ਗਿਆ ਵੀ ਉਹਦਾ ਪਿਛੋਕੜ ਕੀ ਹੈ, ਉਹ ਲੋਕਾਂ ਨੂੰ ਕਿੰਨਾ ਕੁ ਜਸਟਿਸ ਦੀ ਗੱਲ ਕਰ ਸਕਦਾ, ਉਹਦੇ ਖਾਨਦਾਨ ਦੇ ਵਿੱਚੋਂ ਕਿਹੜੇ ਕਿਹੜੇ ਲੋਕਾਂ ਨੇ ਅੱਗੇ ਰਹਿ ਕੇ ਮੋਤਬਰ ਦੇ ਤੌਰ ਦੇ ਉੱਤੇ ਸਮਾਜਿਕ ਕੰਮਾਂ ਦੇ ਵਿੱਚ ਹਿੱਸਾ ਲਿਆ ਅਤੇ ਲੋਕਾਂ ਨੂੰ ਇਨਸਾਫ ਦਵਾਇਆ, ਉੱਥੇ ਇਹ ਗੱਲ ਨਹੀਂ ਸੋਚੀ ਗਈ। ਅਤੇ ਮੈਨੂੰ ਇਹ ਸਭ ਤੋਂ ਜ਼ਿਆਦਾ ਦੁਖਾਂਤਕ ਹਿੱਸਾ ਲੱਗਿਆ, ਅਤੇ ਇਸ ਵਾਰੀ ਹੋਇਆ ਖਾਸ ਤੌਰ ਦੇ ਉੱਤੇ ਉਦੋਂ ਹੋਇਆ ਜਦੋਂ ਸਾਡੇ CM ਸਾਹਿਬ ਨੇ ਇਹ ਗੱਲ ਕਹੀ ਕਿ ਸਰਬਸੰਮਤੀਆਂ ਹੋਣੀਆਂ ਚਾਹੀਦੀਆਂ ਨੇ। ਸਰਬਸੰਮਤੀ ਦੇ ਬਾਰੇ ਵਿੱਚ ਵੀ ਮੇਰੇ ਮਨ ਦੇ ਵਿੱਚ ਬਹੁਤ ਤਰ੍ਹਾਂ ਦੇ ਖਿਆਲਾਤ ਨੇ, ਆਪਾਂ ਅਗਲੀ ਗੱਲਬਾਤ ਦੇ ਵਿੱਚ ਕਰਦੇ ਹਾਂ, ਪਰ ਇਹ ਮਾੜੀਆਂ ਗੱਲਾਂ ਨੇ, ਕੁੱਲ ਮਿਲਾ ਕੇ ਬੋਲੀਆਂ ਨਹੀਂ ਲੱਗਣੀਆਂ ਚਾਹੀਦੀਆਂ ਸੀ। ਹੁਣ 2024 ਦੇ ਵਿੱਚ ਵੋਟਾਂ ਪਈਆਂ, 2018 ਦੇ ਵਿੱਚ ਸਰਪੰਚ ਬਣੇ, ਮੈਂਬਰ ਚੁਣੇ, ਬਹੁਤ ਸਾਰੇ ਪਿੰਡਾਂ ਦੇ ਵਿੱਚ ਉਦੋਂ ਵੀ ਸਰਬਸੰਮਤੀਆਂ ਹੋਈਆਂ।
ਸਰਬਸੰਮਤੀ ਮੈਨੂੰ ਲੱਗਦਾ ਵੀ ਸਰਬਸੰਮਤੀ ਨੇ ਇੱਕ ਅਗਲਾ ਪੜਾਅ ਤੈਅ ਕਰਨਾ ਹੁੰਦਾ ਕਿ ਲੋਕ ਸੋਚਣ ਲਈ ਮਜਬੂਰ ਹੋ ਜਾਣ ਕਿ ਸਰਬਸੰਮਤੀ ਬਹੁਤ ਖੂਬਸੂਰਤ ਹੁੰਦੀ ਹੈ, ਇਹਦੇ ਰਿਜ਼ਲਟ ਬਹੁਤ ਅੱਛੇ ਨਿਕਲਦੇ ਹੈ, ਪਿੰਡ ਬਹੁਤ ਏਜੰਡੇ ਲੈ ਕੇ ਵਿਕਾਸ ਕਰਦਾ। ਮੈਂ ਇੱਕ ਤਾਂ ਇਹ ਵੀ ਸਰਬਸੰਮਤੀ ਨੂੰ ਅਗਲਾ ਪੜਾਅ ਕਿਹੜਾ ਤੈਅ ਕਰਨਾ ਚਾਹੀਦਾ, ਕੀ ਕਰਨਾ ਚਾਹੀਦਾ ਸਰਬਸੰਮਤੀ ਨੂੰ ਵੀ ਲੋਕ ਸੋਚ ਲਈ ਮਜਬੂਰ ਹੋ ਜਾਣ। ਜੇ ਇੱਕ ਪਿੰਡ 'ਚ ਹੁੰਦੀ ਹੈ ਤਾਂ ਆਲੇ ਦੁਆਲੇ 25-50 ਪਿੰਡ 25-25 ਲੱਖ ਲਾ ਕੇ 50-50 ਲੱਖ ਲਾ ਕੇ ਸਰਪੰਚ ਜਿਹੜੇ ਪਾਸੇ ਨਾ ਤੁਰਨ, ਇਹ ਸੋਚਣ ਵੀ ਸਰਬਸੰਮਤੀ ਕਰਕੇ ਹੀ ਵਿਕਾਸ ਹੋ ਸਕਦਾ। ਸੁਖੀ ਜੀ, ਸਰਬਸੰਮਤੀ ਸ਼ਬਦ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਸੁਣਦੇ ਹਾਂ ਸਾਡੇ ਕੰਨਾਂ ਦੇ ਵਿੱਚ ਮਿਸ਼ਰੀ ਘੋਲਦਾ, ਖੂਬਸੂਰਤ ਹੈ, ਐਂ ਲੱਗਦਾ ਵੀ ਸ਼ਾਇਦ ਸਾਰੇ ਲੋਕਾਂ ਦੀ, ਸਾਰੇ ਵੋਟਰਾਂ ਦੀ, ਸਾਰੇ ਪਿੰਡ ਦੀ, ਸਾਰੇ ਗਲੀ ਮੁਹੱਲੇ ਦੀ ਇਸ ਦੇ ਵਿੱਚ ਸਹਿਮਤੀ ਹੋਵੇਗੀ। ਪਰ ਜਦੋਂ ਸਰਬਸੰਮਤੀ ਲੁਕਵੇਂ ਰੂਪ ਦੇ ਵਿੱਚ ਕਿਸੇ ਇੱਕ ਵਿਅਕਤੀ ਨੂੰ ਅੱਗੇ ਲਾ ਕੇ ਇੱਕ ਰਾਜਨੀਤਿਕ ਏਜੰਡੇ ਦੇ ਤੌਰ ਦੇ ਉੱਤੇ 5-7-10 ਬੰਦੇ ਬਾਕੀ ਵੋਟਰਾਂ ਨੂੰ ਸਾਈਡ ਤੇ ਛੱਡ ਕੇ ਇੱਕ ਕੋਈ ਪੈਂਤੜਾ ਤਿਆਰ ਕਰ ਲੈਣ ਵੀ ਤੇਰੇ ਤੇ ਅਸੀਂ ਅਖੀਰ ਤੇ ਲਿਆ ਕੇ ਗੁਣੀਆਂ ਪਵਾਵਾਂਗੇ ਤੇ ਸਰਬਸੰਮਤੀ ਕਰਾਵਾਂਗੇ ਤੇ ਬਾਕੀਆਂ ਨੂੰ ਅਸੀਂ ਜਾਂ ਤਾਂ ਡਰਾ ਲਾਂਗੇ ਜਾਂ ਉਹਨਾਂ ਨੂੰ ਧਮਕਾ ਦਿਆਂਗੇ ਜਾਂ ਅਸੀਂ ਉਹਨਾਂ ਨੂੰ ਕਿਵੇਂ ਨਾ ਕਿਵੇਂ ਕਰਕੇ ਸਾਈਡ ਤੇ ਕਰ ਦਿਆਂਗੇ ਕੋਈ ਲਾਲਚ ਦੇ ਕੇ ਤੇ ਤੇਰੇ ਤੇ ਸਰਬਸੰਮਤੀ ਕਰਾਂਗੇ। ਜੇ ਸੁਖੀ ਜੀ ਇਹੋ ਜਿਹੀ ਸਰਬਸੰਮਤੀ ਹੁੰਦੀ ਹੈ ਤਾਂ ਉਹ ਸਰਬਸੰਮਤੀ ਕਿਸੇ ਕੀਮਤ ਦੇ ਉੱਤੇ ਸਰਬਸੰਮਤੀ ਕਹੀ ਹੀ ਨਹੀਂ ਜਾ ਸਕਦੀ। ਇਸ ਨਾਲ ਤਾਂ ਚੋਣਾਂ ਦਾ ਹੋ ਜਾਣਾ ਹੀ ਆਪਣੇ ਆਪ ਦੇ ਵਿੱਚ ਮੈਨੂੰ ਐਂ ਲੱਗਦਾ ਕਿ ਸ਼ਾਇਦ ਜ਼ਿਆਦਾ ਵਧੀਆ ਹੈ। ਸਰਬਸੰਮਤੀ ਦੇ ਰਾਹੀਂ ਠੀਕ ਹੈ ਵੀ ਸਾਡੇ CM ਸਾਹਿਬ ਨੇ ਵਾਰ ਵਾਰ ਇਹ ਗੱਲ ਕਹੀ ਕਿ ਸਰਬਸੰਮਤੀਆਂ ਵੱਧ ਤੋਂ ਵੱਧ ਕਰੋ। ਮੈਂ ਇਹ ਵੀ ਨਹੀਂ ਕਹਾਂ ਕਿ ਸਰਬਸੰਮਤੀ ਮੁੱਢੋਂ ਹੀ ਮੈਂ ਇਸ ਨੂੰ ਨਕਾਰਦਾ ਕਿ ਮਾੜੀ ਹੁੰਦੀ ਹੈ। ਜੇ ਸਾਰੇ ਗਲੀ ਮੁਹੱਲਿਆਂ ਦੇ ਵਿੱਚੋਂ ਬਿਠਾ ਕੇ ਵਿਅਕਤੀਆਂ ਨੂੰ ਜਿਹੜੇ ਅੱਗੇ ਲਾ ਕੇ ਕੰਮ ਕਰਨਾ ਚਾਹੁੰਦੇ ਨੇ, ਕੋਈ ਚੰਗੀ ਸੋਚ ਵਿਚਾਰ ਰੱਖਦੇ ਨੇ, ਉਹਨਾਂ ਨੂੰ ਅੱਗੇ ਲਾ ਕੇ ਇੱਕ ਇਕੱਠੇ ਰੂਪ ਦੇ ਵਿੱਚ, ਇੱਕ ਸਭਾ ਦੇ ਵਿੱਚ ਫੈਸਲਾ ਲਿਆ ਜਾਂਦਾ ਸਾਂਝੇ ਰੂਪ ਦੇ ਵਿੱਚ, ਲੁਕਵੇਂ ਰੂਪ ਦੇ ਵਿੱਚ ਨਹੀਂ, ਤਾਂ ਉਹ ਸਰਬਸੰਮਤੀ ਬਾਕੀ ਵਧੀਆ ਹੋ ਸਕਦੀ ਹੈ, ਉਹ ਬੰਦਾ ਬਾਕੀ ਕੰਮ ਕਰ ਸਕਦਾ। ਪਰ ਉੱਥੇ ਮੈਨੂੰ ਐਂ ਲੱਗਦੀ ਗੱਲ ਵੀ ਉੱਥੇ ਸਰਬਸੰਮਤੀ ਦੀ ਲੋੜ ਹੀ ਨਹੀਂ ਪੈਣੀ ਚਾਹੀਦੀ ਸ਼ਬਦ ਦੀ, ਉੱਥੇ ਤਾਂ ਪਿੰਡ ਦੇ ਲੋਕ ਇਕੱਠੇ ਹੋ ਕੇ ਆਪ ਹੀ ਉਸਨੂੰ ਕਹਿ ਦੇਣ ਵੀ ਲੈ ਵੀ ਅਸੀਂ ਤੈਨੂੰ ਵੋਟਾਂ ਪਾਵਾਂਗੇ ਤੇ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਪਰ ਜਦੋਂ ਸਰਬਸੰਮਤੀ ਹੁੰਦੀ 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 ਕਿਤੇ ਨਾ ਕਿਤੇ ਫਿਰ ਵੀ ਕੋਈ ਨਾ ਕੋਈ ਇੱਕ ਬੰਦਾ ਉੱਥੇ ਖੜਾ ਹੋ ਜੇ, ਇੱਕ ਪਾਸੇ 90% ਬੰਦੇ ਨੇ ਉਹਨਾਂ ਨੇ ਇੱਕ ਬੰਦੇ 'ਤੇ ਸਰਬਸੰਮਤੀ ਕਰ ਲਈ ਸਰਪੰਚ 'ਤੇ, ਪਰ ਇੱਕ ਬੰਦਾ ਕੋਈ ਖੜਾ ਹੋ ਕੇ ਉੱਥੇ ਕਹਿੰਦਾ ਜੀ ਮੈਂ ਤਾਂ ਫਾਈਟ ਕਰੂੰਗਾ, ਮੈਂ ਤਾਂ ਲੜੂੰਗਾ, ਉਹਨੇ ਆਪਣੇ ਪੇਪਰ ਫਾਈਲ ਕਰ ਦਿੱਤੇ। ਤੇ ਜੇ ਉੱਥੇ ਉਹ ਬੰਦਾ ਜਿਹੜੇ ਦੇ ਮਗਰ ਕੋਈ 10% ਬੰਦੇ ਵੀ ਨਹੀਂ ਸੀ, ਉਹ ਬਰਾਬਰ ਦੀਆਂ ਜਾਂ ਨੇੜੇ ਤੇੜੇ ਵਾਲੀਆਂ ਵੋਟਾਂ ਲੈ ਜਾਂਦਾ, ਤਾਂ ਫਿਰ ਇਹਦਾ ਮਤਲਬ ਜਿਹੜੇ ਲੋਕ ਸਰਬਸੰਮਤੀ 90% ਕਰਨ ਦੀ ਗੱਲ ਕਰਦੇ ਸੀ ਉਹਨਾਂ ਲੋਕਾਂ ਦੇ ਉੱਤੇ ਇੱਕ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਹੈ। ਨੰਬਰ 1, ਨੰਬਰ 2 'ਤੇ ਜੇ ਉਸ ਸਰਬਸੰਮਤੀ ਕੀਤੇ ਜਾਣ ਵਾਲੇ ਵਿਅਕਤੀ ਸਰਪੰਚ ਤੋਂ ਉਹ ਫਿਰ ਵੀ ਪੈਸੇ ਲਵਾ ਕੇ ਵੋਟਾਂ ਪਵਾਉਂਦੇ ਨੇ ਤੇ ਉਸ ਨੂੰ ਕਹਿੰਦੇ ਨੇ ਵੀ ਤੈਨੂੰ ਖਰਚਾ ਕਰਨਾ ਪਵੇਗਾ ਜਾਂ ਉਸ ਨੂੰ ਖਰਚਾ ਕਰਨਾ ਪੈਂਦਾ, ਤਾਂ ਫਿਰ ਸਰਬਸੰਮਤੀ ਦਾ ਵੀ ਇਹ ਜਨਾਜ਼ਾ ਹੈ, ਇਹ ਸਰਬਸੰਮਤੀ ਨਹੀਂ ਕਹੀ ਜਾ ਸਕਦੀ। ਤਾਂ ਮੈਨੂੰ ਐਂ ਲੱਗਦਾ ਵੀ ਜਦੋਂ ਕਦੇ ਨਾ ਅਸੀਂ ਇਹ ਗੱਲ ਸੁਣਦੇ ਹਾਂ, ਮੈਨੂੰ ਉਹ ਗਾਣਾ ਯਾਦ ਆ ਜਾਂਦਾ ਪੰਚਾਇਤੀ ਰਾਜ ਦੇ ਉੱਤੇ ਕਿ ਲੈ ਲੈ ਵੇ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ। ਜਦੋਂ ਇਹ ਗਾਣੇ ਬਣੇ ਨੇ ਪਿਛਲੇ ਸਮੇਂ ਦੇ ਵਿੱਚ, ਤਾਂ ਇਹ ਵੀ ਸਾਡੇ ਲਈ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਹੈਗਾ ਗਾ ਵੀ ਇਹ ਕਿਉਂ ਬਣੇ ਨੇ ਗਾਣੇ। ਇੱਕ ਗੁਰਬਾਣੀ ਦੀ ਤੁੱਕ ਹੈ ਕਿ ਭਾਖਿਆ ਭਉ ਅਪਾਰ, ਵੀ ਜਿਹਦੇ ਬਾਰੇ ਵਿੱਚ ਬਹੁ ਗਿਣਤੀ ਇਹੋ ਜਿਹੀਆਂ ਗੱਲਾਂ ਕਰਦੀ ਹੋਵੇ, ਇਹਦਾ ਮਤਲਬ ਉਹਦੀ ਪਿੱਠ ਭੂਮੀ ਦੇ ਵਿੱਚ ਕਿਤੇ ਨਾ ਕਿਤੇ ਇਹ ਬੀਜ ਜਿਹੜੇ ਹੈਗੇ ਨੇ ਉਹ ਪੁੰਗਰ ਰਹੇ ਨੇ,
ਜਿਹੜੇ ਕਿ ਨਹੀਂ ਪੁੰਗਰਨੇ ਚਾਹੀਦੇ ਸੀ, ਨਹੀਂ ਇਸ ਤਰ੍ਹਾਂ ਦਾ ਕੁਛ ਹੋਣਾ ਚਾਹੀਦਾ ਸੀ। ਸਰਬਸੰਮਤੀ ਹੋਣੀ ਚਾਹੀਦੀ ਹੈਗੀ, ਪਰ ਸਰਬਸੰਮਤੀ ਇਮਾਨਦਾਰੀ ਨਾਲ ਹੋਣੀ ਚਾਹੀਦੀ ਹੈਗੀ। ਸਰਬਸੰਮਤੀ ਨਾਲ ਅੱਗੇ ਗਿਆ ਹੋਇਆ ਬੰਦਾ ਇਸ ਗੱਲ ਦੀ ਗਰੰਟੀ ਹੈ ਕਿ ਬਹੁਤ ਸਾਰਾ ਵਧੀਆ ਕੰਮ ਕਰੇਗਾ। ਸਾਡੇ ਲਈ ਇਹ ਖੁਸ਼ੀ ਦੀ ਗੱਲ ਹੈ, ਇਸ ਵਾਰੀ ਵੱਧ ਤੋਂ ਵੱਧ ਸਰਬਸੰਮਤੀਆਂ ਹੋਈਆਂ ਨੇ, ਅਤੇ ਉਮੀਦ ਕਰਦੇ ਹਾਂ ਕਿ ਜਿਹੜੇ ਸਰਬਸੰਮਤੀ ਨਾਲ ਪੰਚ ਅਤੇ ਸਰਪੰਚ ਚੁਣੇ ਗਏ ਨੇ ਉਹ ਉਹਨਾਂ ਦੇ ਵਿੱਚੋਂ ਬਹੁਤੇ ਵਧੀਆ ਕੰਮ ਕਰਨਗੇ, ਮੈਨੂੰ ਉਹਨਾਂ ਤੋਂ ਇਸ ਗੱਲ ਦੀ ਪੂਰੀ ਉਮੀਦ ਹੈਗੀ। ਤੁਸੀਂ ਵੀ ਅਧਿਆਪਕ ਰਹੇ, ਬਹੁਤੇ ਅਧਿਆਪਕ ਇਹੀ ਪਿੜਦੇ ਨੇ, ਸਟਾਫ ਮੈਨੂੰ ਸਾਥ ਨਹੀਂ ਦਿੰਦਾ ਹੈਗਾ, ਸਕੂਲ ਦੇ ਪਿੰਡ ਵਾਲੇ ਸਾਥ ਨਹੀਂ ਦਿੰਦੇ ਹੈਗੇ, ਮੈਂ ਕਿਵੇਂ ਕੰਮ ਕਰਾਂ, ਟੰਗਾ ਡਾਉਣ ਜ਼ਿਆਦਾ ਨੇ, ਇਹੀ ਗੱਲਾਂ ਸਰਪੰਚ ਕਰਦਾ। ਮੇਰਾ ਦਿਲ ਤਾਂ ਬਹੁਤ ਕੁਛ ਕਰਦਾ, ਪਿੰਡ ਵਾਲੇ ਉਹ ਫਲਾਨੇ ਉਹ ਟਿਮਕੇ, ਜੇ ਮੈਂ ਤੁਹਾਡਾ ਵੀ ਬੜਾ ਵਾਹ ਵਾਸਤਾ ਰਿਹਾ ਸਰਪੰਚਾਂ ਦੇ ਨਾਲ, ਠੀਕ ਹੈ, ਹਰ ਸਾਲ ਪੰਜ ਸਾਲ ਬਾਅਦ ਨਵੇਂ ਪਟੋਲੇ ਦੇਖਦੇ ਹੋਊਗੇ ਵੀ ਆ ਜਾ ਭਾਈ ਸਰਪੰਚ ਆਉਂਦਾ ਹੋਊਗਾ, ਹੈ ਨਾ, ਨਵੀਆਂ ਉਮੀਦਾਂ ਜਗਾਉਂਦੇ ਹੋਊਗੇ, ਨਵਾਂ ਕੁਝ ਸੋਚਦੇ ਹੋਊਗੇ, ਸਿਰਜਦੇ ਹੋਊਗੇ। ਜੇ ਮੈਂ ਤੁਹਾਨੂੰ ਪੁੱਛਾਂ, ਇਹ ਕੰਮ ਦੇਖੋ ਮੇਰੇ ਮੁਤਾਬਕ ਦੋ ਤਰ੍ਹਾਂ ਦਾ ਹੁੰਦਾ, ਇੱਕ ਗਰਾਂਟਾਂ ਵਾਲਾ, ਇੱਕ ਵੱਡੀ ਗਰਾਂਟ ਦੀ ਲੋੜ ਹੈ, ਇੱਕ ਵੱਡੀ ਸੋਚ ਦੀ ਲੋੜ ਹੈ। ਮੈਂ ਚਾਹਾਂਗਾ ਵੀ ਇਹਨਾਂ ਦੋਨਾਂ ਚੀਜ਼ਾਂ ਨੂੰ ਵੰਡ ਕੇ ਕਿਹੜੇ ਕੰਮ ਪਹਿਲ ਦੇ ਆਧਾਰ 'ਤੇ ਤੁਹਾਡੇ ਲਈ ਇੱਕ ਪਿੰਡ ਦਾ ਸਰਪੰਚ ਕਿਹੜੇ ਏਜੰਡਿਆਂ 'ਤੇ ਕੰਮ ਕਰਨ ਵਾਲਾ ਵਧੀਆ ਸਰਪੰਚ ਹੁੰਦਾ ਹੈ? ਸਰਪੰਚ ਸੁਖੀ ਜੀ ਆਪਣੇ ਆਪ ਦੇ ਵਿੱਚ ਇੱਕ ਪਿੰਡ ਦਾ ਮੁਖੀਆ, ਐਡਮਿਨਿਸਟ੍ਰੇਟਰ, ਪ੍ਰਬੰਧਕ ਜਾਂ ਇੱਕ ਉਹ ਵਿਅਕਤੀ ਜਿਸ ਵਿਅਕਤੀ ਨੇ ਬਹੁਤ ਵੱਡਾ ਦਿਲ ਰੱਖ ਕੇ ਛੋਟੀਆਂ ਮੋਟੀਆਂ ਗੱਲਾਂ ਨੂੰ ਸਾਈਡ 'ਤੇ ਰੱਖ ਕੇ ਸਾਰੇ ਲੋਕਾਂ ਦੀ ਨੁਮਾਇੰਦਗੀ ਕਰਨੀ ਹੈ, ਅਤੇ ਉਹਦੇ ਨਾਲ ਜਿਹੜੇ ਪੰਚ ਨੇ ਉਹਨਾਂ ਦੇ ਵਿੱਚੋਂ ਜਦੋਂ ਨਾ ਇੱਕ ਸਰਪੰਚ ਸੁਖੀ ਜੀ ਇਹ ਗੱਲ ਸੋਚਣ ਲੱਗ ਪਵੇ ਕਿ ਸਾਡੇ ਪਿੰਡ ਦੇ ਵਿੱਚ, ਮੇਰੇ ਪਿੰਡ ਦੇ ਵਿੱਚ ਸੱਤ ਪੰਚ ਨੇ, ਮੈਨੂੰ ਸੱਤਾਂ ਦੇ ਵਿੱਚੋਂ ਪੰਜ ਦੀ ਜ਼ਰੂਰਤ ਹੈ ਅਤੇ ਪੰਜ ਮੇਰੇ ਨਾਲ ਹੈਗੇ ਨੇ ਤਾਂ ਮੈਂ ਕੰਮ ਚਲਾ ਲੂੰਗਾ, ਤਾਂ ਇਹਦਾ ਮਤਲਬ ਉਹ ਜਿਹੜਾ ਸਰਪੰਚ ਹੈ ਉਹ ਕਿਤੇ ਨਾ ਕਿਤੇ ਫਰਾਕ ਦਿਲ ਨਹੀਂ ਹੈਗਾ, ਵੱਡਾ ਦਿਲ ਰੱਖ ਕੇ ਨਹੀਂ ਲੱਗ। ਸਰਪੰਚ ਉਹ ਕਾਮਯਾਬ ਹੈ ਜਿਹਦੇ ਨਾਲ 100% ਹੋਣ। ਹੁਣ ਜਿੱਤ ਹਾਰ ਸਰਪੰਚ ਦੀ ਹੋ ਗਈ, ਇਹ ਕੰਮ ਸਾਰਾ ਰਾਜਨੀਤਿਕ ਤਣ ਪੱਤਣ ਦੇ ਵਿੱਚੋਂ ਉੱਭਰ ਕੇ ਸਾਡੇ ਸਾਹਮਣੇ ਆ ਗਿਆ। ਪਹਿਲੀ ਗੱਲ ਤਾਂ ਇਹ ਹੋਣਾ ਚਾਹੀਦਾ ਕਿ ਸਰਪੰਚ ਜਾਂ ਪੰਚ ਕਿਸੇ ਵੀ ਰਾਜਨੀਤਿਕ ਧਿਰ ਦੇ ਨਾਲ ਸੰਬੰਧਿਤ ਉਹਨਾਂ ਦਾ ਸਿੱਧੇ ਤੌਰ ਦੇ ਉੱਤੇ ਕੋਈ ਵਾਹ ਵਾਸਤਾ ਨਹੀਂ ਹੁੰਦਾ। ਜਿਹੜੇ ਸਿਆਣੇ ਸਰਪੰਚ ਨੇ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਨੇਗੇ। ਪਰ ਹੁਣ ਜਦੋਂ ਇੱਕ ਸਰਪੰਚ ਫਰਾਕ ਦਿਲ ਹੋ ਕੇ ਨਹੀਂ ਚੱਲੇਗਾ, ਉਹ ਸਾਰੇ ਨਾਲ ਲੈ ਕੇ ਨਹੀਂ ਚੱਲੇਗਾ, ਉਹਦੇ ਮਨ ਦੇ ਵਿੱਚ ਨਾ ਕਦੇ ਵੀ ਉਭਰਵੇਂ ਰੂਪ ਦੇ ਵਿੱਚ ਗ੍ਰਾਮ ਸਭਾ ਬੁਲਾਉਣ ਦੀ ਹਿੰਮਤ ਹੋ ਹੀ ਨਹੀਂ ਸਕਦੀ। ਗ੍ਰਾਮ ਸਭਾ ਇੱਕ ਅਜਿਹਾ PRI ਦਾ ਪਿਲਰ ਹੈ ਵੀ ਜੇਕਰ ਕੋਈ ਸਰਪੰਚ ਕੋਈ ਵੀ ਕਿਸੇ ਕਿਸਮ ਦਾ ਕੋਈ ਫੈਸਲਾ ਕਰਦਾ, ਵੱਡਾ ਫੈਸਲਾ ਕਰਦਾ, ਤੇ ਉਹ ਗ੍ਰਾਮ ਸਭਾ ਦੇ ਵਿੱਚ ਕਰਨ ਦੇ ਯੋਗ ਹੋ ਜਾਂਦਾ। ਮੈਂ ਸਮਝਦਾ ਵੀ ਉਸ 'ਤੇ ਕੋਈ ਕਿੰਤੂ ਪਰੰਤੂ ਉਸ ਤੋਂ ਬਾਅਦ ਕੋਈ ਰਹਿ ਨਹੀਂ ਜਾਂਦਾ ਕਿਸੇ ਕੀਮਤ ਦੇ ਉੱਤੇ ਵੀ। ਜਿਹੜੇ ਸਰਪੰਚ ਨੇ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ, ਜਿਹੜੇ ਸਾਡੇ ਸਾਥੀ ਨਵੇਂ ਚੁਣੇ ਗਏ ਨੇ ਉਹਨਾਂ ਨੂੰ ਵਧਾਈ ਹੈ, ਪਰ 5 ਸਾਲ ਉਹਨਾਂ ਨੂੰ ਲੋਕਾਂ ਨੇ ਦਿੱਤੇ ਨੇ, ਉਹਨਾਂ ਦੀ ਪ੍ਰੀਖਿਆ ਦੀ ਘੜੀ ਹੈ 5 ਸਾਲ। ਕਲਾਸ ਦੇ ਵਿੱਚ ਪੜ੍ਹਦੇ ਹੋ ਵਿਦਿਆਰਥੀ ਦਾ ਸਾਲ ਬਾਅਦ ਇਮਤਿਹਾਨ ਹੁੰਦਾ, 6 ਮਹੀਨੇ ਬਾਅਦ ਇਮਤਿਹਾਨ ਹੁੰਦਾ, ਇਹਨਾਂ ਦਾ ਇਮਤਿਹਾਨ 5 ਸਾਲਾਂ ਬਾਅਦ ਹੋਣਾ। ਜਿਹੜਾ ਇੱਕ ਸਰਪੰਚ ਹੈ, ਸਿਆਣਾ ਸਰਪੰਚ ਉਹੀ ਮੰਨਿਆ ਜਾਂਦਾ ਜਿਹੜਾ ਆਪਣੇ ਪਲੈਨਿੰਗ ਬਣਾਉਂਦਾ ਆਪਣੇ ਪਿੰਡ ਦੇ ਵਿੱਚ ਕਿਹੜੇ ਕਿਹੜੇ ਕੰਮ ਨੇ ਜਿਨ੍ਹਾਂ ਨੂੰ ਪ੍ਰਾਇਓਰਟੀ ਦੇ ਆਧਾਰ ਦੇ ਉੱਤੇ ਕਰਨਾ, 1 ਨੰਬਰ 'ਤੇ ਕਿਹੜਾ ਕੰਮ ਰੱਖਿਆ ਜਾਵੇ, 2 'ਤੇ ਕਿਹੜਾ ਰੱਖਿਆ ਜਾਵੇ, 3 'ਤੇ ਕਿਹੜਾ ਰੱਖਿਆ ਜਾਵੇ, ਉਹ ਜੇਕਰ ਆਪਣੀ ਸਾਲ ਸਾਲ ਦੀ ਪਲੈਨਿੰਗ
ਤੇ 5 ਸਾਲਾਂ ਦੀ ਪਲੈਨਿੰਗ। ਮੈਂ ਤਾਂ ਇਹ ਕਹੂੰਗਾ ਕਿ 10 ਸਾਲ ਦੀ ਪਲੈਨਿੰਗ ਨਹੀਂ ਬਣਾਉਂਦਾ ਤਾਂ ਇਹਦਾ ਮਤਲਬ ਉਹ ਕਾਮਯਾਬ ਨਹੀਂ ਹੈ। ਮੈਂ ਮੇਰਾ ਇਹ ਦੇਖਣ ਦੇ ਵਿੱਚ ਆਇਆ ਪਿਛਲੇ ਸਪੈਲਸ ਦੇ ਦੌਰਾਨ ਵੱਖ ਵੱਖ ਥਾਵਾਂ ਦੇ ਉੱਤੇ, ਜਿਹੜੇ ਸਰਪੰਚ ਨੇ ਉਹ ਬਿਨਾਂ ਕਿਸੇ ਪਲੈਨਿੰਗ ਤੋਂ ਚੱਲਦੇ ਨੇ। ਜਦੋਂ ਕਦੇ ਮੈਂ ਉਹਨਾਂ ਨੂੰ, ਕਿਉਂਕਿ ਮੇਰੇ ਸਟੂਡੈਂਟ ਨੇ ਬਹੁਤ ਸਾਰੇ ਜਿਹੜੇ ਸਰਪੰਚ ਨੇ, ਜਦੋਂ ਮੈਂ ਉਹਨਾਂ ਨੂੰ ਬੁਲਾ ਕੇ ਪੁੱਛਣਾ ਵੀ ਤੁਹਾਡੀ ਪਲੈਨਿੰਗ ਕੀ ਹੈ, ਉਸ ਟਾਈਮ ਦੇ ਉੱਤੇ ਉਹਨਾਂ ਨੇ ਆਨਾਕਾਨੀ ਕਰਕੇ ਇਹ ਕਹਿ ਦੇਣੀ ਗੱਲ, ਜਿਵੇਂ ਤੁਸੀਂ ਕਹਿੰਦੇ ਹੋ ਕਿ ਜੀ ਜਿਹੜੇ ਪੰਚ ਨੇ ਉਹ ਕਿਹੜੀ ਪਲੈਨਿੰਗ ਜੀ, ਬਸ ਜਿਹੜਾ ਕੁਛ ਆਉਂਦਾ ਜਿਵੇਂ ਜੇ ਆਉਂਦਾ ਉਹੋ ਜਿਹਾ ਕੁਛ ਚੱਲੀ ਜਾਂਦੇ ਗੇ। ਦੋ ਕਿਸਮ ਦੀਆਂ ਪਲੈਨਿੰਗਾਂ ਦੀ ਜ਼ਰੂਰਤ ਹੁੰਦੀ ਹੈ। ਇੱਕ ਤਾਂ ਉਹ ਪਲੈਨਿੰਗਾਂ ਜਿਹੜੀਆਂ ਕਿ ਸਰਕਾਰ ਦਰਬਾਰੇ ਜਾ ਕੇ ਗ੍ਰਾਂਟਾਂ ਲੈ ਕੇ ਵੱਡੇ ਪੱਧਰ ਦੇ ਉੱਤੇ ਕੋਈ ਕੰਮ ਕਰਨ ਦੀ ਜ਼ਰੂਰਤ ਹੁੰਦੀ ਹੈਗੀ, ਉਹ ਹਮੇਸ਼ਾ ਲੰਬੀਆਂ ਪਲੈਨਿੰਗਸ ਦੇ ਵਿੱਚ ਆਉਂਦੀ ਹੈਗੀ। ਅਤੇ ਕੁਛ ਸ਼ਾਰਟ ਟਰਮ ਦੀਆਂ ਪਲੈਨਿੰਗ ਹੁੰਦੀਆਂ ਨੇ ਜਿਹੜੀਆਂ ਦੇ ਨਾਲ ਕੋਈ ਜ਼ਿਆਦਾ ਪੈਸੇ ਦੀ, ਆਰਥਿਕਤਾ ਦੀ ਜ਼ਰੂਰਤ ਨਹੀਂ ਹੁੰਦੀ ਗੀ, ਕੇਵਲ ਅਤੇ ਕੇਵਲ ਮਨੋਬਲ ਦੀ, ਵਿਲ ਪਾਵਰ ਦੀ ਜ਼ਰੂਰਤ ਹੁੰਦੀ ਹੈਗੀ ਅਤੇ ਸਾਥੀ ਨੂੰ ਨਾਲ ਲੈ ਕੇ ਚੱਲਣ ਦੀ ਜ਼ਰੂਰਤ ਹੁੰਦੀ ਹੈਗੀ। ਹੁਣ ਇੱਥੋਂ ਤੱਕ ਕਿ ਜਦੋਂ ਮੈਨੂੰ ਨਾ ਇੱਥੇ ਇੱਕ ਗੱਲ ਯਾਦ ਆਉਂਦੀ ਹੈਗੀ, ਜਿਹੜੇ ਨਵੇਂ ਸਰਪੰਚ ਚੁਣੇ ਗਏ ਨੇ, ਪੰਚਾਇਤਾਂ ਚੁਣੀ ਗਈ ਨੇ, ਉਹਨਾਂ ਦੇ ਇਹ ਗੱਲ ਕੰਮ ਦੀ ਵੀ ਹੋਊਗੀ ਕਿਤੇ ਨਾ ਕਿਤੇ, ਮੈਨੂੰ ਐਂ ਲੱਗ ਜੇ ਗੱਲ ਕਿ ਜਦੋਂ ਕੋਈ ਬੰਦੇ ਨਵੇਂ ਨਵੇਂ ਚੁਣੇ ਜਾਂਦੇ ਨੇ ਉਹਨਾਂ ਦੇ ਵਿੱਚ ਇੱਕ ਖਾਸ ਕਿਸਮ ਦਾ ਉਤਸ਼ਾਹ ਹੁੰਦਾ। ਮੈਂ ਸਰਪੰਚ ਚੁਣਿਆ ਗਿਆ, ਮੈਂ ਪੰਚ ਚੁਣਿਆ ਗਿਆ, ਇਹ ਹੋਣਾ ਚਾਹੀਦਾ। ਪਰ ਸਰਪੰਚ ਚੁਣਿਆ ਜਾਣਾ, ਪੰਚ ਚੁਣੇ ਜਾਣ ਦਾ ਮਤਲਬ ਇਹ ਹੈ ਕਿ ਤੁਹਾਨੂੰ ਲੋਕਾਂ ਨੇ ਇੱਕ ਸੇਵਾ ਕਰਨ ਦਾ ਮੌਕਾ ਦਿੱਤਾ। ਮੈਨੂੰ ਉੱਥੇ ਇਹ ਗੱਲ ਯਾਦ ਆ ਜਾਂਦੀ ਹੈਗੀ ਵੀ ਜਦੋਂ ਕੋਈ ਸਰਪੰਚ ਇਹ ਗੱਲ ਕਹਿੰਦਾ ਹੈ, ਉਹ ਆਪਣੇ ਪੰਚਾਇਤ ਸੈਕਟਰੀ ਦੇ ਨਾਲ ਉਲਝ ਜਾਂਦਾ ਹੈ। ਉਹ ਨਿਕੰਮਾ ਸਰਪੰਚ ਹੁੰਦਾ ਜਿਹੜਾ ਇਹ ਗੱਲ ਆਪਣੇ ਮਨ ਦੇ ਵਿੱਚ ਲੈ ਕੇ ਆਉਂਦਾ ਕਿ ਮੈਂ ਵੱਡਾ, ਪੰਚਾਇਤ ਸੈਕਟਰੀ ਛੋਟਾ। ਪੰਚਾਇਤ ਸੈਕਟਰੀ ਸੋਚਦਾ ਮੈਂ ਵੱਡਾ, ਮੇਰਾ ਸਰਪੰਚ ਛੋਟਾ। ਹੁਣ ਜਦੋਂ ਵੱਡੇ ਛੋਟੇ ਦਾ ਮਤਲਬ ਹੈ, ਇੱਕ ਸਰਪੰਚ ਜਿਹਨੂੰ ਕਿ ਏਡੇ ਵੱਡੇ ਪਿੰਡ ਨੇ ਨੁਮਾਇੰਦਗੀ ਦਿੱਤੀ ਹੈਗੀ, ਉਹਦਾ ਦਿਲ ਕਿੰਨਾ ਵੱਡਾ ਹੋਣਾ ਚਾਹੀਦਾ ਉਹਨੇ ਲੋਕਾਂ ਦੇ ਹਿਸਾਬ ਨਾਲ। ਅਤੇ ਇੱਕ ਪੰਚਾਇਤ ਸੈਕਟਰੀ ਉਹ ਇੱਕ ਉੱਥੋਂ ਦਾ ਕਰਮਚਾਰੀ ਹੈ ਜਿਸਨੇ ਕਿ ਉਸ ਹਿਸਾਬ ਕਿਤਾਬ ਜਾਂ ਉੱਥੇ ਰੱਖਣਾ ਉਸ ਨਾਲ ਹੈ। ਅਤੇ ਜੇ ਉਹ ਚੰਗਾ ਪ੍ਰਬੰਧਕ ਸਰਪੰਚ ਨਹੀਂ ਹੈ, ਆਪਣੇ ਪੰਚਾਇਤ ਸੈਕਟਰੀ ਦੇ ਨਾਲ ਸੁਰ ਮਿਲਾ ਕੇ ਨਹੀਂ ਚੱਲ ਸਕਦਾ, ਤਾਂ ਉੱਥੇ ਕਿਤੇ ਨਾ ਕਿਤੇ ਉਸਦੀ ਜਿਹੜੀ ਐਨਰਜੀ ਹੈਗੀ ਉਹ ਉਸ ਪੰਚਾਇਤ ਸੈਕਟਰੀ ਤੱਕ ਹੀ ਉਲਝ ਕੇ ਰਹਿ ਜਾਂਦੀ ਹੈਗੀ। ਪਲੈਨਿੰਗ ਜਿੰਨੀ ਦੇਰ ਤੱਕ ਪੰਚਾਇਤ ਸੈਕਟਰੀ ਨੂੰ ਤੁਸੀਂ ਨਾਲ ਨਹੀਂ ਲੈਂਦੇ ਗੇ, ਉਨੀ ਦੇਰ ਤੱਕ ਤੁਹਾਡੀ ਜਿਹੜੀ ਪਲੈਨਿੰਗ ਹੈਗੀ ਉਹ ਕਿਸੇ ਵੀ ਕੀਮਤ ਦੇ ਉੱਤੇ ਫੁੱਲਫਿਲ ਨਹੀਂ ਹੋ ਸਕਦੀ। ਜੀ ਜੀ ਜੀ। ਸਾਡੇ ਪਿੰਡਾਂ ਦੇ ਵਿੱਚ ਆਮ ਤੌਰ ਦੇ ਉੱਤੇ ਹੁਣ ਤੱਕ ਜਿਹੜੇ ਸਰਪੰਚ ਨੇ ਉਹ ਅਸੀਂ ਦੇਖਦੇ ਹਾਂ ਕਿ ਗਲੀਆਂ ਨਾਲੀਆਂ, ਸ਼ਮਸ਼ਾਨ ਘਾਟ ਜਾਂ ਹੋਰ ਨਿੱਕੇ ਮੋਟੇ ਕੰਮ ਕਰਨ ਤੱਕ ਸੀਮਿਤ ਹੁੰਦੇ ਨੇਗੇ, ਵੱਡੀਆਂ ਪਲੈਨਿੰਗਾਂ ਨਹੀਂ ਕਰ ਪਾਉਂਦੇ। ਪਰ ਜਿਹੜੇ ਨਵੇਂ ਚੁਣੇ ਗਏ ਸਰਪੰਚ ਨੇ ਇਸ ਵਾਰੀ ਖਾਸ ਤੌਰ ਦੇ ਉੱਤੇ, ਮੈਂ ਜਦੋਂ ਦੇਖ ਰਿਹਾ ਸੀ ਤਾਂ ਉਹਨਾਂ ਦੇ ਵਿੱਚੋਂ ਬਹੁਤੇ ਯੰਗ ਏਜ ਦੇ ਨੇਗੇ, ਨਵੀਂ ਉਮਰ ਦੇ ਨੇਗੇ ਬਹੁਤੇ। ਤਾਂ ਜਿਹੜੇ ਨਵੀਂ ਉਮਰ ਦੇ ਨੇਗੇ ਉੱਥੇ ਉਹਨਾਂ ਤੋਂ ਕਿਤੇ ਨਾ ਕਿਤੇ ਉਮੀਦਾਂ ਵੱਧ ਲੱਗਦੀਆਂ ਨੇਗੀਆਂ। ਇੱਕ ਤਾਂ ਸਰਪੰਚਾਂ ਨੂੰ ਜਦੋਂ ਜਿੰਨੀ ਦੇਰ ਤੱਕ ਉਹ ਪਲੈਨਿੰਗ ਬਣਾ ਕੇ ਪਲੈਨਿੰਗ ਨੂੰ ਆਪਣੇ ਪੰਚਾਂ ਦੇ ਵਿੱਚ ਅਤੇ ਗ੍ਰਾਮ ਸਭਾ ਦੇ ਵਿੱਚ, ਪਿੰਡ ਦੇ ਲੋਕਾਂ ਦੇ ਵਿੱਚ ਨਸ਼ਰ ਨਹੀਂ ਕਰਦੇ, ਹਿਡਨ ਰੱਖਦੇ ਨੇਗੇ, ਉਨੀ ਦੇਰ ਤੱਕ ਇਹਦਾ ਮਤਲਬ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਵਿਲ ਪਾਵਰ ਹੈਗੀ ਉਸ ਦੇ ਵਿੱਚ ਕਮਜ਼ੋਰੀ ਝਲਕਦੀ ਹੈਗੀ। ਇਸੇ ਤਰ੍ਹਾਂ ਹੀ ਮੈਂ ਤੁਹਾਨੂੰ ਉਦਾਹਰਨ ਦਿੰਦਾ, ਇੱਕ ਸਰਪੰਚ ਦੇ ਮਨ ਦੇ ਵਿੱਚ ਇਹ ਗੱਲ ਜੇਕਰ ਆ ਗਈ ਵੀ ਮੈਂ ਪਿੰਡ ਦਾ ਸਰਪੰਚ ਹਾਂ, ਮੇਰੇ ਸਕੂਲ ਦੇ ਵਿੱਚ ਜਿਹੜਾ ਮੁੱਖ ਅਧਿਆਪਕ ਹੈ ਉਹ ਹੁਣ ਮੇਰੇ ਤੋਂ ਛੋਟਾ ਹੈ, ਉਸ ਨੂੰ ਮੇਰੇ ਤੋਂ ਗਾਉਂ ਹੋਏਗੀ, ਅਤੇ ਮੈਂ ਜਦੋਂ ਕਦੇ ਕੋਈ ਮੀਟਿੰਗ ਕਰਾਂ ਤਾਂ ਉਹ ਮੇਰੇ ਘਰ ਆ ਕੇ ਮੀਟਿੰਗ ਕਰੇ, ਸਭ ਤੋਂ ਵੱਡਾ ਦੁਖਾਂਤ ਇਹ ਰਹਿੰਦਾ। ਕਿਉਂਕਿ ਜਿੰਨੀਆਂ ਵੀ ਉੱਥੇ ਸਰਕਾਰੀ ਸੰਸਥਾਵਾਂ ਨੇ ਚਾਹੇ ਅੱਧ ਸਰਕਾਰੀ ਸੰਸਥਾਵਾਂ ਨੇ, ਸਰਪੰਚ ਦੇ ਲਈ ਉਹ ਸਾਰੀਆਂ ਪ੍ਰਮੁੱਖ ਨੇ।
ਤੇ ਖਾਸ ਤੌਰ ਤੇ ਵਿਦਿਅਕ ਸੰਸਥਾਵਾਂ ਜਿਹੜੀਆਂ ਉਸ ਪਿੰਡ ਦੇ ਵਿੱਚ ਹੈਗੀਆਂ ਨੇ ਉਹ ਤਾਂ ਉਸ ਤੋਂ ਵੀ ਜ਼ਿਆਦਾ ਪ੍ਰਮੁੱਖ ਨੇ, ਕਿਉਂਕਿ ਉਹਨਾਂ ਦੇ ਰਾਹੀਂ ਹੀ ਉੱਥੋਂ ਦੇ ਨੌਜਵਾਨਾਂ ਦਾ ਰੋਸ਼ਨ ਦਿਮਾਗ ਹੋਣਾ ਹੈਗਾ। ਤੇ ਇੱਕ ਸਰਪੰਚ ਉਹ ਸਿਆਣਾ ਹੁੰਦਾ ਜਿਹੜਾ ਜਦੋਂ ਕਦੇ ਸਕੂਲ ਦੇ ਵਿੱਚ ਜ਼ਰੂਰਤ ਪੈਂਦੀ ਹੈ, ਕਾਲਜ ਦੇ ਵਿੱਚ ਜ਼ਰੂਰਤ ਪੈਂਦੀ ਹੈ, ਉੱਥੇ ਉਹ ਪ੍ਰਿੰਸੀਪਲ ਹੈੱਡ ਮਾਸਟਰ ਦੇ ਕੋਲ ਜਾ ਕੇ ਖੁਦ ਉੱਥੇ ਜਾਵੇ ਅਤੇ ਉੱਥੇ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣੇ। ਉਹ ਹਮੇਸ਼ਾ ਉੱਥੋਂ ਦੇ ਹੈੱਡ ਮਾਸਟਰ, ਉੱਥੋਂ ਦੇ ਮਾਸਟਰਾਂ ਦਾ ਅੱਖਾਂ ਦੀਆਂ ਤਾਰਾ ਰਹੇਗਾ। ਅਤੇ ਜਿੰਨੀ ਦੇਰ ਤੱਕ ਇੱਕ ਸਰਪੰਚ ਵਧੀਆ ਪ੍ਰਬੰਧਕ ਨਹੀਂ ਹੁੰਦਾ, ਜਿੰਨੀ ਦੇਰ ਤੱਕ ਇੱਕ ਸਰਪੰਚ ਗ੍ਰਾਮ ਸਭਾ ਬੁਲਾਉਣ ਦੀ ਹਿੰਮਤ ਨਹੀਂ ਰੱਖਦਾ, ਜਿੰਨੀ ਦੇਰ ਤੱਕ ਇੱਕ ਸਰਪੰਚ ਸਾਰੇ ਪੰਚਾਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਨਹੀਂ ਸੋਚਦਾ, ਉਨੀ ਦੇਰ ਤੱਕ ਉਹ ਕਿਸੇ ਵੀ ਕੀਮਤ 'ਤੇ ਕਾਮਯਾਬ ਸਰਪੰਚ ਬਣ ਹੀ ਨਹੀਂ ਸਕਦਾ। 5 ਸਾਲਾਂ ਬਾਅਦ, 5 ਸਾਲ ਕੰਮ ਕਰਦਿਆਂ ਹੋਇਆਂ ਉਹਦੇ ਮਨ ਦੇ ਵਿੱਚ ਇੱਕ ਨਕਸ਼ਾ ਰਹਿਣਾ ਚਾਹੀਦਾ ਵੀ ਜਦੋਂ ਮੈਂ 5 ਸਾਲਾਂ ਬਾਅਦ ਲੋਕਾਂ ਦੇ ਕੋਲ ਜਾਵਾਂ ਤਾਂ ਮੈਨੂੰ ਵੋਟਾਂ ਮੰਗਣ ਦੀ ਜ਼ਰੂਰਤ ਨਾ ਪਵੇ, ਲੋਕ ਮੇਰੇ ਕੋਲ ਆ ਕੇ ਕਹਿਣ ਬਹੁਤ ਸਹਿਮਤੀ ਵੀ ਅਗਲੇ ਵਾਰੀ ਫਿਰ ਵੀ ਤੈਨੂੰ ਅਸੀਂ ਬਣਾਵਾਂਗੇ। ਜੇ ਉਹ ਇਸ ਤਰ੍ਹਾਂ ਦਾ ਕੰਮ ਕਰਦਾ ਤਾਂ ਇਹ ਹੈ ਖੂਬਸੂਰਤੀ, ਇਹ ਹੈ ਲੋਕ ਸੇਵਾ, ਇਸ ਤਰ੍ਹਾਂ ਦੇ ਸਰਪੰਚਾਂ ਦੀ ਜ਼ਰੂਰਤ ਹੈ ਅਤੇ ਉਮੀਦ ਹੈ ਕਿ ਕੁਝ ਸਰਪੰਚ ਇਸ ਤਰ੍ਹਾਂ ਦੇ ਜ਼ਰੂਰ ਨਿਕਲਣਗੇ। ਮੈਂ ਇਹ ਚਾਹੁੰਦਾ ਸੀਗਾ ਵੀ ਤੁਸੀਂ ਉਹ ਕੰਮਾਂ ਜ਼ਰੂਰ ਜ਼ਿਕਰ ਕਰੋ ਜਿਹੜੇ ਕੰਮ ਸਰਪੰਚ ਨੂੰ ਪਹਿਲ ਦੇ ਆਧਾਰ 'ਤੇ ਪਿੰਡ ਦਾ ਬਚਪਨ ਹੈ ਜਿਹੜਾ, ਪਿੰਡ ਦੀ ਜਵਾਨੀ ਹੈ ਜਿਹੜੀ, ਮੈਨੂੰ ਲੱਗਦਾ ਵੀ ਗਲੀਆਂ ਨਾਲੀਆਂ ਸਿਵਿਆਂ ਦੇ ਕੰਧਾਂ ਛੱਪੜਾਂ ਤੱਕ ਉਲਝਣ ਨਾਲੋਂ ਲੋੜ ਤਾਂ ਨਸਲਾਂ ਬਚਾਉਣ ਦੀ ਹੈ। ਇਹ ਕੰਮ ਬਹੁਤੇ ਕੰਮ ਇਹ ਨੇ ਜਿਹੜੇ ਬਿਨਾਂ ਪੈਸੇ ਤੋਂ ਘੱਟ ਪੈਸੇ ਦੇ ਵਿੱਚ ਪਿੰਡ ਵਾਲੇ ਪੱਧਰ ਅਤੇ ਆਪਣੇ ਪੱਧਰ ਵੀ ਕਰ ਦਿੰਦੇ ਨੇ। ਮਸਲਾ ਇਸ ਗੱਲ ਦਾ ਵੀ ਅਗਵਾਈ ਕਰਤੇ ਕੌਣ ਬਣਨ। ਮੈਂ ਚਾਹਾਂਗਾ ਉਹਨਾਂ ਕੰਮਾਂ ਦਾ ਸਿੱਧੇ ਰੂਪ ਦੇ ਵਿੱਚ ਜ਼ਿਕਰ ਕੀਤਾ ਜਾਵੇ ਨਾਮ ਲੈ ਕੇ। ਬਹੁਤ ਅੱਛੀ ਗੱਲ ਹੈ ਤੁਹਾਡੀ ਸੁਖੀ ਜੀ। ਮੈਨੂੰ ਨਾ ਇੱਥੇ ਇੱਕ ਹਰਿਆਣੇ ਦੇ ਵਿੱਚੋਂ ਮੈਨੂੰ ਪੰਚਾਇਤ ਦਾ ਪਿੰਡ ਦਾ ਨਾਮ ਨਹੀਂ ਯਾਦ, ਪਰ ਮੈਨੂੰ ਉਹਨਾਂ ਦਾ ਕੀਤਾ ਹੋਇਆ ਕੰਮ ਬਾਖੂਬੀ ਯਾਦ ਆਉਂਦਾ ਹੁਣ ਜਦੋਂ ਅਸੀਂ ਕੰਮਾਂ ਦੀ ਪ੍ਰਾਇਓਰਟੀ ਦੀ ਗੱਲ ਕਰਦੇ ਹਾਂ। ਛੋਟਾ ਜਿਹਾ ਪਿੰਡ ਹੈ, ਉਸ ਪਿੰਡ ਦੇ ਮੁਖੀਆ ਨੇ, ਹਰਿਆਣੇ ਦੇ ਵਿੱਚ ਮੁਖੀਆ ਕਹਿੰਦੇ ਨੇਗੇ, ਉਹਨੇ ਕੀ ਕੀਤਾ ਕਿ ਆਪਣੇ ਪਿੰਡ ਦੇ ਵਿੱਚ 6-7 ਥਾਵਾਂ ਦੇ ਉੱਤੇ ਵਾਈਫਾਈ ਦੇ ਪੁਆਇੰਟ ਬਣਾਤੇ ਸਾਰੇ ਪਿੰਡ ਦੇ ਲਈ, ਨੰਬਰ 1। ਨੰਬਰ 2 ਦੇ ਉੱਤੇ ਉਸਨੇ ਇੱਕ ਥਾਂ ਦੇ ਉੱਤੇ ਇੱਕ ਸੂਚਨਾ ਲਾਇਬ੍ਰੇਰੀ ਕੰਮ ਸੂਚਨਾ ਕੇਂਦਰ ਅਤੇ ਨਾਲ ਹੀ ਉੱਥੇ ਉਸਨੇ ਇੱਕ ਆਫਿਸ ਖੋਲ੍ਹ ਦਿੱਤਾ। ਉਸ ਆਫਿਸ ਦੇ ਵਿੱਚ ਟਾਈਪਰਾਈਟਰ ਦੇ ਤੌਰ ਦੇ ਉੱਤੇ ਟਾਈਪ ਸਿੱਖਣੀ ਹੈ, ਕਿਸੇ ਨੇ ਟਾਈਪਰਾਈਟਿੰਗ ਸਿੱਖਣੀ ਹੈ, ਉੱਥੇ ਉਸਨੇ ਇੰਸਟਰਕਟਰ ਰੱਖ ਦਿੱਤੇ 2-3 ਅਤੇ ਉੱਥੇ ਜਿਹੜੇ ਨੌਜਵਾਨਾਂ ਨੇ ਕੋਈ ਪੋਸਟਾਂ ਭਰਨੀਆਂ ਸੀਗੀਆਂ, ਜਿੰਨੀ ਕੋਈ ਐਡਵਰਟਾਈਜ਼ਮੈਂਟਸ ਆਉਂਦੀਆਂ ਸਨ ਰੁਜ਼ਗਾਰ ਦੇ ਵਾਸਤੇ, ਉਹ ਸਾਰੀਆਂ ਉੱਥੇ ਪੇਸਟ ਕੀਤੀਆਂ ਜਾਂਦੀਆਂ ਸਨ, ਸਾਰਿਆਂ ਦੇ ਉੱਥੇ ਫੋਰਮ ਫਿਲ ਕੀਤੇ ਜਾਂਦੇ ਸਨ। ਨਾਲ ਉਹਨਾਂ ਨੇ ਸਿਵਲ ਸਰਵਿਸਿਸ ਵਾਸਤੇ ਜਿੰਨੀਆਂ ਵੀ ਕੋਈ ਬੁੱਕਸ ਦੀ ਜ਼ਰੂਰਤ ਹੁੰਦੀ ਸੀ ਉਹਨਾਂ ਨੇ ਉਹ ਉੱਥੇ ਲਿਆ ਕੇ ਪ੍ਰੋਵਾਈਡ ਕਰਵਾ ਦਿੱਤੀਆਂ, ਅਤੇ ਨਾਲ ਨਾਲ ਉਹ ਹਰ 15 ਦਿਨਾਂ ਬਾਅਦ ਕਿਸੇ ਨਾ ਕਿਸੇ ਐਕਸਪਰਟ ਬੰਦੇ ਨੂੰ, ਸਪੀਕਰ ਨੂੰ ਬੁਲਾ ਕੇ ਨੌਜਵਾਨਾਂ ਦਾ ਸੈਮੀਨਾਰ ਕਰਵਾਉਂਦੇ ਸੀ ਤਾਂ ਕਿ ਉਹ ਉਹਨਾਂ ਨੂੰ ਮੋਟੀਵੇਟ ਕਰ ਸਕੇ। ਅਤੇ ਉਸ ਪਿੰਡ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜਿਹੜੀ ਆਊਟਪੁੱਟ ਹੈਗੀ ਵੀ ਨੌਜਵਾਨ ਨੇ ਉਹ ਸਰਕਾਰੀ ਸੇਵਾਵਾਂ ਦੇ ਵਿੱਚ ਜਾਣ ਵਾਲੇ ਪਾਸੇ ਵੱਲ ਨੂੰ ਵਧੇ ਨੇ। ਇਸ ਦੇ ਉੱਤੇ ਨਾ ਉਹਨਾਂ ਦਾ ਕੋਈ ਜ਼ਿਆਦਾ ਪੈਸਾ ਨਹੀਂ ਲੱਗਿਆ ਗਾ, ਵੱਡੀ ਗੱਲ ਇਹ ਹੈ। ਆਮ ਤੌਰ 'ਤੇ ਸਾਡੇ ਜਿਹੜੇ ਸਰਪੰਚ ਨੇ ਉਹ ਇਹ ਸੋਚ ਲੈਂਦੇ ਨੇ ਜਦੋਂ ਕੋਈ ਕੰਮਕਾਰ ਕਰਦੇ ਨੇ ਉਹ ਸੋਚਣਗੇ ਵੱਡਾ, ਅਤੇ ਪਹਿਲਾਂ ਉਹ ਬਜਟ ਦੀ ਗੱਲ ਸੋਚ ਕੇ ਅਤੇ ਉਸ ਤੋਂ ਬਾਅਦ ਉਹ ਕਿਤੇ ਨਾ ਕਿਤੇ ਫਿਰ ਪਿੱਛੇ ਚਲੇ ਜਾਂਦੇ ਨੇਗੇ। ਹੁਣ ਮੈਂ ਆਉਣਾ ਗੱਲ ਤੁਹਾਡੀ ਪ੍ਰਾਇਓਰਟੀ ਕਿਸ ਗੱਲ ਦੀ ਹੋਵੇ। ਅੱਜ ਜਦੋਂ ਅਸੀਂ ਦੇਖਦੇ ਹਾਂ ਪਿੰਡਾਂ ਦੇ ਵਿੱਚ ਸਰਪੰਚਾਂ ਨੂੰ ਇਸ ਗੱਲ ਦਾ ਭਾਵ ਪੂਰਵ ਢੰਗ ਨਾਲ ਪਤਾ ਹੋਣਾ ਚਾਹੀਦਾ ਕਿ ਜਿੰਨੀ ਦੇਰ ਤੱਕ ਉਹ ਆਪਣੀ ਨੌਜਵਾਨ ਪੀੜ੍ਹੀ ਨੂੰ ਸੰਭਾਲਣਗੇ ਨਹੀਂ, ਉਨੀ ਦੇਰ ਤੱਕ ਉਹ ਚਾਹੇ ਕੁਛ ਮਰਜ਼ੀ ਕਰੀ ਜਾਣ ਕਾਮਯਾਬ ਸਰਪੰਚ ਹੋ ਹੀ ਨਹੀਂ ਸਕਦੇ। ਕਿਉਂ? ਕਿਉਂਕਿ ਜਿਹੜੇ ਬੱਚੇ ਅੱਜ 5 ਸਾਲਾਂ ਬਾਅਦ ਉਹਨਾਂ ਨੇ ਵੱਡੇ ਹੋ ਕੇ ਸੋਝੀ ਆ ਜਾਣੀ ਹੈ, ਉਹਨਾਂ ਦੇ ਲਈ ਉਸਨੇ ਕੀ ਕੀਤਾ? ਉਹਨਾਂ ਨੇ ਹੀ
ਬਾਗਡੋਰ ਸੰਭਾਲਣੀ ਆ, ਉਹਨਾਂ ਨੇ ਹੀ ਪ੍ਰਚਾਰ ਕਰਨਾ, ਉਹਨਾਂ ਨੇ ਹੀ ਐਨਾਲਾਈਸਿਸ ਕਰਨਾ, ਉਹਨਾਂ ਦਾ ਹੀ ਨਿਚੋੜ ਕੱਢਣਾ ਹੈ। ਜਿਸ ਪਿੰਡ ਦੇ ਵਿੱਚ ਲਾਇਬ੍ਰੇਰੀ ਹੈ, ਬਹੁਤ ਵਧੀਆ ਗੱਲ ਹੈ। ਜੇ ਨਹੀਂ ਹੈ ਲਾਇਬ੍ਰੇਰੀ ਤਾਂ ਇਸ ਪਾਸੇ ਵੱਲੋਂ ਪਹਿਲ ਦੇ ਆਧਾਰ ਦੇ ਉੱਤੇ ਚੱਲਣਾ ਚਾਹੀਦਾ ਹੈ। ਜੇ ਲਾਇਬ੍ਰੇਰੀ ਪਹਿਲਾਂ ਤੋਂ ਸਥਾਪਿਤ ਕੀਤੀ ਹੋਈ ਹੈ, ਆਮ ਤੌਰ 'ਤੇ ਨਾ ਇੱਥੇ ਮੈਨੂੰ ਗੱਲ ਯਾਦ ਆ ਜਾਂਦੀ ਹੈ ਕਿ ਸਾਡੇ ਰਾਜਨੀਤਿਕ ਤਾਣੇ ਬਾਣੇ ਦੇ ਵਿੱਚ ਇਹ ਗੱਲ ਦੀ ਬਹੁਤ ਭੈੜ ਹੈ ਕਿ ਇਹ ਪਿਛਲਿਆਂ ਨੇ ਕੀਤਾ ਸੀ, ਇਸ ਕਰਕੇ ਅਸੀਂ ਇਸ ਨੂੰ ਨਹੀਂ ਛੇੜਨਾ। ਜਾਂ ਅਸੀਂ ਦੇਖਦੇ ਹਾਂ ਇਸ ਦਾ ਸ਼ਿਕਾਰ ਵੱਡੇ ਪੱਧਰ ਦੇ ਉੱਤੇ ਸਾਡੇ ਜਾਣੀ ਕਿ ਵਿਧਾਨ ਸਭਾ ਅਤੇ ਲੋਕ ਸਭਾਵਾਂ ਦੇ ਸਾਡੇ ਜਿਹੜੇ ਮੰਤਰੀ ਨੇ, ਕੈਬਨਿਟ ਦੇ ਮੰਤਰੀ ਨੇ ਜਾਂ ਸਾਡੇ PM ਤੇ CM ਨੇ, ਉਹ ਵੀ ਹੁੰਦੇ ਨੇਗੇ। ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਸਕੀਮਾਂ ਦੇ ਨਾਮ ਚੇਂਜ ਕਰ ਦੇਣਾ, ਸ਼ਹਿਰਾਂ ਦੇ ਪਿੰਡਾਂ ਦੇ ਨਾਮ ਚੇਂਜ ਕਰ ਦੇਣਾ। ਕਿਉਂ? ਕਿਉਂਕਿ ਪਿਛਲੀ ਸਰਕਾਰ ਨੇ ਕੀਤਾ ਹੋਇਆ ਸੀ। ਸਰਪੰਚਾਂ ਨੂੰ ਮੈਂ ਇਸ ਗੱਲ ਦੀ ਬੇਨਤੀ ਕਰੂੰਗਾ ਕਿ ਤੁਸੀਂ ਦੇਖੋ ਜਿਹੜਾ ਪਿਛਲਿਆਂ ਨੇ ਸ਼ੁਰੂ ਕੀਤਾ ਸੀ ਉਹਦੀ ਪਿੱਠ ਭੂਮੀ ਦੇ ਵਿੱਚ ਜਾਓ। ਕਿਉਂ ਕੀਤਾ ਸੀ? ਕੀ ਪਿੰਡ ਦੇ ਲਈ, ਲੋਕਾਂ ਦੇ ਲਈ? ਉਹਦੀ ਸਾਰਥਕਤਾ ਹੈਗੀ ਹੈ? ਜੇ ਉਹਦੀ ਸਾਰਥਕਤਾ ਹੈਗੀ ਹੈ ਤਾਂ ਲੋਕਾਂ ਦਾ ਹੀ ਪੈਸਾ, ਜਿੰਨੇ ਪ੍ਰਸੈਂਟ ਉਹ ਕੰਮ ਹੋਇਆ ਉਸ ਦੇ ਉੱਤੇ ਲੋਕਾਂ ਦਾ ਪੈਸਾ ਹੀ ਲੱਗਿਆ, ਤੁਹਾਡੇ ਪਿੰਡ ਦਾ ਪੈਸਾ ਹੀ ਲੱਗਿਆ। ਇਸ ਕਰਕੇ ਤੁਸੀਂ ਉਸ ਕੰਮ ਨੂੰ ਕੰਟੀਨਿਊ ਕਰੋ, ਕਿਉਂਕਿ ਜਦੋਂ ਤੁਸੀਂ ਕੰਟੀਨਿਊ ਕਰੋਗੇ ਤਾਂ ਤੁਹਾਨੂੰ ਵੀ ਸਕੂਨ ਮਿਲੇਗਾ। ਇੱਕ ਨਾ ਸੁੱਖੀ ਜੀ, ਮੈਂ ਇੱਥੇ ਪਹਿਲੇ ਨੰਬਰ ਦੇ ਉੱਤੇ ਲਾਇਬ੍ਰੇਰੀ ਬਣਾਤੀ। ਹੁਣ ਲਾਇਬ੍ਰੇਰੀ ਨੂੰ ਜੇਕਰ ਚੱਲਦੀ ਨਹੀਂ ਹੈ, ਜੇ ਉਹ ਇਕੱਲਾ ਤਸਵੀਰਾਂ ਦਾ ਸ਼ਿੰਗਾਰ ਬਣੀ ਹੋਈ ਹੈ, ਜੋ ਇਕੱਲੀਆਂ ਕਿਤਾਬਾਂ ਦਾ ਸ਼ਿੰਗਾਰ ਬਣੀ ਹੋਈ ਹੈ, ਉੱਥੇ ਕੋਈ ਪਾਠਕ ਨਹੀਂ ਆਉਂਦਾ, ਉਹ ਕਿਤਾਬਾਂ ਚੱਲ ਕੇ ਕਿਸੇ ਤੱਕ ਨਹੀਂ ਜਾਂਦੀਆਂ, ਤਾਂ ਇਹਦਾ ਮਤਲਬ ਉਹਨੂੰ ਲਾਇਬ੍ਰੇਰੀ ਨਹੀਂ ਕਿਹਾ ਜਾ ਸਕਦਾ। ਲਾਇਬ੍ਰੇਰੀ ਬਣਾਉਣੀ ਔਖੀ ਨਹੀਂ ਹੈ, ਲਾਇਬ੍ਰੇਰੀ ਚਲਾਉਣੀ ਔਖੀ ਹੈ। ਅਤੇ ਲਾਇਬ੍ਰੇਰੀ ਪਿੰਡ ਦੀ ਇੱਕ ਇਹੋ ਜਿਹੀ ਥਾਂ ਹੈ ਜਿਸ ਨੂੰ ਅਸੀਂ ਕਹਾਂਗੇ ਉੱਥੋਂ ਜਿੰਨੀ ਮਰਜ਼ੀ ਕਰੀਮ ਕੱਢ ਲਓ, ਜਿੰਨੇ ਮਰਜ਼ੀ ਨੌਜਵਾਨਾਂ ਦਾ, ਬੱਚਿਆਂ ਦਾ, ਬੱਚੀਆਂ ਦਾ ਤੁਸੀਂ ਦਿਮਾਗ ਰੋਸ਼ਨ ਕਰ ਲਓ, ਉੱਥੋਂ ਤੁਸੀਂ ਜਿੰਨੇ ਮਰਜ਼ੀ UPSC ਵਾਲੇ ਬੱਚਿਆਂ ਨੂੰ ਮੋਟੀਵੇਟ ਕਰਕੇ ਅੱਗੇ ਤੱਕ ਭੇਜ ਸਕਦੇ ਹੋਗੇ, ਉੱਥੇ ਜਿੰਨੇ ਮਰਜ਼ੀ ਤੁਸੀਂ ਹੋਰ ਵੱਖ ਵੱਖ ਖੇਤਰਾਂ ਵਿੱਚ ਜਾਣ ਵਾਲੇ ਬੱਚਿਆਂ ਨੂੰ ਤੁਸੀਂ ਭੇਜ ਸਕਦੇ ਹੋਗੇ। ਤਾਂ ਮੈਨੂੰ ਲਾਇਬ੍ਰੇਰੀ, ਮੈਂ ਬੇਨਤੀ ਕਰੂੰਗਾ ਕਿ ਬਹੁਤੇ ਪਿੰਡਾਂ ਵਿੱਚ ਸਾਡੇ ਲਾਇਬ੍ਰੇਰੀਆਂ ਬਣ ਗਈਆਂ ਪਿਛਲੇ ਸਮੇਂ ਦੇ ਦੌਰਾਨ। ਹੁਣ ਅਗਲਿਆਂ ਲਈ ਚੈਲੰਜ ਹੈ ਵੀ ਅਸੀਂ ਉਸ ਲਾਇਬ੍ਰੇਰੀ ਨੂੰ ਚਲਾਉਣਾ ਕਿਵੇਂ। ਇਹਦੀ ਮੈਂ ਇੱਕ ਉਦਾਹਰਣ ਦੇ ਦਿੰਦਾ, ਚਲਾਉਣ ਦੇ ਉੱਤੇ ਕੋਈ ਜ਼ਿਆਦਾ ਪੈਸੇ ਨਹੀਂ ਲੱਗਦੇਗੇ, ਕਿਤਾਬਾਂ ਮਹਿੰਗੀਆਂ ਨਹੀਂ ਹੁੰਦੀਆਂ। ਇੱਕ ਉੱਥੇ ਬੰਦਾ ਰੱਖ ਕੇ, ਮੇਰਾ ਇਹ ਖੁਦ ਸੈਲਫ ਐਕਸਪੀਰੀਅੰਸ ਵੀ ਰਹੇਗਾ, ਅਸੀਂ ਇੱਕ ਪਰਿਵਾਰਿਕ ਮੋਬਾਈਲ ਲਾਇਬ੍ਰੇਰੀ ਚਲਾਈ। ਮੈਂ ਨਾ ਇੱਕ ਸਿਹਤਮਈ ਗੱਲ ਹੈ ਤਾਂ ਕਰਕੇ ਐਗਜ਼ਾਮਪਲ ਦੇ ਰਿਹਾ ਵੀ ਅਸੀਂ ਇੱਕ ਵਰਕਰ ਰੱਖ ਲਿਆ, ਅਸੀਂ ਇੱਕ ਮਹੀਨੇ ਤੋਂ ਬਾਅਦ ਜਾਂ 15 ਦਿਨਾਂ ਤੋਂ ਬਾਅਦ ਜਿਸ ਤਰ੍ਹਾਂ ਰੀਡਰ ਦੀ ਟੇਸਟ ਹੈਗਾ ਸੀ, ਵਟਸਐਪ ਗਰੁੱਪ ਬਣਾ ਲਿਆ ਗਿਆ, ਵਟਸਐਪ ਗਰੁੱਪ ਦੇ ਰਾਹੀਂ ਜਿੰਨੀਆਂ ਕਿਤਾਬਾਂ ਸਾਡੇ ਕੋਲ ਹੈਗੀਆਂ ਸਨ ਉਹ ਉੱਥੇ ਨਸ਼ਰ ਕਰ ਦਿੱਤੀ ਗਈ ਸੂਚੀ। ਉਸ ਦੀ ਜਿਹੜਾ ਰੀਡਰ ਸੀ ਉਹਨਾਂ ਨੂੰ ਰਜਿਸਟਰਡ ਕਰ ਲਿਆ ਗਿਆ। ਰਜਿਸਟਰਡ ਕਰਨ ਤੋਂ ਬਾਅਦ ਜਿਹੜੀ ਕੋਈ ਕਿਤਾਬ ਦੀ ਡਿਮਾਂਡ ਕਰਦੇ ਸਨ ਉਸ ਸੂਚੀ ਦੇ ਵਿੱਚੋਂ, ਉਹ ਆਪਣੀ ਡਿਮਾਂਡ ਉੱਥੇ ਕ੍ਰੀਏਟ ਕਰ ਦਿੰਦੇ ਸਨ। ਸਾਡਾ ਬੰਦਾ ਉਸ ਨੂੰ ਦੇਖਦਾ ਸੀ ਅਤੇ ਉਸਨੇ ਕਿਤਾਬ ਚੱਕਣੀ ਲਾਇਬ੍ਰੇਰੀ ਦੇ ਵਿੱਚੋਂ ਅਤੇ ਪਿਛਲੀ ਕਿਤਾਬ ਲੈ ਆਉਣੀ, ਅਗਲੀ ਕਿਤਾਬ ਉਸਨੇ ਦੇ ਆਉਣੀ। ਘਰੇ ਬੈਠੇ ਬੰਦੇ ਤੱਕ ਉਹ ਜਿਹੜੀ ਕਿਤਾਬ ਚੱਲ ਕੇ ਚਲੀ ਗਈ, ਕਿਤਾਬ ਤੁਰ ਕੇ ਉਸ ਬੰਦੇ ਰਾਹੀਂ ਚਲੀ ਗਈ। ਹੁਣ ਉਸ ਪਰਿਵਾਰ ਦੇ ਵਿੱਚੋਂ ਜਿਹੜੇ ਬੰਦੇ ਨੇ ਰਜਿਸਟਰਡ ਮੈਂਬਰ ਕਰਾਇਆ ਹੋਇਆ, ਚਾਹੇ ਤਾਂ ਉਹ ਪੜ੍ਹ ਲਏ, ਚਾਹੇ ਉਹਨਾਂ ਦੇ ਪਰਿਵਾਰ ਦਾ ਕੋਈ ਹੋਰ ਮੈਂਬਰ ਪੜ੍ਹ ਲਏ, ਚਾਹੇ ਉਹਨਾਂ ਦਾ ਕੋਈ ਆਂਢੀ ਗੁਆਂਢੀ ਪੜ੍ਹ ਲਏ, ਪਰ ਜਦੋਂ ਕਿਤਾਬ ਘਰੇ ਪਈ ਹੈਗੀ ਉਹ ਕਿਤੇ ਨਾ ਕਿਤੇ ਕੋਈ ਨਾ ਕੋਈ ਪੜ੍ਹਨਗੇ। ਅਤੇ ਅਸੀਂ ਇੱਕ ਹੋਰ ਕੰਮ ਕੀਤਾ, ਕਿਉਂਕਿ ਕੁਝ ਰੀਡਰ ਆਏ ਸੀ ਵੀ ਕਿਤਾਬ ਨੂੰ ਐਜ਼ ਇਟ ਇਜ਼ ਦੇ ਦਿੰਦੇ ਸੀ, ਅਸੀਂ 6 ਕੁ ਮਹੀਨਿਆਂ ਤੋਂ ਬਾਅਦ ਇਹਦਾ ਕੰਪੀਟੀਸ਼ਨ ਰੱਖ ਲਿਆ ਵੀ ਜਿਨ੍ਹਾਂ ਦੇ ਰਿਵਿਊ ਆਉਣਗੇ ਅਸੀਂ ਉਹਨਾਂ ਨੂੰ ਕੁਛ ਨਾ ਕੁਛ ਮਾਨ ਸਨਮਾਨ ਦੇਵਾਂਗੇ। ਜੀ, ਪਿੰਡਾਂ ਦੇ ਲਈ ਤਾਂ ਇਹ ਗੱਲ ਹੋਰ ਵੀ ਜ਼ਿਆਦਾ ਵੱਡੀ ਗੱਲ ਬਣ ਜਾਂਦੀਗੀ ਵੀ ਜਦੋਂ ਉਹ ਕਿਤਾਬ ਨੂੰ ਘਰ ਤੱਕ ਪਹੁੰਚਾ ਦੇਣ, ਕਿਉਂਕਿ ਸਾਰੇ ਰੀਡਰ ਨਹੀਂ ਹੁੰਦੇ ਗੇ, ਸਾਰੇ ਪੜ੍ਹਨ ਵਾਲੇ ਨਹੀਂ ਹੁੰਦੇ। ਅਗਰ ਕਿਤਾਬ ਸਾਡੇ ਘਰੇ ਪਈ ਹੈ
ਤਾਂ ਸਾਡੇ ਪਰਿਵਾਰ ਦੇ ਵਿੱਚੋਂ ਕੋਈ ਨਾ ਕੋਈ ਮੈਂਬਰ ਕਿਸੇ ਨਾ ਕਿਸੇ ਵੇਲੇ ਜ਼ਰੂਰ ਪੜ੍ਹ ਸਕਦਾ ਹੈ, ਪੜ੍ਹਦਾ ਹੈ। ਇਸ ਕਰਕੇ ਇਸ ਸਿਸਟਮ ਨਾਲ ਵੀ ਨਵੇਂ ਜਿਹੜੇ ਸਰਪੰਚ ਨੇ ਉਹ ਆਪਣੀ ਲਾਇਬ੍ਰੇਰੀ ਨੂੰ ਚਲਾ ਸਕਦੇ ਨੇ। ਇੱਕ ਨਸ਼ਿਆਂ ਦਾ ਮੁੱਦਾ ਸਾਡੇ ਪਿੰਡ ਦੇ ਵਿੱਚ, ਪਿੰਡਾਂ ਦੇ ਵਿੱਚ ਖਾਸ ਤੌਰ 'ਤੇ, ਅੱਜ ਦੇ ਸਮੇਂ 'ਚ ਪੂਰੇ ਪੰਜਾਬ ਦੇ ਵਿੱਚ ਇਸ ਨੇ ਆਪਣੀ ਸੰਗੀ ਦੇ ਵਿੱਚ ਲੈ ਲਿਆ ਸਾਰੇ ਪੰਜਾਬ ਨੂੰ, ਖਾਸ ਤੌਰ 'ਤੇ ਨੌਜਵਾਨ ਵਰਗ ਨੂੰ। ਜੀ ਮੈਨੂੰ ਨਾ ਉਦੋਂ ਬਹੁਤ ਦੁੱਖ ਹੁੰਦਾ ਹੈ ਜਦੋਂ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਇੰਨਾ ਨਸ਼ਾ ਹੈ। ਦੁੱਖ ਇਸ ਗੱਲ ਦਾ ਆਉਂਦਾ ਕਿਉਂਕਿ ਅਸੀਂ ਦੇਖੀਏ ਸੰਸਾਰ ਦੇ ਵਿੱਚ ਕਿੱਥੇ ਨਹੀਂ ਹੈਗਾ ਨਸ਼ਾ, ਨਸ਼ਾ ਸਾਰੇ ਕਿਤੇ ਹੈ ਜਦੋਂ ਦੀ ਗਲੋਬਲਾਈਜੇਸ਼ਨ ਦਾ ਦੌਰ ਆਇਆਗਾ। ਪਰ ਮਸਲਾ ਇਹ ਹੈ ਕਿ ਇੱਕ ਪਿੰਡ ਦੇ ਵਿੱਚ ਪਿੰਡ ਦੇ ਚੁਣੀ ਹੋਈ ਪੰਚਾਇਤ ਨੇ ਆਪਣੇ ਪਿੰਡ ਨੂੰ ਨਸ਼ਿਆਂ ਤੋਂ ਕਿਵੇਂ ਬਚਾਉਣਾ ਹੈ, ਆਪਣੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਕਿਵੇਂ ਬਚਾਉਣਾ ਹੈ, ਸਵਾਲ ਤਾਂ ਉਹਨਾਂ ਸਾਹਮਣੇ ਇਹ ਹੈ। ਜੇ ਇੱਕ ਸਰਪੰਚ ਚਾਹੇ ਤਾਂ ਆਪਣੇ ਪਿੰਡ ਦੇ ਵਿੱਚੋਂ ਨਸ਼ਾ ਮੁਕਤੀ ਦਾ ਬੋਰਡ ਲਾ ਸਕਦਾ 5 ਸਾਲਾਂ ਦੇ ਵਿੱਚ। ਇਹਦੇ ਲਈ ਬਹੁਤ ਜ਼ਿਆਦਾ ਕੁਛ ਕਰਨ ਦੀ ਜ਼ਰੂਰਤ ਨਹੀਂ ਹੈ। ਇੱਕ ਡਾਟਾ ਇਕੱਠਾ ਕਰਨ ਦੀ ਜ਼ਰੂਰਤ ਹੈ ਇਮਾਨਦਾਰੀ ਦੇ ਨਾਲ। ਕੋਈ ਬੰਦਾ ਨਹੀਂ ਗੁੱਝਿਆ ਵੀ ਕਿਹੜੇ ਕਿਹੜੇ ਨਸ਼ਾ ਵੇਚਦੇ ਨੇ, ਕੌਣ ਕੌਣ ਨਸ਼ਾ ਲੈਂਦੇ ਨੇ ਅਤੇ ਕਿੰਨਾ ਕਿੰਨਾ ਨਸ਼ਾ ਲੈਂਦੇ ਨੇ। ਇਸ ਗੱਲ ਦਾ ਇਮਾਨਦਾਰੀ ਨਾਲ ਡਾਟਾ ਕੁਲੈਕਟ ਕੀਤਾ ਜਾਵੇ। ਇਹ ਡਾਟਾ ਕੁਲੈਕਟ ਕਰਨ ਤੋਂ ਬਾਅਦ, ਐਨਾਲਾਈਸਿਸ ਕਰਨ ਤੋਂ ਬਾਅਦ ਫਿਰ ਉਹਨਾਂ ਬੰਦਿਆਂ ਦੇ ਨਾਲ ਸੰਪਰਕ ਕੀਤਾ ਜਾਵੇ। ਇਸ ਦੇ ਉੱਤੇ ਕੋਈ ਪੈਸਾ ਨਹੀਂ ਲੱਗਦਾ, ਇਹ ਬਿਨਾਂ ਪੈਸੇ ਤੋਂ ਕੀਤਾ ਜਾਣ ਵਾਲਾ। ਪਰ ਇਹ ਜਿਹੜਾ ਕੰਮ ਹੋ ਗਿਆ ਜਦੋਂ 5 ਸਾਲਾਂ ਤੋਂ ਬਾਅਦ, 4 ਸਾਲਾਂ ਤੋਂ ਬਾਅਦ, 3 ਸਾਲਾਂ ਤੋਂ ਬਾਅਦ ਉਹ ਬੋਰਡ ਲਾਉਣ ਦੇ ਯੋਗ ਹੋ ਗਿਆ ਵੀ ਮੇਰਾ ਪਿੰਡ ਨਸ਼ਾ ਮੁਕਤ ਹੈ, ਮੈਂ ਕਹਿੰਦਾ ਵੀ ਇਸ ਤੋਂ ਵੱਡੀ ਗੱਲ ਹੋਰ ਕੋਈ ਹੋ ਨਹੀਂ ਸਕਦੀ। ਅੱਜ ਮੌਤਾਂ ਹੋ ਰਹੀਆਂ ਨੇ। ਜੇ ਇੱਕ ਸਰਪੰਚ ਨੂੰ ਉਹਦੇ ਪਿੰਡ ਦੇ ਵਿੱਚ ਨਸ਼ੇ ਕਾਰਨ ਕਿਸੇ ਨੌਜਵਾਨ ਲੜਕੇ ਜਾਂ ਲੜਕੀ ਦੀ ਮੌਤ ਹੁੰਦੀ ਹੈ, ਜੇ ਪਿੰਡ ਦੇ ਸਰਪੰਚ ਨੂੰ ਪਤਾ ਨਹੀਂ ਹੈ, ਜੇ ਪਿੰਡ ਦਾ ਸਰਪੰਚ ਉਸ ਮਾਮਲੇ ਦੇ ਵਿੱਚੋਂ ਆਪਣੀਆਂ ਅੱਖਾਂ ਪਰਾਂ ਕਰਕੇ ਲੰਘਿਆ ਹੈ, ਇਹਦਾ ਮਤਲਬ ਕਾਇਰ ਹੈ, ਇਹਦਾ ਮਤਲਬ ਉਹ ਆਪਣੇ ਪਿੰਡ ਦੇ ਵਿੱਚ ਕੁਝ ਕਰਨਾ ਨਹੀਂ ਚਾਹੁੰਦਾ ਗਾ। ਇਹਦਾ ਮਤਲਬ ਉਹ ਸਰਪੰਚ ਇਹ ਚਾਹੁੰਦਾ ਵੀ ਮੇਰੇ ਪਿੰਡ ਦੇ ਵਿੱਚ ਮੌਤਾਂ ਇਸੇ ਤਰ੍ਹਾਂ ਹੀ ਨਸ਼ੇ ਦੇ ਕਾਰਨ ਹੋਰ ਹੁੰਦੀਆਂ ਰਹਿਣ। ਇਸ ਕਰਕੇ ਮੈਂ ਸਰਪੰਚਾਂ ਨੂੰ ਜ਼ਰੂਰ ਆਗਾਹ ਕਰਦਾ, ਜ਼ਰੂਰ ਉਹਨੂੰ ਬੇਨਤੀ ਕਰਦਾ ਵੀ ਤੁਸੀਂ ਜੇਕਰ ਡਾਟਾ ਕੁਲੈਕਟ ਕਰਕੇ ਇਮਾਨਦਾਰੀ ਦੇ ਨਾਲ ਹੌਲੀ ਹੌਲੀ, ਤੁਹਾਨੂੰ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦੀ ਵੀ ਇਸ ਕੰਮ ਦੇ ਵਿੱਚ ਜ਼ਰੂਰਤ ਨਹੀਂ ਹੈ, ਸਾਡੀ ਭਾਈਚਾਰਕ ਸਾਂਝ ਇੰਨੀ ਕੁ ਹੁੰਦੀ ਹੈ। ਵੈਸੇ ਪ੍ਰਸ਼ਾਸਨ ਇਸ ਕੰਮ ਦੇ ਵਿੱਚ ਹੁਣ ਇਮਾਨਦਾਰੀ ਨਾਲ ਕਿਤੇ ਨਾ ਕਿਤੇ ਸਹਿਯੋਗ ਦੇ ਰਿਹਾ ਹੈਗਾ। ਨਸ਼ੇ ਦੇ ਬਹੁਤ ਵੱਡੇ ਪੱਧਰ ਦੇ ਉੱਤੇ ਕੰਮ ਕਰਨ ਦੀ ਜ਼ਰੂਰਤ ਹੈ। ਇਸ ਤੋਂ ਜਿਹੜੇ ਅਗਲੇ ਕੰਮ ਨੇ, ਸਿਹਤ ਦੀਆਂ ਸਹੂਲਤਾਵਾਂ ਨੇ, ਸਾਡੇ ਪਿੰਡਾਂ ਦੇ ਲੋਕਾਂ ਨੂੰ ਜਿਹੜੀਆਂ ਸਰਕਾਰੀ ਸੰਸਥਾਵਾਂ, ਸਰਕਾਰੀ ਸੁਵਿਧਾਵਾਂ ਮਿਲ ਰਹੀਆਂ ਨੇ, ਉਹਨਾਂ ਦੇ ਬਾਰੇ ਵਿੱਚ ਗਿਆਨ ਨਹੀਂ ਹੈ। ਉਹ ਪਿੰਡ ਦਾ ਸਰਪੰਚ ਆਪਣੇ ਕਿਸੇ ਪੰਚਾਇਤ ਮੈਂਬਰ ਜਿਹੜਾ ਕੋਈ ਪੜ੍ਹਿਆ ਲਿਖਿਆ ਹੈਗਾ ਉਸ ਦੀ ਡਿਊਟੀ ਲਾਵੇ, ਸਾਰਾ ਕੰਮ ਆਪਦੇ ਕੋਲ ਹੀ ਨਾ ਲਵੇ। ਤੁਸੀਂ ਲਾਇਬ੍ਰੇਰੀ ਦੀ ਗੱਲ ਕੀਤੀ ਹੈ, ਤੁਸੀਂ ਨਸ਼ਿਆਂ ਦੀ ਗੱਲ ਕੀਤੀ ਹੈ, ਕੀ ਤੁਹਾਨੂੰ ਲੱਗਦਾ ਕਿ ਗਰਾਊਂਡ ਤੋਂ ਬਿਨਾਂ, ਗਰਾਊਂਡ ਹਰੇਕ ਪਿੰਡ 'ਚ ਹੈਗਾ, ਕੋਈ ਪਿੰਡ ਬਿਰਲਾ ਹੋਊਗਾ ਜਿੱਥੇ ਗਰਾਊਂਡ ਦੀ ਸੁਵਿਧਾ ਨਾ ਹੋਵੇ, ਨਹੀਂ ਹੋਊ ਤਾਂ ਨਾਗੇ ਪਿੰਡ 'ਚ ਹੁੰਦੀ ਹੈ, ਰਲ ਮਿਲ ਕੇ ਕੁਛ ਕੀਤਾ ਜਾ ਸਕਦਾ, ਕੀ ਗਰਾਊਂਡ 'ਚ ਮਾਹੌਲ ਤੋਂ ਬਿਨਾਂ ਇਹ ਗੱਲ ਸੰਭਵ ਨੇ? ਨਹੀਂ ਤਾਂ ਬਹੁਤੇ ਸਰਪੰਚ ਗਰਾਊਂਡ ਵੱਲ ਝਾਕਦੇ ਨਹੀਂ ਹੈਗੇ, ਇਹ ਕੋਸ਼ਿਸ਼ ਨਹੀਂ ਕਰਦੇ ਪਿੰਡ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ। ਆਪਣੇ ਮਾਨਸਾ ਜ਼ਿਲ੍ਹੇ 'ਚ ਰੰਗੜਿਆਲ ਪਿੰਡ ਵੱਡੀ ਇਗਜ਼ਾਮਪਲ ਹੈ, ਜਿੱਥੇ ਨੌਜਵਾਨ ਮੁੰਡੇ ਕੁੜੀਆਂ ਸਵੇਰੇ ਸ਼ਾਮ ਗਰਾਊਂਡ 'ਚ ਹੁੰਦੇ ਨੇ, ਅਤੇ ਉਹ ਪਿੰਡ ਅੱਜ ਫੌਜੀ ਵਾਲਾ ਪਿੰਡ ਵੱਜਦਾ ਹੈ। ਪੰਜਾਬ ਦਾ ਉਹ ਪਿੰਡ ਜਿਹਨੂੰ ਦੁਨੀਆਂ ਨਕਸ਼ੇ ਲੈ ਕੇ ਆਏ, ਚੱਕਰ ਦੀ ਗੱਲ ਕਰੀਏ, ਲੱਖਾਂ ਰੁਪਏ ਦੇ ਨਾਮ ਉਸ ਪਿੰਡ ਵੱਲੋਂ ਰੱਖੇ ਗਏ ਆਪਣੇ ਨੌਜਵਾਨ ਮੁੰਡੇ ਕੁੜੀਆਂ ਲਈ, ਉਹਨਾਂ ਨੇ ਗਰਾਊਂਡ ਦਾ ਮਾਹੌਲ ਸਿਰਜਿਆ। ਬਿਲਕੁਲ, ਅਤੇ ਮੈਨੂੰ ਅਫਸੋਸ ਨਾਲ ਕਹਿ ਰਿਹਾ ਪੈ ਰਿਹਾ ਕਿ ਜਿਹੜੇ ਪਿੰਡ ਸਰਬਸੰਮਤੀ ਹੋਈ, ਉਹ ਮੈਂ ਜਿਹੜੀ ਗੱਲ ਛੱਡ ਗਈ ਸੀ ਪਿੱਛੇ, ਆਪਾਂ ਉਹਨਾਂ ਨੇ ਪੜਾ ਹੀ ਨਹੀਂ ਤੈਅ ਕੀਤਾ, ਅਗਲੀ ਵਾਰੀ ਉਸੇ ਪਿੰਡ ਦੇ ਵਿੱਚ ਜਿਹੜੇ ਪਿੰਡ ਸਰਬਸੰਮਤੀ ਹੋ ਗਈ ਸੀ, ਉਸ ਪਿੰਡ ਦੇ ਵਿੱਚ ਜੇ ਸ਼ਰਾਬ ਚੱਲਦੀ ਹੈ, ਜੇ ਨਸ਼ੇ ਚੱਲਦੇ ਨੇ, 20-25 ਲੱਖ ਸਰਪੰਚੀ ਚੱਲਦਾ,
ਮੈਂ ਤਾਂ ਇਹ ਮੰਨਦਾ ਵੀ ਉਹ ਚੁਣੀ ਹੋਈ ਪੰਚਾਇਤ ਦੀ ਗਲਤੀ ਹੋ ਗਈ ਵੀ ਉਹਨਾਂ ਨੇ ਅਜਿਹਾ ਕੁਝ ਨਹੀਂ ਸਿਰਜਿਆ ਹੈਗਾ, ਮਾਨਸਿਕ ਤੋਂ ਲੋਕਾਂ ਪੱਖੋਂ ਤਿਆਰ ਨਹੀਂ ਕੀਤੇ ਵੀ ਸਰਬਸੰਮਤੀ ਵਧੀਆ ਹੁੰਦੀ ਹੈ। ਕੀ ਗਰਾਊਂਡ ਤੋਂ ਬਿਨਾਂ ਇਹ ਕੁਝ ਸੰਭਵ ਹੈ? ਸੁਖੀ ਜੀ ਤੁਸੀਂ ਬਿਲਕੁਲ ਸਹੀ ਗੱਲ ਜੋੜੀ ਹੈ, ਕਿਉਂਕਿ ਨੌਜਵਾਨ ਜਿਹੜਾ ਹੁੰਦਾ ਹੈਗਾ ਉਹ ਪੂਰੀ ਐਨਰਜੀ ਹੁੰਦੀ ਹੈ ਉਸ ਦੇ ਵਿੱਚ ਜੀ। ਅਸੀਂ ਸਕੂਲਾਂ ਦੇ ਵਿੱਚ ਵੀ ਜਿਹੜੇ ਚੰਗੇ ਪ੍ਰਬੰਧਕ ਨੇ ਉਹ ਬੱਚਿਆਂ ਦੀ ਐਨਰਜੀ ਨੂੰ ਯੂਟੀਲਾਈਜ਼ ਕਰਨ ਵਾਸਤੇ ਪ੍ਰੋਪਰ ਟਰੈਕ ਦੇਣ ਵਾਸਤੇ ਕੋ ਕਰੀਕੁਲਰ ਐਕਟੀਵਿਟੀਜ਼ ਇਸੇ ਕਰਕੇ ਚਲਾਈਆਂ ਜਾਂਦੀਆਂ ਨੇ, ਸਪੋਰਟਸ ਦੀਆਂ ਐਕਟੀਵਿਟੀਜ਼ ਇਸੇ ਕਰਕੇ ਚਲਾਈਆਂ ਜਾਂਦੀਆਂ ਨੇ, ਵੱਖ ਵੱਖ ਜਿਹੜੇ ਦਿਨ ਨੇ ਕੈਂਪ ਨੇ ਉਹ ਇਸੇ ਕਰਕੇ ਲਾਏ ਜਾਂਦੇ ਨੇ ਕਿਉਂਕਿ ਤਾਂ ਕਿ ਵੱਖ ਵੱਖ ਟੇਸਟਾਂ ਦੇ ਮੁਤਾਬਕ ਜਿਹੜੇ ਨੌਜਵਾਨ ਨੇਗੇ ਉਹ ਉਹਨਾਂ ਦੀ ਜਿਹੜੀ ਐਨਰਜੀ ਹੈ ਉੱਥੇ ਯੂਟੀਲਾਈਜ਼ ਹੋ ਜਾਵੇ, ਟਰੈਕ ਪ੍ਰੋਪਰ ਮਿਲਿਆ ਰਹੇ। ਜਿਸ ਪਿੰਡ ਦੇ ਵਿੱਚ ਗਰਾਊਂਡ ਬਣਿਆ ਹੋਇਆ, ਟਰੈਕ ਬਣਿਆ ਹੋਇਆ, ਵਧੀਆ ਗੱਲ ਹੈ। ਪਰ ਜੇ ਨਹੀਂ ਬਣਿਆ ਹੋਇਆ ਤਾਂ ਇਹ ਗੱਲ ਮੈਂ 100% ਸਹਿਮਤ ਹਾਂ ਕਿ ਗਰਾਊਂਡ ਤੋਂ ਬਿਨਾਂ, ਟਰੈਕ ਤੋਂ ਬਿਨਾਂ, ਟਰੈਕ ਚਾਹੇ ਅੱਧਾ ਹੋਵੇ ਚਾਹੇ ਅਧੂਰਾ ਹੋਵੇ ਇਹ ਕੋਈ ਖਾਸ ਗੱਲ ਨਹੀਂ ਹੈ, ਉਸ ਤੋਂ ਬਿਨਾਂ ਕਿਸੇ ਵੀ ਕੀਮਤ ਦੇ ਉੱਤੇ ਜਿਹੜਾ ਨੌਜਵਾਨ ਵਰਗ ਹੈ ਉਹ ਸਵੇਰੇ ਸ਼ਾਮ ਉੱਥੇ ਜਾ ਕੇ ਖੇਡਣਾ ਪਸੰਦ ਕਰਦਾ ਹੈ, ਖੇਡਣ ਦੇ ਨਾਲ ਜਿਹੜੀ ਉਹਨਾਂ ਦੀ ਐਨਰਜੀ ਹੈ ਉਹ ਪ੍ਰੋਪਰ ਯੂਟੀਲਾਈਜ਼ ਹੋ ਜਾਂਦੀ ਹੈਗੀ। ਮੈਂ ਤਾਂ ਬਲਕਿ ਇਸ ਨੂੰ ਹੋਰ ਵੀ ਥੋੜ੍ਹੇ ਜਿਹਾ ਅੱਗੇ ਲੈ ਕੇ ਜਾਣਾ ਚਾਹੁੰਦਾ, ਕੋਈ ਬਾਹਲੀ ਵੱਡੀ ਲੰਬੀ ਚੌੜੀ ਗੱਲ ਨਹੀਂ ਹੈ, ਵੀ ਜੇ ਇੱਕ ਪਿੰਡ ਰਲ ਕੇ ਪੰਚਾਇਤ ਕੋਈ ਨਾ ਕੋਈ ਇੱਕ ਕੋਚ ਰੱਖ ਦੇ ਜਨਰਲ ਜੀ, ਕਿਉਂਕਿ ਜਦੋਂ ਬੱਚੇ ਜਨਰਲ ਕੋਚ ਦੀ ਅਗਵਾਈ ਦੇ ਵਿੱਚ ਉੱਥੇ ਉਹ ਵਾਰਮ ਅਪ ਹੋਣਗੇ, ਐਕਸਰਸਾਈਜ਼ ਕਰਨਗੇ, ਅਥਲੈਟਿਕਸ ਦੇ ਇਵੈਂਟਸ ਕਰਨਗੇ ਜਾਂ ਕੋਈ ਗੇਮ ਕਰਨਗੇ, ਤਾਂ ਉਹ ਅਗਵਾਈ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਹਰ ਹਾਲਤ ਦੇ ਵਿੱਚ ਪ੍ਰੋਪਰ ਟਰੈਕ ਤੇ ਓਪਨ ਜਿਮ ਜੀ, ਇਸ ਤੋਂ ਬਿਨਾਂ ਓਪਨ ਜਿਮ ਦਾ ਇੱਕ ਬਹੁਤ ਤਕੜਾ ਕਨਸੈਪਟ ਹੈਗਾ। ਪਰ ਸਾਡੇ ਨਾ ਪਿੰਡਾਂ ਦੇ ਵਿੱਚ ਮੈਂ ਦੇਖਿਆ ਆਮ ਤੌਰ ਤੇ ਜਿਹੜੇ ਸਰਪੰਚ ਨੇ ਪੰਚ ਨੇ ਉਹ ਇੱਕ ਇਸੇ ਗੱਲ ਦੀ ਦਿਹਾਈ ਦਿੰਦੇ ਰਹਿੰਦੇ ਨੇ ਕੀ ਕਰੀਏ ਜੀ ਇੱਥੇ ਉਹ ਅਸੀਂ ਆਹ ਚੀਜ਼ ਲਗਾਈ ਸੀ ਉਹ ਕੋਈ ਤੋੜ ਗਿਆ, ਕੋਈ ਭੰਨ ਗਿਆ, ਉੱਥੇ ਹੋਰ ਕਰ ਗਿਆ। ਇੱਥੇ ਨਾ ਮੈਨੂੰ ਇੱਕ ਗੱਲ ਯਾਦ ਆਉਂਦੀ ਹੈਗੀ, ਪੁਰਾਣੇ ਸਮੇਂ ਦੀ ਗੱਲ ਹੈਗੀ, ਮੇਰਾ ਕੋਈ ਮਿੱਤਰ ਸੀ ਉਹਨੇ ਪ੍ਰਾਇਮਰੀ ਸਕੂਲ ਦੇ ਵਿੱਚ ਪ੍ਰਾਇਮਰੀ ਦੇ ਬੱਚਿਆਂ ਦੇ ਲਈ ਉਹ ਸੀਸਾ ਨਹੀਂ ਹੁੰਦਾ ਇੱਕ ਪਾਸੇ ਬੈਠ ਕੇ ਬੱਚਾ ਥੱਲੇ ਚਲਾ ਗਿਆ ਦੂਸਰਾ ਉੱਪਰ ਚਲਾ ਗਿਆ, ਉਸਨੇ ਇਸ ਤਰ੍ਹਾਂ ਦੇ ਝੂਲੇ ਲਗਾ ਦਿੱਤੇ ਸਕੂਲ ਦੇ ਵਿੱਚ ਪ੍ਰਾਇਮਰੀ ਵਿੱਚ ਆਪਣੀ ਤਰਫ ਤੋਂ, ਇੱਕ ਆਰਗੇਨਾਈਜੇਸ਼ਨ ਬਣਾਈ ਹੋਈ ਸੀ। ਤਾਂ ਉਹ 20-25 ਦਿਨਾਂ ਤੋਂ ਬਾਅਦ ਕੋਈ ਵਿਅਕਤੀ ਸ਼ਰਾਰਤੀ ਉਸਨੂੰ ਤੋੜ ਕੇ ਵਗ ਗਿਆ, ਜੇ ਤੋੜ ਕੇ ਵਗ ਗਿਆ ਨਹੀਂ, ਅਸੀਂ ਆਮ ਤੌਰ 'ਤੇ ਮੈਂ ਸਰਪੰਚਾਂ ਪੰਚਾਂ ਨੂੰ ਇਹ ਗੱਲ ਸੁਣਦੇ ਹੋਏ ਮਿਲਦਾ ਹੁੰਦਾ ਜਾਂ ਦੇਖਦਾ ਹੁੰਦਾ, ਕੰਨਾਂ 'ਚ ਪੈਂਦੀਆਂ ਨੇ ਗੱਲਾਂ ਵੀ ਉਹ ਤੋੜ ਗਿਆ ਜੀ ਕੀ ਕਰੀਏ ਅਸੀਂ ਕਰੀ ਜਾਂਦੇ, ਉਹ ਤਾਂ ਬਸ ਛੱਡਦੇ ਨਹੀਂ ਖੜਾ, ਇਸ ਕਰਕੇ ਛੱਡੋ ਖੜਾ। ਮੈਨੂੰ ਉਸ ਬੰਦੇ ਨੇ ਪਤਾ ਕੀ ਕਿਹਾ, ਕਹਿੰਦਾ ਮੈਂ ਇਹ ਸਮਰਾਤਾ। ਮੈਂ ਠੀਕ ਹੋ ਗਿਆ ਜੀ, ਹੁਣ ਫਿਰ ਹੁਣ ਕਹਿੰਦਾ ਮੈਂ ਇਹ ਦੇਖਦਾ ਵੀ ਉਹ ਕਿੰਨੇ ਕੁ ਵਾਰੀ ਤੋੜਦਾ, ਮੈਂ ਤੱਕੜਾ ਕਿ ਉਹ ਤੱਕੜਾ। ਉਹ 3-4 ਵਾਰੀ ਤੋੜਨ ਤੋਂ ਬਾਅਦ ਤੁਸੀਂ ਹੈਰਾਨ ਹੋਵੋਗੇ ਵੀ ਉਸ ਤੋਂ ਬਾਅਦ ਉਹ ਕਹਿੰਦਾ ਵੀ ਮੈਂ ਜਿੱਤ ਗਿਆ। ਮੈਨੂੰ ਉਹਨੂੰ ਬੁਲਾ ਕੇ ਬਕਾਇਆ ਤੌਰ ਤੇ ਕਿਹਾ, ਕਹਿੰਦਾ ਬਰੇਟਾ ਸਾਹਿਬ ਆ ਦੇਖੋ ਅੱਜ, ਕਹਿੰਦਾ ਪ੍ਰਿੰਸੀਪਲ ਸਾਹਿਬ ਇਸ ਨੂੰ 4-5 ਮਹੀਨੇ ਹੋ ਗਏ, ਹੁਣ ਕਹਿੰਦਾ ਵੀ ਕੋਈ ਬੰਦਾ ਇਸ ਨੂੰ ਤੋੜ ਕੇ ਨਹੀਂ ਗਿਆ ਗਾ, ਇਹਦਾ ਮਤਲਬ ਮੈਂ ਜਿੱਤ ਗਿਆ ਤੇ ਉਹ ਹਾਰ ਗਿਆ। ਨਿੱਕੀਆਂ ਨਿੱਕੀਆਂ ਗੱਲਾਂ ਨੇ, ਸਬਕ ਲੈਣ ਦੀ ਜ਼ਰੂਰਤ ਹੈਗੀ। ਤੇ ਜਿਹੜੇ ਸ਼ਰਾਰਤੀ ਮਨ ਵਾਲੇ ਹੁੰਦੇ ਨੇ ਉਹ 2-3-4 ਵਾਰੀ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਕਰਦੇ ਨੇਗੇ, ਉਸ ਤੋਂ ਬਾਅਦ ਸਾਨੂੰ ਤਕੜੇ ਹੋ ਕੇ ਪੋਜ਼ਿਟਿਵਿਟੀ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ, ਗਰਾਊਂਡ ਤੋਂ ਬਿਨਾਂ ਕਿਸੇ ਕੀਮਤ ਦੇ ਉੱਤੇ, ਗਰਾਊਂਡ ਤੋਂ ਬਿਨਾਂ ਬਲਕਿ ਜਿਮ ਤੋਂ ਬਿਨਾਂ ਇਹ ਚੀਜ਼ਾਂ ਸੰਭਵ ਨਹੀਂ ਹੁੰਦੀਆਂ। ਤੇ ਤੁਹਾਡੀ ਗੱਲ ਸਹੀ ਹੈ, ਮੈਨੂੰ ਨਾ ਇੱਕ ਅੱਕਾਂ ਵਾਲੀ ਦੀ ਗੱਲ ਯਾਦ ਆਉਂਦੀ ਹੈ ਜੇ ਮੈਂ ਇਨਕਲੂਡ ਕਰਦਿਆਂ ਤਾਂ ਜੀ 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 ਅੱਕਾਂ ਵਾਲੀ ਅੱਜ ਜੇ ਤੁਸੀਂ ਜਿੰਨੇ ਸਪੋਰਟਸ ਦੇ ਟੀਚਰ ਨੇ ਮੈਂ ਸਟੂਡੀ ਕਰਕੇ ਅੱਕਾਂ ਵਾਲੀ PTI ਮਾਸਟਰ ਜਿੰਨੇ DP ਮਾਸਟਰ ਨੇ ਉੱਥੇ ਉਤਾਰ ਸਿੰਘ ਜੇ ਤੁਸੀਂ ਇੱਥੇ ਅੱਜ ਝਾਤੀ ਮਾਰੋ ਇਲਾਕੇ ਦੇ ਵਿੱਚ ਜਿੰਨੇ ਸਪੋਰਟਸ ਦੇ ਟੀਚਰ ਨੇ ਉਹਨਾਂ ਵਿੱਚੋਂ ਤੁਹਾਨੂੰ 70% ਇਕੱਲੇ ਅੱਕਾਂ ਵਾਲੀ ਦੇ ਮਿਲਣਗੇ। ਇਹਦੇ ਪਿੱਛੇ ਕਾਰਨ ਪਤਾ ਕੀ ਹੈ? ਉੱਥੇ ਇੱਥੋਂ ਦੁਨੀਆਂ ਤੋਂ ਚਲੇ ਗਏ ਮਾਨਯੋਗ ਪ੍ਰਿੰਸੀਪਲ ਜਗਜੀਤ ਸਿੰਘ ਜੀ, ਉੱਥੇ ਹੁੰਦੇ ਸੀ ਉਹ ਜੀ, ਉਹ ਲੰਬਾ ਸਮਾਂ ਉੱਥੇ ਰਹੇ, ਜਿੰਨਾ ਚਿਰ ਉੱਥੇ ਰਹੇ ਉਹਨਾਂ ਨੇ ਖੋ ਖੋ ਦੀ ਨਰਸਰੀ ਤਿਆਰ ਕੀਤੀ ਉੱਥੇ, ਤੇ ਉਹਨਾਂ ਦੀ ਖੋ ਖੋ ਦੀ ਟੀਮ
ਪੰਜਾਬ ਦੇ ਵਿੱਚ ਹਰ ਸਾਲ ਜਾਂਦੀ ਸੀ ਤੇ ਉੱਥੋਂ ਦੀ ਖੋ ਖੋ ਦੀ ਟੀਮ ਇੱਕ ਨਹੀਂ, ਉੱਥੋਂ ਦੀਆਂ ਚਾਰ ਪੰਜ ਟੀਮਾਂ ਬਣ ਗਈਆਂ ਵੱਖ ਵੱਖ ਗਰੁੱਪਾਂ ਦੀਆਂ, ਤੇ ਜਿਹੜੀਆਂ ਉਹ ਚਾਰ ਪੰਜ ਟੀਮਾਂ ਉਹਨਾਂ ਸਾਲਾਂ ਦੇ ਦੌਰਾਨ ਖੋ ਖੋ ਦੇ ਬੱਚੇ ਨੈਸ਼ਨਲ ਤੱਕ ਸਟੇਟ ਤੱਕ ਜਾਂਦੇ ਰਹੇ, ਉਹ ਉਹਨਾਂ ਸਰਟੀਫਿਕੇਟਾਂ ਦੀ ਬਦੌਲਤ, ਉਸ ਸਪੀਡ ਦੀ ਬਦੌਲਤ ਉਹ ਸਾਰੇ ਸਾਰੇ ਬੱਚੇ ਪੀਟੀ ਮਾਸਟਰ, ਅੱਜ ਮੇਰੇ ਖਿਆਲ ਹੱਕਾਂ ਵਾਲੀ ਦੇ ਮੈਕਸੀਮਮ ਜਿਹੜੇ ਬੱਚੇ ਨੇਗੇ ਨੌਜਵਾਨ ਨੇ ਉਹ ਵੱਖ ਵੱਖ ਸਕੂਲਾਂ ਦੇ ਵਿੱਚ DPI DPE ਜਾਂ PTI ਦੇ ਤੌਰ ਦੇ ਉੱਤੇ ਕੰਮ ਕਰ ਰਹੇ ਨੇਗੇ। ਇਸ ਤਰ੍ਹਾਂ ਦੀ ਇੱਕ ਐਗਜ਼ਾਮਪਲ ਕੰਮ ਕਰਨ ਦੀ ਜ਼ਰੂਰਤ ਹੈ। ਇਸੇ ਤਰ੍ਹਾਂ ਹੀ ਕਿਸੇ ਵੇਲੇ ਦਾਤੇਵਾਸ ਆਪਣੇ ਨੇੜੇ ਹੈਗਾ ਗਾ, ਦਾਤੇਵਾਸ ਸਕੂਲ ਦੇ ਵਿੱਚ ਖੋ ਖੋ ਦੀ ਟੀਮ ਬਹੁਤ ਤਕੜੀ ਹੁੰਦੀ ਸੀ। ਅੱਜ ਜੇ ਤੁਸੀਂ ਦੇਖੋਗੇ ਦਾਤੇਵਾਸ ਸਕੂ ਪਿੰਡ ਤੇ ਇੱਕ ਫਫੜੇ ਭਾਈ ਕੇ ਪਿੰਡ, ਇੱਥੋਂ ਦੇ ਮੈਕਸੀਮਮ ਤੁਹਾਨੂੰ ਇੰਪਲਾਈਜ਼ ਸੇਵਾਵਾਂ ਦੇ ਵਿੱਚ, ਸਰਕਾਰੀ ਸੇਵਾਵਾਂ ਦੇ ਵਿੱਚ ਨੌਜਵਾਨ ਮਿਲਦੇ ਨੇਗੇ। ਉਹਦੇ ਪਿੱਛੇ ਜੇ ਤੁਸੀਂ ਬਿੱਠਭੂਮ ਜਾ ਕੇ ਦੇਖੋ ਤਾਂ ਉੱਥੇ ਸਕੂਲਾਂ ਦੇ ਵਿੱਚ ਰਹੇ ਹੋਏ ਅਧਿਆਪਕ ਤੇ ਉਹਨਾਂ ਦਿਨਾਂ ਦੇ ਵਿੱਚ ਸਰਪੰਚਾਂ ਦਾ ਸਕੂਲਾਂ ਦੇ ਨਾਲ ਤਾਲਮੇਲ, ਉਸੇ ਦੀ ਹੀ ਬਦੌਲਤ ਸਾਰਾ ਕੁਛ ਸੰਭਵ ਹੋ ਸਕਿਆ। ਅੱਜ ਵੀ ਚੰਗੇ ਤਾਲਮੇਲ ਦੀ, ਸੁਰ ਮਿਲਾਉਣ ਦੀ ਜ਼ਰੂਰਤ ਹੈ। ਇਹ ਸਾਰਾ ਕੁਛ ਨੌਜਵਾਨਾਂ ਦੇ ਲਈ ਸਿਰਜਣ ਦੀ ਜ਼ਰੂਰਤ ਹੈਗੀ। ਵੈਸੇ ਤਾਂ ਹਰ ਪਿੰਡ ਦੇ ਲੋਕ ਸਰਪੰਚ ਤੇ ਮੈਂਬਰ ਤੋਂ ਉਮੀਦ ਕਰਦੇ ਨੇ। ਕਈ ਵਾਰ ਸੋਚਦੇ ਹੁੰਦੇ ਆ, ਤੁਸੀਂ ਤਾਂ ਆਪ ਅਧਿਆਪਕ ਰਹੇ ਹੋ, ਮਾਤਾ ਪਿਤਾ ਤੋਂ ਬਾਅਦ ਬੇਸ਼ੱਕ ਅਧਿਆਪਕ ਦਾ ਰੋਲ ਆਉਂਦਾ ਹੈ ਜੀ, ਪਰ ਸਕੂਲਾਂ ਦੇ ਵਿੱਚ ਬਹੁਤ ਲੰਮਾ ਸਮਾਂ ਕੰਮ ਕੀਤਾ, ਐਜੂਕੇਸ਼ਨ ਇੱਧਰ ਉੱਧਰ ਫੀਲਡ ਵਰਕ ਦਾ ਬੜਾ ਕੰਮ ਕੀਤਾ। ਜਿਹੜੀ ਮੈਂ ਗੱਲ ਨੋਟਿਸ ਕੀਤੀ ਉਹ ਇੱਕ ਮੈਨੂੰ ਬੜੀ ਦੁਖਦਾਇਕ ਲੱਗੀ, ਹੁਣ ਸੋਚਦੇ ਆ ਤੁਸੀਂ ਇਸ ਪੱਧਰ ਤੇ ਆ ਕੇ ਸੋਚਣ ਲੱਗ ਪਿਆ, ਪਹਿਲਾਂ ਨਹੀਂ ਪਤਾ ਲੱਗਾ ਸੀ ਇਹ ਗੱਲਾਂ ਦਾ। ਸਕੂਲਾਂ ਦੇ ਹੈੱਡ ਟੀਚਰ ਵੀ, ਸਕੂਲਾਂ ਦੀਆਂ SMC ਕਮੇਟੀਆਂ ਦੇ ਪ੍ਰਧਾਨ ਅਨਪੜ੍ਹ ਬੰਦੇ ਲਾਉਂਦੇ ਨੇ ਜੀ, ਤਾਂ ਕਿ ਉਹ ਸਵਾਲ ਨਾ ਕਰਨ। ਪੜ੍ਹੇ ਲਿਖੇ ਬੰਦੇ ਬਹੁਤ ਹੁੰਦੇ ਪਿੰਡ ਦੇ ਵਿੱਚ ਜੀ ਜੀ, ਉਹ ਤਾਲਮੇਲ ਕਰਕੇ ਪੰਚਾਇਤ ਨਾਲ ਕਲੱਬਾਂ ਨਾਲ ਮਿਲ ਕੇ ਬਹੁਤ ਕੁਝ ਕੀਤਾ ਜਾ ਸਕਦਾ। ਤੇ ਮੈਂ ਤੈਨੂੰ ਕਹਿਣਾ ਹੁੰਦਾ ਫਿਰ ਜੋ ਚੰਗੇ ਅਧਿਆਪਕਾਂ ਦੀ ਗਿਣਤੀ ਸ਼ੁਰੂ ਹੁੰਦੀ ਹੈ ਤਾਂ ਫਿਰ ਉਂਗਲਾਂ ਦੇ ਕਾਹਤੋਂ ਗਿਣੇ ਜਾਂਦੇ ਨੇ, ਚੰਗੇ ਸਕੂਲਾਂ ਦੀ ਗਿਣਤੀ ਸ਼ੁਰੂ ਹੁੰਦੀ ਹੈ, ਚੰਗੇ ਫਿਰ ਗਿਣਤੀ ਦੇ ਕਿਉਂ ਸਕੂਲ ਨੇ। ਜੇ ਪਿੰਡਾਂ ਦੀ ਗੱਲ ਕਰਦੇ ਹਾਂ ਅਸੀਂ ਤਾਂ ਸਾਨੂੰ ਚਾਹ ਚੜ੍ਹਦਾ ਜਦੋਂ ਕਿਸੇ ਪਿੰਡ ਦੀ ਸਟੋਰੀ ਕਰਨ ਜਾਂਦੇ ਹਾਂ, ਸਾਨੂੰ ਪਿੰਡ ਲੱਭਣੇ ਪੈਂਦੇ ਨੇ ਜੀ, ਵੀ ਯਾਰ ਕਿਹੜੇ ਪਿੰਡ ਦੀ ਸਟੋਰੀ ਕਰੀਏ, ਯਾਰ ਲੱਭਣੇ ਪੈਂਦੇ ਨੇ। ਰੰਗੜਿਆਲ ਦੀ ਗੱਲ ਚੱਲੀ, ਰੰਗੜਿਆਲ ਕੀਤੀ ਆ ਸਟੋਰੀ, ਅੱਕਾਂ ਵਾਲੀ ਦੀ ਗੱਲ ਕੀਤੀ, ਅੱਕਾਂ ਵਾਲੀ ਕੀਤੀ ਆ ਸਟੋਰੀ, ਚੱਕਰ ਗਏ ਸੀਗੇ, ਹੋਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਅਸੀਂ। ਇਹਦੇ ਬਾਰੇ ਕੀ ਕਹੋਗੇ? ਮੈਂ ਕਹਿੰਦਾ ਸਕੂਲ ਦੇ ਅਧਿਆਪਕਾਂ ਤੇ ਪੰਚਾਇਤ ਤੇ ਕਲੱਬ ਦੇ ਪਿੰਡ ਇਹਨਾਂ ਦੇ ਤਾਲਮੇਲ ਬਾਰੇ ਜ਼ਰੂਰ ਦੱਸੋ। ਸੁਖੀ ਜੀ, ਜਿਹੜਾ ਪੰਚਾਇਤੀ ਰਾਜ ਸਿਸਟਮ ਹੈ, ਇਹ ਪੰਚਾਇਤੀ ਰਾਜ ਇੰਸਟੀਟਿਊਸ਼ਨ ਹੈਗਾ, ਇਹ ਸਾਡੇ ਸੰਵਿਧਾਨ ਦੇ ਅਨੁਛੇਦ 9 ਤੇ 72-73 ਧਾਰਾ ਦੇ ਤਹਿਤ 1992-96 ਦੇ ਵਿੱਚ ਜਾ ਕੇ ਸ਼ੁਰੂ ਹੁੰਦਾ ਹੈ ਸੰਵਿਧਾਨਕ ਤੌਰ 'ਤੇ। ਪਰ ਆ ਸੰਵਿਧਾਨਕ ਤੌਰ ਦੇ ਉੱਤੇ ਜਦੋਂ ਅਸੀਂ ਨਾ ਪਿੱਛੇ ਜਾ ਕੇ ਇਤਿਹਾਸ 'ਚ ਦੇਖਦੇ ਹਾਂ, ਇਹ ਨੇਪਾਲ, ਪਾਕਿਸਤਾਨ ਜਾਂ ਐਂ ਕਹਿ ਲਓ ਵੀ ਸਾਡੇ ਇੰਡੀਆ ਦੇ ਨਾਲ ਲੱਗਦੇ ਹੋਏ ਕੁਝ ਕੁ ਦੇਸ਼ਾਂ ਦੇ ਵਿੱਚ ਹੀ ਇਹ ਸਿਸਟਮ ਲਗਾਤਾਰ ਕਾਮਯਾਬੀ ਨਾਲ ਪਿਛਲੇ ਸਮੇਂ ਤੋਂ ਚੱਲ ਰਿਹਾ। ਖਾਪ ਪੰਚਾਇਤਾਂ ਦੀ ਗੱਲ ਵੀ ਸ਼ਾਇਦ ਤੁਹਾਡੇ ਜ਼ਿਹਨ ਦੇ ਵਿੱਚ ਕਿਤੇ ਨਾ ਕਿਤੇ ਹੋਵੇਗੀ ਜੀ ਜੀ ਜੀ। ਮੈਨੂੰ ਨਾ ਉਹ ਗੱਲ ਯਾਦ ਆਉਂਦੀ ਹੈ ਕਿ ਜਿਹੜੇ ਸੰਵਿਧਾਨਕ ਤੌਰ 'ਤੇ ਜਦੋਂ ਸਾਡਾ ਪੰਚਾਇਤੀ ਰਾਜ ਨਹੀਂ ਬਣਿਆ ਸੀ ਉਹਨਾਂ ਦਿਨਾਂ ਦੇ ਵਿੱਚ ਵੀ ਪੰਚਾਇਤਾਂ ਹੁੰਦੀਆਂ ਸਨ, ਪਰ ਉਦੋਂ ਨਾ ਤਾਂ ਕੋਈ ਸਰਬਸੰਮਤੀ ਹੁੰਦੀ ਸੀ, ਉਦੋਂ ਉਹ ਲੋਕ ਖੂਬਸੂਰਤ ਢੰਗ ਨਾਲ, ਇਹ ਜਿਹੜੀਆਂ ਆਪਾਂ ਹੁਣ ਗੱਲਾਂ ਕਰਦੇ ਹਾਂ ਵੀ ਉਹਨਾਂ ਦੇ ਸਕੂਲ ਦਾ ਢਾਂਚਾ ਕਿਹੋ ਜਿਹਾ ਹੋਵੇ, ਉਹਦੇ ਨਾਲ ਤਾਲਮੇਲ ਕਿਵੇਂ ਬਿਠਾਇਆ ਜਾਵੇ, ਗਰਾਊਂਡ ਕਿਹੋ ਜਿਹਾ ਹੋਵੇ, ਉਹ ਸਾਰਾ ਕੁਛ ਉਹ ਸਿਰਜਦੇ ਸਨ। ਲੋਕਾਂ ਨੂੰ ਰੱਬ ਜਿੱਡਾ, ਉਹ ਕਹਿੰਦੇ ਸੀ ਆਹ ਪੰਜ ਪਰਮੇਸ਼ਵਰ ਨੇ, ਪੰਜ ਸਾਡੇ ਪੰਚਾਇਤ ਮੈਂਬਰ ਨੇ, ਇਹਨਾਂ ਦੇ ਵਿੱਚ ਰੱਬ ਵੱਸਦਾ, ਇਹ ਜਿਹੜਾ ਫੈਸਲਾ ਕਰਨਗੇ ਉਹ ਰੱਬ ਦਾ ਫੈਸਲਾ ਹੋਏਗਾ। ਤੇ ਅੱਜ ਸਾਡੇ ਲੋਕ ਇਹਨਾਂ ਚੁਣੇ ਹੋਏ ਪੰਚਾਂ ਤੇ ਸਰਪੰਚਾਂ ਤੋਂ ਉਹਨਾਂ ਦੇ ਵਿੱਚ ਜਦੋਂ ਰੱਬ ਦੇਖਦੇ ਨੇ
ਤਾਂ ਉਦੋਂ ਉਹਨਾਂ ਨੂੰ ਬਹੁਤ ਵੱਡੀਆਂ ਉਮੀਦਾਂ ਨੇ। ਮੈਂ ਪੰਚਾਂ ਤੇ ਸਰਪੰਚਾਂ ਨੂੰ ਇਹ ਉਮੀਦ ਕਹਿਣਾ, ਇਹ ਅਪੀਲ ਕਰਦਾ ਕਿ ਤੁਹਾਡੇ ਵਿੱਚੋਂ ਰੱਬ ਦੇਖਦੇ ਨੇ ਲੋਕ, ਪਰ ਉਹ ਰੱਬ ਤੁਹਾਡੇ ਵਿੱਚੋਂ ਦਿਸਣਾ ਚਾਹੀਦਾ ਹੈ। ਜੇ ਤੁਹਾਡੇ ਵਿੱਚੋਂ ਰੱਬ ਨਹੀਂ ਦਿਸਦਾ ਤਾਂ ਇਹਦਾ ਮਤਲਬ ਤੁਸੀਂ ਕਿਤੇ ਨਾ ਕਿਤੇ ਆਪਣੇ ਉਸ ਕੰਮ ਦੇ ਵਿੱਚ ਪਿੱਛੇ ਰਹਿ ਗਏ ਹੋ। ਹੁਣ ਜਿੱਥੋਂ ਤੱਕ ਤੁਸੀਂ ਸਕੂਲਾਂ ਨਾਲ ਸੰਬੰਧਿਤ ਗੱਲਬਾਤ ਕੀਤੀ ਹੈ ਕਿ ਸਕੂਲਾਂ ਦੇ ਵਿੱਚ ਕਿਸ ਤਰ੍ਹਾਂ ਦਾ ਢਾਂਚਾ ਹੋਵੇ, ਕੀ ਹੋਵੇ, ਵੀ ਕਿ ਅਨਪੜ੍ਹ ਬੰਦੇ ਨੂੰ ਪੰਚਾਇਤ, ਮੈਂ ਇਹ ਸਰਪੰਚ ਦੀ ਜ਼ਿੰਮੇਵਾਰੀ ਹੈ। ਸਰਪੰਚ ਸੋਚੇ ਸੰਵਿਧਾਨਕ ਢਾਂਚੇ ਦੇ ਮੁਤਾਬਕ ਸਕੂਲ ਮੈਨੇਜਮੈਂਟ ਕਮੇਟੀ ਦੇ ਵਿੱਚ ਇੱਕ ਪੰਚਾਇਤ ਮੈਂਬਰ ਲਿਆ ਜਾਣਾ ਹੈ। ਮੈਂ ਨਾ ਕੁਛ ਗੱਲਾਂ ਹੰਢਾਈਆਂ ਵੀ ਸੁਣੀਆਂ ਵੀ, ਮੈਨੂੰ ਉਦੋਂ ਦੁੱਖ ਆਉਂਦਾ ਹੈ, ਪਿਛਲੇ ਸਮੇਂ ਦੀ ਗੱਲ ਕਰਦਾ ਮੈਂ, ਹੁਣ ਦੀ ਨਹੀਂ, ਵੀ ਜਦੋਂ ਪੰਚਾਇਤ ਵਾਲੇ ਬੈਠੇ ਹੋਏ ਇਹ ਫੈਸਲਾ ਕਰਦੇ ਨੇ ਵੀ ਯਾਰ ਆਪਣੇ ਆਹ ਪ੍ਰਿੰਸੀਪਲ ਅਤੇ ਹੈੱਡ ਮਾਸਟਰ ਜਾਂ ਸਾਹਿਬਾਨ ਦਾ ਲੈਟਰ ਆਇਆ ਲੈਟਰ ਹੈੱਡ ਦੇ ਉੱਤੇ ਵੀ ਉਹਨਾਂ ਨੇ ਇੱਕ ਮੈਂਬਰ ਲਿਆ, ਉਹ ਕਹਿੰਦੇ ਨੇ ਐਂ ਕਰੋ ਯਾਰ ਆਹ ਬੰਦਾ ਵਿਹਲਾ ਇਸ ਨੂੰ ਚੱਲ ਭੇਜ ਦਿਉ ਆਪਾਂ ਮੈਂਬਰ ਦੇ ਦਿਉ ਉੱਥੇ। ਆਹ ਜਦੋਂ ਪੈਮਾਨਾ ਰੱਖਿਆ ਜਾਂਦਾ ਵੀ ਇਸ ਬੰਦੇ ਕੋਲ ਕੋਈ ਕੰਮ ਨਹੀਂ, ਇਸ ਨੂੰ ਆਪਾਂ ਚਲੋ ਉੱਥੇ ਸਕੂਲ 'ਚ ਮੈਂਬਰ ਦੇ ਦਿੰਦੇ ਹਾਂਗੇ, ਇਹਦਾ ਮਤਲਬ ਸਭ ਤੋਂ ਵੱਡਾ ਦੁਖਾਂਤ ਹੈ। ਸਰਪੰਚ ਸਾਹਿਬਾਨਾਂ ਨੂੰ ਅਪੀਲ ਹੈ ਕਿ ਉਹ ਜਦੋਂ ਸਕੂਲ ਦੇ ਵਿੱਚ ਇੱਕ ਮੈਂਬਰ ਦੇਣਾ, ਉਹ ਮੈਂਬਰ ਦੇਣ ਜਿਹੜਾ ਮੈਂਬਰ ਉਹਨਾਂ ਦਾ ਸਭ ਤੋਂ ਵੱਧ ਪੜ੍ਹਿਆ ਲਿਖਿਆ ਹੋਵੇ, ਅਵੇਅਰ ਹੋਵੇ, ਉਹ ਆਪਣੀ ਗੱਲ ਪੂਰੀ ਦੀ ਪੂਰੀ ਪੰਚਾਇਤ ਦੀ ਰੱਖ ਸਕਦਾ ਹੋਵੇ। ਜਦੋਂ ਕਦੇ ਕੋਈ ਡਿਸੀਜਨ ਹੋਣਾ ਤਾਂ ਉਸ ਡਿਸੀਜਨ ਦੇ ਵਿੱਚ ਉਸਦੀ 100% ਭਾਗੀਦਾਰੀ ਹੋਵੇ। ਮੈਂ ਕਹਿੰਦਾ ਵੀ ਜਦੋਂ ਤੁਸੀਂ ਇਹ ਗੱਲ ਕਹਿੰਦੇ ਹੋ ਕਿ SMC ਦਾ ਚੇਅਰਮੈਨ ਪੰਚਾਇਤ ਮੈਂਬਰ ਨਹੀਂ ਬਣ ਸਕਦਾ, ਪਰ ਜਦੋਂ SMC ਦਾ ਚੇਅਰਮੈਨ ਭਾਵੇਂ ਗੂਠਾ ਛਾਪੀ ਹੋਵੇ ਪਰ ਜੇ ਉਹ ਪੰਚਾਇਤ ਮੈਂਬਰ ਐਕਟਿਵ ਹੈ, ਜੇ ਉਹ ਪੰਚਾਇਤ ਮੈਂਬਰ ਆਪਣੀ ਪੂਰੀ ਪੰਚਾਇਤ ਦਾ ਰੋਲ ਪਲੇ ਕਰ ਰਿਹਾ ਹੈ, ਤਾਂ ਉੱਥੇ ਕਿਤੇ ਨਾ ਕਿਤੇ ਫਿਰ ਜਿਹੜੇ ਉਹ ਉਸ ਤਰ੍ਹਾਂ ਦੇ ਸੋ ਕਾਲਡ ਨੈਗੇਟਿਵਿਟੀ ਵਾਲੇ ਹੈਡਸ ਵੀ ਨੇ ਉਹਨਾਂ ਦੇ ਲਈ ਵੀ ਉਹ ਕਿਤੇ ਨਾ ਕਿਤੇ ਕੁਛ ਨਾ ਕੁਛ ਵਧੀਆ ਸੋਚਣ ਵਿਚਾਰਨ ਵਾਸਤੇ ਮਜਬੂਰ ਕਰ ਸਕਦਾ ਹੈ। ਨਿਰਸੰਦੇਹ ਜਿਹੜੇ ਚੰਗੇ ਹੈੱਡ ਨੇ ਉਹ ਕਦੇ ਵੀ ਇਸ ਗੱਲ ਨੂੰ ਬੜਾਵਾ ਨਹੀਂ ਦਿੰਦੇ ਕਿ ਸਾਡੇ ਕੋਲ ਕੋਈ ਗੂਠਾ ਛਾਪ ਪੰਚਾਇਤ ਮੈਂਬਰ ਆਵੇ, ਗੂਠਾ ਛਾਪ ਸਾਡਾ SMC ਦਾ ਚੇਅਰਮੈਨ ਹੋਵੇ। ਹੁਣ ਜ਼ਮਾਨਾ ਬਹੁਤ ਬਦਲ ਚੁੱਕਿਆ, ਜਿਹੜੇ ਇਸ ਤਰ੍ਹਾਂ ਦੇ ਹੈੱਡਸ ਹੈਗੇ ਨੇ ਮੈਂ ਸਮਝਦਾ ਵੀ ਉਹ ਬਹੁਤ ਵੱਡੀ ਗਲਤੀ ਕਰ ਰਹੇ ਨੇ। ਕਿਉਂ ਗਲਤੀ ਕਰ ਰਹੇ ਨੇ? ਕਿਉਂਕਿ ਇੱਕ ਅਨਪੜ੍ਹ ਬੰਦਾ, ਭਾਵੇਂ ਤੁਸੀਂ ਆਪਣਾ ਕੰਮ ਸੌਖਾ ਕਰਨ ਵਾਸਤੇ ਉਸ ਅਨਪੜ੍ਹ ਬੰਦੇ ਨੂੰ ਚੁਣ ਲਿਆ, ਪਰ ਕੀ ਤੁਹਾਡੇ ਡਿਵੈਲਪਮੈਂਟ ਦੇ ਕੰਮਾਂ ਦੇ ਵਿੱਚ ਜਾਂ ਜਦੋਂ ਕਦੇ ਤੁਹਾਨੂੰ ਕੋਈ ਕਿਸੇ ਕਿਸਮ ਦੀ ਖਾਸ ਜ਼ਰੂਰਤ ਪੈ ਗਈ ਉਹਨਾਂ ਦੇ ਵਿੱਚ ਉਹ ਸਹਿਯੋਗ ਕਰ ਸਕਦਾ? ਬਿਲਕੁਲ ਨਹੀਂ ਕਰ ਸਕਦਾ। ਇਹਦਾ ਮਤਲਬ ਤੁਸੀਂ ਖੁਦ ਆਪਣੀ ਬਹੁਤ ਵੱਡੀ ਜਿਹੜੀ ਜ਼ਿੰਮੇਵਾਰੀ ਤੁਹਾਡੇ ਕੋਲ ਮਿਲੀ ਸੀ ਇੱਕ ਪੜ੍ਹੇ ਲਿਖੇ ਹੋਣ ਦੇ ਨਾਤੇ ਇੱਕ ਚੰਗੇ ਬੰਦੇ ਨੂੰ ਚੇਅਰਮੈਨ ਜਾਂ ਮੈਂਬਰ ਲੈਣ ਦੀ ਜਿਹੜੀ ਜ਼ਿੰਮੇਵਾਰੀ ਸੀ ਤੁਸੀਂ ਉਸ ਤੋਂ ਖੁਦ ਭੱਜ ਰਹੇ ਹੋ। ਅਤੇ ਸੁਖੀ ਜੀ ਮੈਂ ਜਿੱਥੇ ਜਿੱਥੇ ਰਹਾਂਗਾ ਮੈਂ ਉੱਥੇ ਖੁਦ ਇਨਵੋਲਵਮੈਂਟ ਕਰਕੇ ਚੰਗੇ ਚੇਅਰਮੈਨ ਅਤੇ ਈਵਨ ਸਰਪੰਚਾਂ ਨੂੰ ਵੀ ਕਹਿ ਕੇ ਵੀ ਜਿਹੜਾ ਕੋਈ ਬੰਦਾ ਸਕੂਲ ਦੇ ਵਿੱਚ ਹਿੱਤ ਰੱਖਦਾ ਇੰਟਰਸਟ ਰੱਖਦਾ ਉਸੇ ਨੂੰ ਹੀ ਸਾਡੇ ਵਿੱਚ ਮੈਂਬਰ ਦਿਓ। ਮੈਂ ਉਸ ਤਰ੍ਹਾਂ ਦਾ ਕੁਛ ਇਹ ਕਰਦਾ ਰਹਾਂਗਾ ਅਤੇ ਹੁਣ ਵਾਲੇ ਉਮੀਦ ਕਰਦਾ ਕਿ ਜਿੰਨੇ ਸਰਪੰਚ ਨੇ ਪੰਚਾਇਤ ਹੈਗੀ ਹੈਗੀ ਉਹ ਜ਼ਰੂਰ ਇਸ ਮਾਮਲੇ ਵੱਲ ਸੋਚਣਗੇ ਅਤੇ ਚੰਗੇ ਨੁਮਾਇੰਦੇ ਹੀ ਆਪਣੇ ਸਕੂਲਾਂ ਦੇ ਵਿੱਚ SMC 'ਚ ਦੇਣਗੇ। ਤੁਸੀਂ ਕਿਹਾ ਕਿ ਪਿੰਡ ਦੇ ਲੋਕ ਸਰਪੰਚ 'ਚੋਂ ਰੱਬ ਦੇਖਦੇ ਨੇ, ਅਤੇ ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਸਰਪੰਚ ਪਿੰਡ ਦੀ ਮਾਂ ਹੁੰਦਾ ਅਤੇ ਮਾਂ ਕੋਲ ਜਿਵੇਂ ਧੀਆਂ ਪੁੱਤਾਂ ਦੇ ਪਰਦੇ ਹੁੰਦੇ ਨੇ ਨਾ, ਅਤੇ ਪਿੰਡ ਦੇ ਹੀ ਬਹੁਤ ਸਾਰੇ ਪਰਦੇ ਹੁੰਦੇ ਨੇ, ਅਤੇ ਮਾਂ ਨੇ ਕੱਜਣਾ ਹੁੰਦਾ, ਕੱਢਣਾ ਹੁੰਦਾ, ਉਹਨਾਂ ਨੂੰ ਸਮਝਾਉਣਾ ਹੁੰਦਾ, ਅੱਗੇ ਤੋਰਨਾ ਹੁੰਦਾ। ਜਿਹੜੇ ਸਰਪੰਚ ਪੰਚਾਇਤੀ ਚੋਣਾਂ ਦੌਰਾਨ ਇਹੋ ਜਿਹੀ ਗੱਲ ਕਰਨ ਤੋਂ ਡਰਦੇ ਸੀ ਵੀ ਕੋਈ ਇਹੋ ਜਿਹਾ ਬਿਆਨ, ਇਹੋ ਜਿਹੀ ਗੱਲ, ਇਹੋ ਜਿਹੀ ਇੰਟਰਵਿਊ ਨਾ ਕੀਤੀ ਜਾਵੇ, ਇਹੋ ਜਿਹਾ ਕੁਝ ਨਾ ਬੋਲਿਆ ਜਾਵੇ,
ਕਿਤੇ ਵੋਟ ਬੈਂਕ ਖਰਾਬ ਹੋ ਜਾਏ ਜੀ। ਸਿਆਣੀਆਂ ਗੱਲਾਂ ਕਰਨੀਆਂ ਨੇ, ਸੋਹਣੀਆਂ ਗੱਲਾਂ ਕਰਨੀਆਂ ਨੇ, ਵਧੀਆ ਗੱਲਾਂ ਕਰਨੀਆਂ ਨੇ, ਜ਼ੋਰ ਵਾਲੀਆਂ ਗੱਲਾਂ ਕਰਨੀਆਂ ਨੇ। ਜਦੋਂ ਸਰਪੰਚ ਬਣ ਗਏ, ਹੁਣ ਸੋਸ਼ਲ ਮੀਡੀਆ 'ਤੇ ਰਹੇ ਨੇ ਸਾਰਾ ਦਿਨ, ਹੁਣ ਇੱਕ ਸਰਪੰਚ ਦੀ ਰੀਲ ਵਾਇਰਲ ਹੁੰਦੀ ਹੈ ਨਾ, ਖੁਸ਼ੀ ਦਾ ਇਜ਼ਹਾਰ ਕਰਨ ਦਾ ਬਹੁਤ ਖੂਬਸੂਰਤ ਤਰੀਕਾ ਉਹਨਾਂ ਦਾ, ਹੈ ਨਾ, ਸਾਰਿਆਂ ਨੇ ਪਸੰਦ ਕੀਤਾ, ਵਧੀਆ ਲੱਗਦਾ ਵੀ ਹਾਂ ਗਾਣਿਆਂ ਇਸ ਤਰ੍ਹਾਂ ਵੀ ਖੁਸ਼ੀ ਮਨਾਈ ਜਾ ਸਕਦੀ ਹੈ। ਪਰ ਕੁਝ ਸਰਪੰਚਾਂ ਨੇ ਜੋ ਰੀਲਾਂ ਪਾਈਆਂ ਹੁਣ ਪਾਉਂਦੇ ਨੇ, ਜਦੋਂ ਗਾਣੇ ਪਾਉਂਦੇ ਨੇ ਇਸ ਤਰ੍ਹਾਂ ਦੇ, ਠੀਕ ਹੈ, ਚੌਧਰ ਕਰ ਲਈ ਉਹ ਦਲ ਪੁਰਾਣੀ ਕਰਦੇ ਫਲਾਨਾ, ਅਸੀਂ ਢਾਹ ਤੇ, ਅਸੀਂ ਐ ਕਰਤਾ, ਹੈ ਨਾ, ਮਤਲਬ ਗਾਣੇ ਇਹੋ ਜਿਹੇ, ਇਹਦਾ ਮਤਲਬ ਉਹ ਇਸ ਪਤਾਕ 'ਚ ਬੈਠੇ ਜਿੱਤ ਜਾਈਏ ਇੱਕ ਵਾਰੀ। ਹੁਣ ਉਹ ਹਰ ਰੋਜ਼ ਇਹੋ ਜਿਹੀ ਰੀਲਾਂ ਪਾਉਂਦੇ ਨੇ, ਇੱਥੋਂ ਪਤਾ ਲੱਗ ਜਾਂਦਾ ਵੀ ਤੁਹਾਡੀ ਮਾਨਸਿਕਤਾ ਕੀ ਸੀ, ਤੁਸੀਂ ਸੋਚਦੇ ਕਿਵੇਂ ਹੋ ਜੀ, ਇਹਦੇ ਬਾਰੇ ਕੀ ਕਹੋਗੇ। ਹੁਣ ਇਹ ਇੱਕ ਚੁਣੇ ਹੋਏ ਨੁਮਾਇੰਦੇ ਦਾ ਅਜਿਹੇ ਗੀਤ ਲਾ ਲਾ ਕੇ, ਭੜਕਾਊ ਗੀਤ ਲਾ ਲਾ ਕੇ ਵੀਡੀਓ ਪਾਉਣੀਆਂ, ਇਹ ਸਿਆਣਪ ਵਾਲੀ ਗੱਲ ਹੈ ਕੋਈ? ਸੁਖੀ ਜੀ, ਗੱਲ ਇਸ ਤਰ੍ਹਾਂ ਹੈ ਕਿ ਜਦੋਂ ਤਾਂ ਚੋਣਾਂ ਦਾ ਦੌਰ ਚੱਲ ਰਿਹਾ ਸੀ, ਉਦੋਂ ਜੇਕਰ ਉਹ ਵੋਚ ਬਚਾ ਕੇ ਚੱਲਦੇ ਸੀ ਤਾਂ ਉਹਦੇ ਪਿੱਛੇ ਬਹੁਤ ਸਾਰੇ ਕਾਰਨ ਨੇ, ਕਿਉਂਕਿ ਜਿੱਤ ਹਾਰ ਦਾ ਮਸਲਾ ਹੁੰਦਾ ਹੈ, ਉੱਥੇ ਉਹਨਾਂ ਨੂੰ ਉਹ ਗੱਲ ਸੋਚਣੀ ਪੈਂਦੀ ਹੈ, ਸੰਜੀਦਗੀ ਸੀ, ਆਪਾਂ ਸਾਰੇ ਉਸਨੂੰ ਵੈਲਕਮ ਕਰਦੇ ਹਾਂ ਜੀ। ਪਰ ਉਹ ਸੰਜੀਦਗੀ ਹੁਣ 5 ਸਾਲ ਜਦੋਂ ਉਹਨਾਂ ਨੂੰ ਚੁਣ ਲਿਆ ਗਿਆ, ਚੁਣੇ ਜਾਣ ਤੋਂ ਬਾਅਦ ਤਾਂ ਉਹਨਾਂ ਦੀ ਸੰਜੀਦਗੀ ਦੇ ਵਿੱਚ ਹੋਰ ਵੱਡੇ ਪੱਧਰ 'ਤੇ ਵਾਧਾ ਹੋਣਾ ਚਾਹੀਦਾ ਸੀ, ਕਿਉਂਕਿ ਉਹ ਸਾਰੇ ਪਿੰਡ ਦੇ ਨੁਮਾਇੰਦੇ ਬਣ ਗਏ ਹੁਣ ਉਹ। ਹੁਣ ਤਾਂ ਉਹਨਾਂ ਕੋਲ ਪਹਿਲਾਂ ਤਾਂ ਕੇਵਲ ਉਹਨਾਂ ਇੱਕ ਰਾਜਨੀਤਿਕ ਪਾਰਟੀ ਦੀ ਕਹਿ ਲਓ, ਧਿਰ ਦੀ ਕਹਿ ਲਓ, ਜਾਂ ਕੁਛ ਲੋਕਾਂ ਦੀ ਨੁਮਾਇੰਦਗੀ ਦੀ ਗੱਲ ਸੀ, ਪਰ ਹੁਣ ਤਾਂ ਉਹਨਾਂ ਨੂੰ ਚੁਣ ਲਿਆ ਗਿਆ, ਹੁਣ ਤਾਂ ਸਾਰੇ ਲੋਕਾਂ ਨੇ ਚੁਣਿਆ ਹੈਗਾ, ਅਤੇ ਉਹਨਾਂ ਦੇ ਵਿੱਚ ਗੰਭੀਰਤਾ, ਉਹਨਾਂ ਦੇ ਵਿੱਚ ਸਹਿਜਤਾ, ਉਹਨਾਂ ਦੇ ਵਿੱਚ ਸਾਰੇ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਵੱਡੇ ਪੱਧਰ 'ਤੇ ਹੋਣੀ ਚਾਹੀਦੀ ਸੀ। ਤਾਂ ਇੱਕ ਨਾ ਮੈਨੂੰ ਇੱਥੇ ਕਿਤੇ ਨਾ ਕਿਤੇ ਇੰਝ ਲੱਗਦੀ ਹੈ ਗੱਲ ਵੀ ਜਿਹੜੇ ਸਾਡੇ ਸਰਪੰਚ ਸਹਿਬਾਨ ਨੇ, ਜਦੋਂ ਕੋਈ ਬੰਦਾ ਸਰਪੰਚੀ ਲੈ ਕੇ ਇਹ ਗੱਲ ਕਹਿੰਦਾ ਵੀ ਯਾਰ ਆਪਾਂ ਤਾਂ ਸਰਪੰਚ ਬਣਨਾ, ਕਾਸ ਵਾਸਤੇ ਬਣਨਾ, ਬਸ ਐਂ ਹੈ ਵੀ ਪਿੰਡ ਦੇ ਵਿੱਚ ਐਂ ਵੱਜਿਆ ਕਰੂਗਾ ਵੀ ਸਰਪੰਚਾਂ ਦਾ ਘਰ ਹੈ। ਹੁਣ ਜਦੋਂ ਕੋਈ ਇਸ ਗੱਲ ਵਾਸਤੇ ਸਰਪੰਚ ਬਣਦਾ, ਉਹਨੂੰ ਮੈਂ ਇਹ ਕਹੂੰਗਾ ਵੀ ਤੂੰ ਸਰਪੰਚ ਨਾ ਬਣੇ ਤਾਂ ਚੰਗਾ, ਕਿਉਂਕਿ ਤੇਰੇ ਕੋਲੋਂ ਜ਼ਿਆਦਾ ਤੇਰੀ ਕੋਈ ਸੋਚ ਵਿਚਾਰ ਤਾਂ ਹੈ ਨਹੀਂ, ਕੋਈ ਉਮੀਦ ਨਹੀਂ। ਜੇ ਕੋਈ ਸਰਪੰਚ ਇਹ ਕਹਿੰਦਾ ਵੀ ਯਾਰ ਆਪਾਂ ਗੱਡੀ ਦੇ ਉੱਤੇ ਸਰਪੰਚ ਲਿਖਵਾ ਲਾਂਗੇ, ਜਾਂ ਕੋਈ ਕਹਿੰਦਾ ਵੀ ਸਾਨੂੰ ਆਉਂਦੇ ਜਾਂਦੇ ਨੂੰ ਸਲੂਟ ਵੱਜਿਆ ਕਰਨਗੇ, ਲੋਕ ਸਰਪੰਚ ਕਿਹਾ ਕਰਨਗੇ, ਤਾਂ ਇੱਥੇ ਨਾ ਕਿਤੇ ਨਾ ਕਿਤੇ ਬਹੁਤ ਵੱਡੇ ਪੱਧਰ ਦੇ ਉੱਤੇ ਸੋਚਣ ਵਿਚਾਰਨ ਦੀ ਜ਼ਰੂਰਤ ਹੈ। ਪਰ ਮੈਨੂੰ ਮਾਨਯੋਗ ਪ੍ਰਕਾਸ਼ ਸਿੰਘ ਜੀ ਬਾਦਲ ਸਾਡੇ ਰਹੇ ਨੇ ਸੀ ਐਮ ਸਾਹਿਬ, ਦੁਨੀਆਂ ਤੋਂ ਭਾਵੇਂ ਚਲੇ ਗਏ, ਪਰ ਉਹਨਾਂ ਵਰਗਾ ਦਰਵੇਸ਼ ਰਾਜਨੀਤੀਵਾਨ ਬੰਦਾ ਬਹੁਤ ਘੱਟ ਮਿਲਣਗੇ। ਉਹ ਤੁਹਾਨੂੰ ਪਤਾ ਹੋਊਗਾ ਸੁੱਖੀ ਜੀ, ਉਹ ਪਿੰਡ ਦੀ ਸਰਪੰਚੀ ਤੋਂ ਉਹਨਾਂ ਨੇ ਆਪਣਾ ਜਿਹੜਾ ਮੁਕਾਮ ਹੈ ਉਹ ਸ਼ੁਰੂ ਕੀਤਾ ਸੀ, ਤੇ ਉੱਥੋਂ ਸ਼ੁਰੂ ਕਰਕੇ ਉਹ ਸੀ ਐਮ ਤੱਕ, ਈਵਨ ਸਾਡੇ ਸੈਂਟਰ ਦੇ ਵਿੱਚ ਕੈਬਨਿਟ ਦੇ ਵਿੱਚ ਵੀ ਖੇਤੀਬਾੜੀ ਮੰਤਰੀ ਦੇ ਤੌਰ ਦੇ ਉੱਤੇ ਵੀ ਸ਼ਾਇਦ ਉਹ ਕੁਛ ਸਮਾਂ ਰਹੇ ਨੇਗੇ। ਪਰ ਜਦੋਂ ਅਸੀਂ ਇਸ ਤਰ੍ਹਾਂ ਦੇਖਦੇ ਹਾਂ ਵੀ ਅੱਜ ਦੇ ਸਰਪੰਚਾਂ ਨੂੰ ਜਦੋਂ ਨਾ ਤੁਸੀਂ ਕਹਿੰਦੇ ਵੀ ਗਾਣੇ ਲਾ ਕੇ ਉਹ ਭੜਕੀਲੇ ਗਾਣੇ ਲਾ ਕੇ ਜਾਂ ਲੜਾਈ ਝਗੜੇ ਵਾਲੇ ਗਾਣੇ ਲਾ ਕੇ, ਇਹ ਕਈ ਸਰਪੰਚ ਇਸ ਗੱਲ ਕਰਕੇ ਆਪਣੇ ਆਪ ਨੂੰ ਉਹ ਬਾਹਰ ਕੱਢ ਲੈਂਦੇ ਨੇ ਵੀ ਸਾਡੀ ਤਾਂ ਜੀ ਆਈ ਡੀ, ਜਿਹੜੀ ਤੁਸੀਂ ਆਈ ਡੀ ਦੀ ਗੱਲ ਕਰਦੇ ਹੋ ਵੀ ਕੋਈ ਨੌਜਵਾਨ ਮੁੰਡਾ ਚਲਾਉਂਦਾ ਉਹਨੇ ਲਾਤਾ ਹੋਊਗਾ। ਹੁਣ ਜਦੋਂ ਨੌਂ ਤੇ ਸਰਪੰਚ ਦੇ ਹੈ ਤਾਂ ਉਹ ਆਈ ਡੀ ਚਾਹੇ ਕੋਈ ਚਲਾਉਂਦਾ, ਉਹਦੇ ਚੋਂ ਗੰਭੀਰਤਾ ਦਿਸਣੀ ਚਾਹੀਦੀ ਹੈਗੀ। ਉਸ ਦੀ ਆਈ ਡੀ ਦੇ ਵਿੱਚ ਪਿੰਡ ਦੀ ਪਲੈਨਿੰਗ ਦੀ ਗੱਲ ਹੋਣੀ ਚਾਹੀਦੀ ਹੈਗੀ, ਪਿੰਡ ਦੇ ਡਿਵੈਲਪਮੈਂਟ ਦੇ ਕੰਮਾਂ ਦੀ ਗੱਲ ਹੋਣੀ ਚਾਹੀਦੀ ਹੈਗੀ,
ਲੋਕਾਂ ਦੀ ਭਾਈਚਾਰਕ ਸਾਂਝ ਦੀ ਗੱਲ ਹੋਣੀ ਚਾਹੀਦੀ ਹੈਗੀ, ਪਰ ਜੇ ਉੱਥੇ ਭੜਕੀਲੀਆਂ ਗੱਲਾਂ ਲੜਾਕੂ ਗੱਲਾਂ ਕਰਕੇ ਉਹ ਗੱਲਾਂ ਕਹੀਆਂ ਜਾਂਦੀਆਂ ਨੇ ਤਾਂ ਇਹਦਾ ਮਤਲਬ ਉਸ ਪਿੰਡ ਦੇ ਸਰਪੰਚ ਨੂੰ ਚੁਣ ਕੇ ਉਸ ਪਿੰਡ ਦੇ ਲੋਕਾਂ ਨੂੰ ਇੰਝ ਲੱਗਦਾ ਹੋਊਗਾ ਵੀ ਅਸੀਂ ਬਹੁਤ ਵੱਡੀ ਗਲਤੀ ਕਰ ਲਈ। ਕਿਉਂ? ਕਿਉਂਕਿ ਸੰਜੀਦਗੀ ਤੁਹਾਡੇ ਹਰ ਸਾਹ ਦੇ ਵਿੱਚੋਂ, ਹਰ ਕਦਮ ਦੇ ਵਿੱਚੋਂ, ਹਰ ਸੋਚ ਦੇ ਵਿੱਚੋਂ, ਤੁਹਾਡੀ ਹਰ ਕਦਮ ਦੇ ਉੱਤੇ ਤੁਹਾਡੀ ਸੰਜੀਦਗੀ ਝਲਕਣੀ ਚਾਹੀਦੀ ਹੈਗੀ। ਜੇ ਤੁਸੀਂ ਬੋਚ ਬਚਾ ਕੇ ਪਹਿਲਾਂ ਚੱਲਦੇ ਸੀ ਤਾਂ ਹੁਣ ਵੀ ਬੋਚ ਬਚਾ ਕੇ ਚੱਲੋਗੇ ਤਾਂ ਤੁਹਾਨੂੰ ਲੋਕਾਂ ਨੇ ਕਿਤੇ ਨਾ ਕਿਤੇ ਸਿਰ ਦਾ ਤਾਜ ਬਣਾਇਆ ਤੇ ਉਹ ਸਿਰ ਦਾ ਤਾਜ ਫਿਰ ਬਣਾ ਕੇ ਰੱਖਣਗੇ। ਜੇ ਇਹ ਲੋਕ ਬਣਾਉਣ ਜਾਣਦੇ ਨਾ ਤਾਂ ਇਹ ਲੋਕ, ਤੁਹਾਨੂੰ ਪਤਾ ਹੀ ਹੈ ਵੀ ਦੂਜੇ ਲੁੱਟ ਵੀ ਜਦੋਂ ਹੋਣ ਲੱਗ ਪੈਂਦੇ ਨੇ ਤਾਂ ਫਿਰ ਉਹ, ਹਾਂ ਵਧੀਆ ਗੱਲ ਇਹ ਵੀ ਸਾਨੂੰ ਪਰਮਾਤਮਾ ਨੇ ਏਡੀ ਵੱਡੀ ਬਖਸ਼ਿਸ਼ ਦਿੱਤੀ ਹੈਗੀ, ਲੋਕਾਂ ਨੇ ਮਾਨ ਸਨਮਾਨ ਦਿੱਤਾ ਵੀ ਸਾਨੂੰ ਸੰਜੀਦਗੀ ਨਾਲ, ਸੰਜੀਦਗੀ ਨਾਲ ਕੰਮ ਚਾਹੇ ਘੱਟ ਹੋਵੇ ਚਾਹੇ ਵੱਧ ਹੋਵੇ। ਜਿਹੜੇ ਪਿੰਡ ਦੇ ਵਿੱਚ ਭਾਈਚਾਰਕ ਸਾਂਝ ਨਹੀਂ ਰਹਿੰਦੀ, ਜਿਹੜੇ ਪਿੰਡ ਦੇ ਵਿੱਚ ਲੋਕ ਇੱਕ ਦੂਜੇ ਨਾਲ ਰਲ ਮਿਲ ਕੇ ਨਹੀਂ ਰਹਿੰਦੇ, ਇਹਦਾ ਮਤਲਬ ਉੱਥੇ ਸਰਪੰਚ ਦੀ ਕਮੀ ਹੈ। ਸਰਪੰਚ ਨੂੰ ਇਹ ਗੱਲਾਂ ਦੇਖਣ ਦੀ ਜ਼ਰੂਰਤ ਹੈਗੀ, ਪਰ ਜੇ ਉਹਦੀ ਆਈ ਡੀ ਦੇ ਉੱਤੋਂ ਹੀ ਇਸ ਤਰ੍ਹਾਂ ਝਲਕਾਰੇ ਪੈਂਦੇ ਨੇਗੇ ਤਾਂ ਫਿਰ ਅਸੀਂ ਕਿੱਥੋਂ ਉਮੀਦ ਕਰ ਸਕਦੇ ਹਾਂ, ਫਿਰ ਤਾਂ ਲੜਾਈ ਝਗੜੇ ਦੀਆਂ ਗੱਲਾਂ ਹੀ ਚੱਲਣਗੀਆਂ। ਤਾਂ ਮੈਂ ਅਰਦਾਸ ਕਰੂੰਗਾ ਇਸ ਗੱਲ ਦੀ ਵੀ ਇਹੋ ਜਿਹੇ ਸਰਪੰਚਾਂ ਨੂੰ, ਸਰਪੰਚਣੀਆਂ ਨੂੰ ਅੱਲਾ ਕੁਛ ਨਾ ਕੁਛ ਸਮੱਤ ਬਖਸ਼ੇ ਅਤੇ ਉਹ ਆਪਣੇ ਇਸ ਸਿਸਟਮ ਨੂੰ ਸੈੱਟ ਕਰ ਲੈਣ। ਸਾਡੇ ਕਨੀ ਤਾਂ ਇੱਕ ਅਪੀਲ ਹੈ ਅਤੇ ਸੁਨੇਹਾ ਹੈ ਤਾਂ ਕਿ ਸਾਡਾ ਜਿਹੜਾ ਇਹ ਪੰਜਾਬ ਹੈ ਆਬਾਦ ਰਹੇ। ਕਈ ਵਾਰੀ ਸਟੋਰੀ ਕਰਨ ਜਾਂਦੇ ਇਸ ਤਰ੍ਹਾਂ ਦੀ, ਇੱਕ ਸਟੋਰੀ ਕੀਤੀ ਮੇਰੇ ਯਾਦ ਆਉਂਦੀ ਹੈ, ਦੋ ਜਵਾਨ ਪੁੱਤ, ਇੱਕ ਪਹਿਲਾਂ ਮਰਿਆ ਇੱਕ ਕੁਝ ਸਮੇਂ ਬਾਅਦ ਮਰਿਆ, ਦੋਵੇਂ ਚਿੱਟੇ ਨਾਲ ਮਰੇ। ਇੱਕ ਬਹਿ ਹੋਇਆ ਸੀ, ਉਹਦਾ ਬੱਚਾ ਦਾਦੀ ਸੰਭਾਲ ਰਹੀ ਹੈ, ਦਾਦਾ ਵੀ ਚੱਲ ਵਸਿਆ, ਇੱਕ ਕਮਰਾ ਰਹਿਣ ਲਈ, ਵਾਸ਼ਰੂਮ ਦੇ ਪੱਲੀ ਲੱਗੀ ਹੋਈ, ਬੱਚੇ ਦਾ ਭਵਿੱਖ ਕੌਣ ਸੰਭਾਲੂਗਾ? ਇਹ ਇੱਕ ਪਿੰਡ ਦੀ ਗੱਲ ਨਹੀਂ ਹੈਗੀ, ਇਹ ਜਿਹੜੇ ਪਿੰਡਾਂ ਦੇ ਵਿੱਚ ਚਿੱਟੇ ਦੇ ਵਪਾਰੀ, ਮੈਂ ਕਹਿੰਦਾ ਹੁਣ ਵੀ ਸਮਾਜ ਦੇ ਦੁਸ਼ਮਣ ਨੇ ਇਹ। ਮੈਂ ਕਈ ਵਾਰ ਕਹਿੰਦਾ ਹੁੰਦਾ ਪਿੰਡ ਦੇ ਭੋਲੇ ਭਾਲੇ ਲੋਕੋ, ਭੋਲੇ ਭਾਲੇ ਲੋਕ ਇਸ ਲਈ ਕਹਿੰਦਾ ਕਿ ਉਹਨਾਂ ਨੂੰ ਆਪਣੇ ਦੁਸ਼ਮਣ ਦੀ ਪਹਿਚਾਣ ਕਰਨੀ ਚਾਹੀਦੀ ਹੈ, ਉਹਨਾਂ ਨੂੰ ਦੁਸ਼ਮਣ ਦੀ ਪਹਿਚਾਣ ਨਹੀਂ ਹੁੰਦੀ। ਜਿਹੜੇ ਬੰਦੇ ਚਿੱਟੇ ਵਾਲੀ ਜ਼ਮਾਨਤ ਕਰਾਉਂਦੇ ਨੇ, ਜੇ ਪਿੰਡ ਦਾ ਚੁਣਿਆ ਹੋਇਆ ਸਰਪੰਚ ਮੈਂਬਰ ਸਭ ਕੁਝ ਦੇਖ ਕੇ ਚੁੱਪ ਹੈ ਤਾਂ ਮੈਨੂੰ ਲੱਗਦਾ ਹੁੰਦਾ ਵੀ ਚੁੱਪ ਉਹਨਾਂ ਹੀ ਖਤਰਨਾਕ ਹੈ ਪਿੰਡ ਲਈ, ਉਹਨਾਂ ਮਾਵਾਂ ਲਈ, ਉਹਨਾਂ ਪਿਓ ਲਈ, ਖਾਸ ਕਰ ਉਹਨਾਂ ਜਵਾਨ ਪੁੱਤਾਂ ਦੀਆਂ ਲਾਸ਼ਾਂ ਲਈ ਜਿਹੜੇ ਤਿਮਾਹੀ ਛਮਾਹੀ ਅਸੀਂ ਛੱਡ ਕੇ ਸਿਵਿਆਂ 'ਚ ਵਾਪਸ ਆ ਜਾਂਦੇ ਹਾਂ, ਕੁਝ ਦਿਨ ਗੱਲਾਂ ਕਰਦੇ ਹਾਂ, ਚੁੱਪ ਹੋ ਜਾਂਦੇ ਹਾਂ। ਉਸ ਚੁੱਪ ਬਾਰੇ ਕੀ ਕਹੋਗੇ? ਇਸ ਐਂਗਲ ਤੋਂ ਉਹਨੂੰ ਵੱਡੇ ਪੱਧਰ 'ਤੇ ਕੀ ਕਰਨਾ ਚਾਹੀਦਾ, ਕਿਵੇਂ ਅਸੀਂ ਇਸ ਨੂੰ ਠੱਲ ਪਾ ਸਕਦੇ ਹਾਂ? ਜੀ ਸੁਖੀ ਜੀ, ਬਹੁਤ ਹੀ ਗੰਭੀਰਤਾ ਵਾਲਾ ਵਿਸ਼ਾ ਹੈ ਜਿਸ ਦੇ ਉੱਤੇ ਸਾਡੀਆਂ ਰਾਜਨੀਤਿਕ ਪਾਰਟੀਆਂ ਵੀ ਆਪਣੀਆਂ ਵੱਖ ਵੱਖ ਤਰ੍ਹਾਂ ਰੋਟੀਆਂ ਸੇਕਦੀਆਂ ਨੇਗੀਆਂ ਜੀ, ਰਾਜ ਭਾਗ ਵੀ ਮਿਲ ਜਾਂਦੇ ਨੇਗੇ ਇਸ ਏਜੰਡੇ ਨੂੰ ਲੈ ਕੇ। ਤਾਂ ਇਸ ਏਜੰਡੇ ਨੂੰ ਜੇਕਰ ਕੋਈ ਸਹੀ ਮਾਇਨੇ ਦੇ ਵਿੱਚ ਲੈ ਸਕਦਾ ਹੈ ਤਾਂ ਗ੍ਰਾਸ ਰੂਟ ਲੈਵਲ 'ਤੇ ਇੱਕ ਗੱਲ ਬੜੀ ਸਪਸ਼ਟ ਹੈ ਕਿ ਜੇਕਰ ਕੋਈ ਵੀ ਸੀਐਮ ਅਤੇ ਉਹਨਾਂ ਦੀ ਕੈਬਨਿਟ ਇਹ ਗੱਲ ਚਾਹੁੰਦੀ ਹੈ ਕਿ ਅਸੀਂ ਨਸ਼ਾ ਖਤਮ ਕਰ ਦਿਆਂਗੇ, ਸਰਪੰਚਾਂ ਪੰਚਾਂ ਨੂੰ ਨਾਲ ਲਏ ਬਿਨਾਂ ਜਾਂ ਲੋਕਾਂ ਨੂੰ ਨਾਲ ਲਏ ਬਿਨਾਂ, ਉਹਨਾਂ ਦੇ ਮਨ ਦਾ ਬਹੁਤ ਵੱਡਾ ਭੁਲੇਖ ਹੈ ਜੀ। ਪ੍ਰਸ਼ਾਸਨ ਕੋਈ ਕਹੇ ਕਿ ਅਸੀਂ ਨਸ਼ਾ ਖਤਮ ਕਰ ਦਿਆਂਗੇ ਇਕੱਲੇ, ਉਹਨਾਂ ਦੇ ਵੀ ਮਨ ਦਾ ਬਹੁਤ ਵੱਡਾ ਭੁਲੇਖ ਹੈ। ਅਸੀਂ ਖੁਦ ਖਾੜਕੂਵਾਦ ਦੇ ਦੌਰ ਦੇ ਵਿੱਚੋਂ ਲੰਘੇ ਹਾਂ ਜੀ, ਖਾੜਕੂਵਾਦ ਦਾ ਦੌਰ ਦੁਖਾਂਤਕ ਹਿੱਸਾ ਸੀ ਸਾਡੇ ਪੰਜਾਬ ਦਾ। ਉਸ ਸਮੇਂ ਖਾੜਕੂਵਾਦ ਨੂੰ ਜਦੋਂ ਦੂਰ ਕੀਤਾ ਗਿਆ, ਖਤਮ ਕੀਤਾ ਗਿਆ,
ਉਹ ਉਨੀ ਦੇਰ ਤੱਕ ਖਤਮ ਨਹੀਂ ਹੋਇਆ, ਉਦੋਂ ਹੀ ਖਤਮ ਹੋਇਆ ਜਦੋਂ ਜਿਹੜੇ ਲੋਕ ਨੇ ਪਿੰਡਾਂ ਵਾਲੇ ਉਹ ਉਹਨਾਂ ਦੇ ਐਂਟੀ ਹੋ ਗਏ ਖਾੜਕੂਆਂ ਦੇ, ਜਾਂ ਜਿਹੜੇ ਲੋਕ ਗਲਤ ਕੰਮ ਕਰਦੇ ਸੀ, ਜਾਂ ਉਹਨਾਂ ਦੇ ਵਿੱਚ ਬਹੁਤ ਸਾਰੇ ਗਲਤ ਐਲੀਮੈਂਟ ਇਸ ਤਰ੍ਹਾਂ ਦੇ ਆ ਗਏ। ਉਹ ਜਦੋਂ ਗਲਤ ਐਲੀਮੈਂਟ ਉਹਨਾਂ ਖਾੜਕੂਆਂ ਦੇ ਵਿੱਚ ਆ ਕੇ ਉਹ ਗਲਤ ਕੰਮ ਕਰਨ ਲੱਗ ਪਏ ਪਿੰਡਾਂ ਦੇ ਵਿੱਚ, ਤਾਂ ਪਿੰਡਾਂ ਦੇ ਲੋਕ ਉੱਠ ਕੇ ਉਹਨਾਂ ਦੇ ਉਲਟ ਹੋ ਗਏ, ਅਤੇ ਜਦੋਂ ਉਹਨਾਂ ਦੇ ਉਲਟ ਹੋਏ ਉਦੋਂ ਸਰਕਾਰਾਂ ਜਾ ਕੇ ਉਸ ਚੀਜ਼ ਨੂੰ ਖਤਮ ਕਰ ਸਕੀਆਂ ਜੀ। ਇਸੇ ਤਰ੍ਹਾਂ ਹੀ ਇਹ ਚਿੱਟੇ ਦੀ ਗੱਲਬਾਤ ਹੈ। ਨਸ਼ਾ ਅੱਜ ਨਾ ਜਦੋਂ ਅਸੀਂ ਦੇਖਦੇ ਹਾਂ ਵੀ ਸਾਡੇ ਕੁਛ ਰਾਜਨੀਤਿਕ ਲੋਕ ਨੇ ਉਹ ਨਸ਼ਿਆਂ ਦੇ ਮਾਮਲੇ ਵਿੱਚ ਗੱਲਾਂ ਤਾਂ ਕਰਦੇ ਨੇ ਜੀ, ਪਰ ਕੋਈ ਕਹਿ ਦਿੰਦਾ ਜੀ ਭੁੱਕੀ ਡੋਡਿਆਂ ਦੀ ਖੇਤੀ ਦਾ ਕੰਮ ਸ਼ੁਰੂ ਕਰਾ ਦੇਣਾ ਚਾਹੀਦਾ ਹੈਗਾ। ਅਸੀਂ ਦੇਖਦੇ ਹਾਂ ਬਿਆਨ ਆਉਂਦੇ ਨੇ ਸਾਡੇ ਕੋਲ ਗਰਮਾ ਗਰਮ, ਪਰ ਇਹ ਬਿਆਨ ਵੀ ਸਿਰਫ ਉਦੋਂ ਹੀ ਆਉਂਦੇ ਨੇ ਜਦੋਂ ਉਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਨੇ, ਤੇ ਜਦੋਂ ਵੋਟਾਂ ਲੈ ਕੇ ਚਲੇ ਜਾਂਦੇ ਨੇ 5 ਸਾਲ ਤੱਕ, ਫਿਰ ਉਹਨਾਂ ਦੇ ਉਹ ਬਿਆਨ ਪਤਾ ਨਹੀਂ ਕਿੱਥੇ ਜਾਂਦੇ ਨੇਗੇ, ਕਿੱਧਰ ਨੂੰ ਜਾਂਦੇ ਨੇਗੇ। ਉਹੀ ਬੰਦੇ ਫਿਰ ਉਹ ਬੋਲੀ ਦੂਸਰੀ ਬੋਲਣ ਲੱਗ ਪੈਂਦੇ ਨੇ। ਪਰ ਅਸੀਂ ਪੀ ਆਰ ਆਈ ਦੀ ਗੱਲ ਕਰਦੇ ਹਾਂ, ਪੰਚਾਇਤੀ ਰਾਜ ਇੰਸਟੀਟਿਊਸ਼ਨ ਦੀ ਗੱਲ ਕਰਦੇ ਹਾਂ। ਮੈਂ ਇਹ ਗੱਲ ਸੋਚਦਾ ਕਿ ਜੇ ਇੱਕ ਪਿੰਡ ਦਾ ਸਰਪੰਚ ਚਾਹੁੰਦਾ ਹੈ, ਮੈਂ ਪਹਿਲਾਂ ਵੀ ਕਹਿ ਚੁੱਕਿਆ ਵੀ ਮੈਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨਾ ਚਾਹੁੰਦਾ ਹੈ ਦਿਲੋਂ, ਉਹ ਕਰ ਸਕਦਾ, ਪਰ ਉਹਦੇ 'ਚ ਵਿਲ ਪਾਵਰ ਹੋਣੀ ਚਾਹੀਦੀ ਹੈਗੀ। ਉਹਦੇ ਵਿੱਚ ਤੁਸੀਂ ਕਿਹਾ ਵੀ ਇੱਕ ਸਰਪੰਚ ਪਿੰਡ ਦੀ ਮਾਂ ਹੈ ਜੀ, ਬਿਲਕੁਲ ਮਾਂ ਹੈ, ਮਾਂ ਨੂੰ ਸਾਰੇ ਪੁੱਤ ਇੱਕੋ ਜਿਹੇ ਪਿਆਰੇ ਹੁੰਦੇ ਨੇ ਜੀ। ਮਾਂ ਕਦੇ ਵੀ ਕਿਸੇ ਨੂੰ ਭੁੱਖਾ ਨਹੀਂ ਰੱਖਦੀ ਜੀ, ਮਾਂ ਕਦੇ ਵੀ ਆਪਣੇ ਕਿਸੇ ਬੱਚੇ ਨੂੰ ਦੁਖੀ ਨਹੀਂ ਦੇਖਣਾ ਚਾਹੁੰਦੀ, ਮਾਂ ਕਦੇ ਵੀ ਆਪਣੇ ਕਿਸੇ ਬੱਚੇ ਨੂੰ ਹਿੱਸਾ ਘੱਟ ਦੇ ਇਹ ਬਰਦਾਸ਼ਤ ਨਹੀਂ ਕਰ ਸਕਦੀ ਗੀ ਜੀ। ਜੇ ਉਹ ਮਾਂ ਹੈ ਸਹੀ ਮਿਹਨਤ ਦੇ ਵਿੱਚ, ਤਾਂ ਉਹ ਮਾਂ ਸਰਪੰਚ ਆਪਣੇ ਪਿੰਡ ਦੇ ਵਿੱਚ ਨਸ਼ੇ ਦੇ ਕਾਰਨ ਜੇ ਕੋਈ ਘਰ ਉੱਜੜ ਰਹੇ ਨੇ, ਉਹਨਾਂ ਘਰਾਂ ਦੇ ਬਾਬਤ ਉਹ ਮਾਂ ਸੋਚੇਗੀ ਹੀ ਸੋਚੇਗੀ। ਹੁਣ ਅਸੀਂ ਜਾਣਦੇ ਹਾਂ ਵੀ ਲਾਸ਼ਾਂ ਦੀਆਂ ਲਾਸ਼ਾਂ ਪਿੰਡਾਂ ਦੇ ਵਿੱਚੋਂ ਓਵਰਡੋਜ਼ ਦੇ ਕਾਰਨ, ਚਿੱਟੇ ਦੀ ਓਵਰਡੋਜ਼ ਦੇ ਕਾਰਨ ਅਨੇਕਾਂ ਲਾਸ਼ਾਂ ਸਾਡੀਆਂ ਪਿੰਡਾਂ ਦੇ ਵਿੱਚੋਂ ਗਈਆਂ ਨੇ, ਅਤੇ ਜਿਸ ਘਰ ਦੇ ਵਿੱਚ ਨਸ਼ਾ ਐਂਟਰ ਕਰ ਗਿਆ ਉਸ ਘਰ ਦੀ ਬਰਬਾਦੀ ਦੀ ਤਖਤੀ ਉੱਥੇ ਉਸੇ ਟਾਈਮ 'ਤੇ ਲਿਖੀ ਜਾਂਦੀ ਹੈ, ਜਿੰਨੀ ਦੇਰ ਤੱਕ ਉੱਥੇ ਕੋਈ ਸੰਜੀਦਗੀ ਨਾਲ ਕੋਈ ਵਿਅਕਤੀ ਉਹਨਾਂ ਦੇ ਕੰਮ ਦੇ ਵਿੱਚ ਇਨਵੋਲਵ ਨਹੀਂ ਹੁੰਦਾ। ਨਸ਼ੇ ਦੇ ਮਾਮਲੇ ਵਿੱਚ ਸਾਡੇ ਜਿਹੜੇ ਪੰਚ ਸਰਪੰਚ ਨੇ, ਉਹ ਤੁਹਾਡੀ ਗੱਲ ਸਹੀ ਹੈ ਵੀ ਉਹ ਅੱਖਾਂ ਮੀਚ ਲੈਂਦੇ ਨੇ। ਕਿਉਂ ਅੱਖਾਂ ਮੀਚ ਲੈਂਦੇ ਨੇ ਭਲਾ, ਜੇ ਤੁਸੀਂ ਇਹਦੇ ਡੂੰਘਾਈ ਤੱਕ ਜਾਣ ਦੀ ਕੋਸ਼ਿਸ਼ ਕਰੋ ਤਾਂ ਉਹਨਾਂ ਨੂੰ ਇੰਝ ਲੱਗਦਾ ਕਿ ਜਿਹੜੇ ਨਸ਼ੇ ਵਾਲੇ ਬੰਦੇ ਨੇ ਇਹਨਾਂ ਨੂੰ ਅਸੀਂ ਸਾਂਭਾਂਗੇ ਕਿਵੇਂ, ਇਹਨਾਂ ਦੀ ਸਾਂਭ ਸੰਭਾਲ ਕਿੱਥੇ ਕਰੀਏ, ਇਹ ਲੜਾਈ ਝਗੜੇ ਵਾਲੇ ਮਾਮਲੇ ਵਿੱਚ ਨਾ ਕਿਤੇ ਆ ਜਾਣ, ਕਿਤੇ ਸਾਡੀ ਐਨਰਜੀ ਨਾ ਵੇਸਟ ਹੋ ਜੇ, ਜਾਂ ਸਾਨੂੰ ਕੋਈ ਸਰਕਾਰੀ ਦਰਬਾਰੇ ਹੋ ਸਕਦਾ ਕੋਈ ਇੰਨਾ ਸਹਿਯੋਗ ਨਾ ਦੇਣ, ਜਾਂ ਸਾਡੀਆਂ ਵੋਟਾਂ ਨਾ ਟੁੱਟ ਜਾਣ, ਜਾਂ ਸਾਨੂੰ ਜਦੋਂ ਰਾਜਨੀਤਿਕ ਪਾਰਟੀ ਜਿਸ ਨਾਲ ਜੁੜੇ ਹੋਏ ਹੁੰਦੇ ਨੇ ਉਸ ਨੂੰ ਅਸੀਂ ਨੇ ਵੋਟਾਂ ਪਵਾਉਣੀਆਂ ਨੇ, ਤਾਂ ਉਹ ਵੋਟਾਂ ਇੱਕ ਗੱਲ ਨਾ ਭੁੱਲਿਓ, ਕਿਸੇ ਵੀ ਸਾਨੂੰ ਭੁੱਲਣੀ ਨਹੀਂ ਚਾਹੀਦੀ ਵੀ ਜਿਹੜਾ ਇਹ ਨਸ਼ਾ ਹੈਗਾ ਗਾ ਇਹ ਕਿੱਥੋਂ ਆਇਆ। ਜਦੋਂ ਅਸੀਂ ਇਹਦੀ ਲੰਬੀ ਹਿਸਟਰੀ ਨੂੰ ਫਰੋਲਣ ਲੱਗ ਜਾਈਏ ਤਾਂ ਉੱਥੇ ਵੀ ਕਿਤੇ ਨਾ ਕਿਤੇ ਉਹੀ ਰਾਜਨੀਤਿਕ ਧਿਰਾਂ ਹੀ ਸਾਨੂੰ ਇਸ ਮਾਮਲੇ ਵਿੱਚ ਜ਼ਿੰਮੇਵਾਰ ਦਿੱਸੀਆਂ ਨੇ। ਜੇ ਅਸੀਂ ਉਹਨਾਂ ਤੋਂ ਉਮੀਦ ਕਰੀਏ ਵੀ ਇਹ ਖਤਮ ਕਰਨਗੇ, ਨਹੀਂ, ਇਹ ਸਾਡੇ ਪਿੰਡ ਦੇ ਵਿੱਚ ਸਿਵੇ ਜਲਦੇ ਨੇ ਨਸ਼ੇ ਦੇ ਕਾਰਨ, ਜਿਹੜੇ ਕਿ ਨਹੀਂ ਜਲਣੇ ਚਾਹੀਦੇ ਸੀ। ਉਹ ਦੁੱਖ ਦਰਦ ਪਿੰਡ ਦੇ ਪੰਚਾਂ ਅਤੇ ਸਰਪੰਚਾਂ ਨੂੰ ਹੀ ਹੋਏਗਾ। ਨਵੇਂ ਸਰਪੰਚਾਂ ਤੋਂ ਮੈਨੂੰ ਉਮੀਦ ਹੈ ਕਿ ਮੈਂ ਪਹਿਲਾਂ ਵੀ ਕਹਿੰਦਾ ਸੀ ਜਦੋਂ ਉਹ ਆਪਣੇ ਪਿੰਡ ਦੇ ਵਿੱਚ ਕੋਈ ਡਾਟਾ ਕਲੈਕਟ ਕਰਦੇ ਨੇ, ਬੈਠ ਕੇ ਸੰਜੀਦਗੀ ਦੇ ਨਾਲ ਉਹ ਗੱਲਬਾਤ ਕਰਦੇ ਨੇ, ਉਹਨਾਂ ਨੌਜਵਾਨਾਂ ਦੀ ਕਾਉਂਸਲਿੰਗ ਕਰਦੇ ਨੇ, ਅਤੇ ਜਿਹੜੇ ਸਹੀ
ਖਿਡਾਰੀ ਦੇ ਤੌਰ ਦੇ ਉੱਤੇ, ਐਥਲੀਟ ਦੇ ਤੌਰ ਦੇ ਉੱਤੇ, ਸਪੋਰਟਸਮੈਨ ਦੇ ਤੌਰ ਦੇ ਉੱਤੇ ਗਰਾਊਂਡ 'ਚ ਜਾਂਦੇ ਨੇ ਨੌਜਵਾਨ ਪੀੜ੍ਹੀ ਹੈਗੀ ਹੈਗੀ, ਉਹਨਾਂ ਦੇ ਵਿੱਚੋਂ ਕੋਈ ਉਹ ਪੁੱਠੇ ਪਾਸੇ ਨਾ ਲੱਗ ਜੇ, ਉਸ ਪਾਸੇ ਵੱਲ ਵੀ ਸਾਂਭ ਸੰਭਾਲ ਕਰਦੇ ਨੇ। ਅਤੇ ਨਸ਼ਾ ਜਿਹੜਾ ਹੈਗਾ ਆਮ ਤੌਰ 'ਤੇ ਸਕੂਲਾਂ ਅਤੇ ਕਾਲਜਾਂ ਤੋਂ ਸ਼ੁਰੂ ਹੁੰਦਾ, ਤੁਸੀਂ ਜਾਣਦੇ ਹੀ ਹੋ। ਅਤੇ ਉਹ ਆਪਣੇ ਸਕੂਲ ਦੇ ਹੈੱਡ ਨਾਲ ਅਤੇ ਅਧਿਆਪਕਾਂ ਨਾਲ ਚੰਗਾ ਤਾਲਮੇਲ ਰੱਖਦੇ ਨੇ ਤਾਂ ਕਿ ਉੱਥੇ ਉਹਨਾਂ ਦਾ ਕੋਈ ਵੀ ਬੱਚਾ ਇਸ ਕੰਮ ਦੇ ਵਿੱਚ ਇਨਵੋਲਵ ਨਾ ਹੋਵੇ, ਤਾਂ ਜਾ ਕੇ ਕਿਤੇ ਇਸ ਗੱਲ ਦੇ ਉੱਤੇ ਠੱਲ ਪਾਈ ਜਾ ਸਕਦੀ ਹੈ। ਹਾਂ, ਜਿਵੇਂ ਕਹਿੰਦੇ ਨਾ ਵੀ ਕੁਝ ਵੀ ਸੰਭਵ ਨਹੀਂ ਹੁੰਦਾ, ਇਹ ਸੰਭਵ ਹੈ। ਅਤੇ ਮੈਨੂੰ ਉਮੀਦ ਹੈ ਕਿ ਜਿਹੜੇ ਹੁਣ ਵਾਲੇ ਸਰਪੰਚ ਪੰਚ ਚੁਣੇ ਗਏ ਨੇ, ਇਹਨਾਂ ਵਿੱਚੋਂ ਨੌਜਵਾਨ ਤਬਕਾ ਹੈਗਾ, ਇਹ ਸੁਖੀ ਜੀ ਆਪਣੀਆਂ ਗੱਲਾਂ ਦੇ ਉੱਤੇ ਜ਼ਰੂਰ ਅਮਲ ਕਰਨਗੇ। ਅਤੇ ਉਮੀਦ ਹੈ ਕਿ ਇਸ ਮਾਮਲੇ ਦੇ ਵਿੱਚ ਅਸੀਂ ਕਾਫੀ ਹੱਦ ਤੱਕ ਇਹਨਾਂ ਸਰਪੰਚਾਂ ਤੋਂ ਉਮੀਦ ਕਰਾਂਗੇ, ਕੰਮ ਕਰਨਗੇ ਇਹ ਜੀ। ਪਿੰਡਾਂ ਦੇ ਵਿੱਚ ਜਿੱਥੇ ਮਰਦ ਸਰਪੰਚ ਬਣਦੇ ਨੇ, ਉੱਥੇ ਔਰਤਾਂ ਵੀ ਵੱਡੇ ਪੱਧਰ 'ਤੇ ਸਰਪੰਚ ਚੁਣੀਆਂ ਜਾਂਦੀਆਂ ਨੇ, ਮੈਂਬਰ ਚੁਣੀਆਂ ਜਾਂਦੀਆਂ ਨੇ। ਪਰ ਜਦੋਂ ਕਦੇ ਮੀਟਿੰਗ ਜਾਣ ਦਾ ਮੌਕਾ ਮਿਲਦਾ, ਜਦੋਂ ਪਿੰਡਾਂ ਦੇ ਵਿੱਚ ਕੰਮ ਕਰਦੇ ਦੇਖਣ ਦਾ ਮੌਕਾ ਮਿਲਦਾ, ਤਾਂ ਉੱਥੇ ਸਰਪੰਚੀ ਦਾ ਘਰ ਵਾਲਾ ਟੱਕਰਦਾ ਜਾਂ ਪੁੱਤ ਟੱਕਰਦਾ। ਮਤਲਬ ਉਹ ਔਰਤ ਵਿਚਾਰੀ ਬਣ ਤਾਂ ਉਹਦੇ ਆਸਰੇ ਸਰਪੰਚੀ ਜਿੱਤੀ ਜਾਂਦੀ ਹੈ, ਪਰ ਉਹ ਗੈਰ ਹਾਜ਼ਰ ਰਹਿੰਦੀ ਹੈ। ਇਹ ਚੰਗੀ ਗੱਲ ਹੈ ਸੁਖੀ ਜੀ? ਬਹੁਤ ਹੀ ਤੁਸੀਂ ਨੇ ਭਖਦੇ ਜਿਹੜੇ ਮਸਲਾ ਹੈ ਇਸ ਨੂੰ ਤੁਸੀਂ ਨੇ ਛੇੜਿਆਗਾ। ਪੰਚਾਇਤੀ ਰਾਜ ਇੰਸਟੀਟਿਊਸ਼ਨ ਦੇ ਵਿੱਚ ਸਾਡੇ ਸੰਵਿਧਾਨ ਨੇ ਔਰਤਾਂ ਨੂੰ ਰਿਜ਼ਰਵੇਸ਼ਨ ਦੇ ਰਾਹੀਂ ਅੱਗੇ ਆਉਣ ਦਾ ਇੱਕ ਬਹੁਤ ਵਧੀਆ ਲੋਕਾਂ ਦੀ ਨੁਮਾਇੰਦਗੀ ਕਰਨ ਦਾ ਮੌਕਾ ਦਿੱਤਾ ਹੈਗਾ ਜੀ। ਅਤੇ ਬਹੁਤ ਲੰਬੇ ਸਮੇਂ ਬਾਅਦ ਉਹਨਾਂ ਨੂੰ ਮਿਲਿਆ। ਬਹੁਤ ਚੰਬੀ ਲੜਾਈ ਸਾਡੇ ਸੰਵਿਧਾਨਿਕ ਜਾਣੀ ਕਿ ਮੈਂਬਰ ਆਫ ਪਾਰਲੀਮੈਂਟ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ ਚੱਲਦੀ ਰਹੀ। ਉਸ ਤੋਂ ਬਾਅਦ ਜਾ ਕੇ ਕਿਤੇ ਨਾ ਕਿਤੇ ਇਹ ਢਾਂਚਾ ਫਿੱਟ ਹੋਇਆ। ਇੱਥੇ ਨਾ ਮੈਨੂੰ ਸਾਡੇ ਗੁਆਂਢੀ ਰਾਜ ਹਰਿਆਣੇ ਦੀ ਵੀ ਗੱਲ ਯਾਦ ਆ ਜਾਂਦੀ ਹੈਗੀ। ਉਹਨਾਂ ਨੇ ਇੱਕ ਕ੍ਰਾਂਤੀਕਾਰੀ ਫੈਸਲਾ ਕੀਤਾ, ਮੈਂ ਇਹ ਗੱਲ ਦੇ ਨਾਲ ਜੋੜੂੰਗਾ। ਉਹਨਾਂ ਨੇ ਕੀ ਕਿਹਾ ਕਿ ਜਿਹੜਾ ਵਿਅਕਤੀ ਘੱਟੋ ਘੱਟ ਮੈਟ੍ਰਿਕ ਪਾਸ ਹੈ ਉਹ ਪੰਚਾਇਤ ਮੈਂਬਰ ਜਾਂ ਸਰਪੰਚ ਖੜਾ ਹੋ ਸਕਦਾ ਹੈ ਜੀ। ਤਾਂ ਉਸ ਦੇ ਨਾਲ ਮੈਂ ਦੇਖਿਆ ਵੀ ਲੋਕਾਂ ਦੇ ਵਿੱਚ ਪੜ੍ਹਨ ਦੀ ਜਿਹੜੀ ਪ੍ਰਵਿਰਤੀ ਹੈ, ਖਾਸ ਤੌਰ ਦੇ ਉੱਤੇ ਔਰਤਾਂ ਨੂੰ ਜਿਹੜੀ ਪੜ੍ਹਾਉਣ ਦੀ ਪ੍ਰਵਿਰਤੀ ਹੈਗੀ, ਉਹ ਵੱਡੇ ਪੱਧਰ ਦੇ ਉੱਤੇ ਉਹ ਚੱਲੀ ਚੇ ਕਿ ਚਲੋ ਆਪਾਂ ਲੜਕੀ ਨੂੰ ਜੇ ਕਦੇ ਪੰਚ ਸਰਪੰਚ ਬਣਾਉਣ ਦੀ ਜ਼ਰੂਰਤ ਪੈਂਦੀ ਹੈ ਤਾਂ ਘੱਟੋ ਘੱਟ ਅਸੀਂ ਮੈਟ੍ਰਿਕ ਤਾਂ ਕਰਵਾਈਏ। ਹੁਣ ਇਹ ਵੀ ਇੱਕ ਪਲੱਸ ਪੁਆਇੰਟ ਹੈ, ਪਰ ਸਾਡੇ ਪੰਜਾਬ ਦੇ ਵਿੱਚ ਅਸੀਂ ਇਹ ਦੁਖਾਂਤ ਦੇਖਦੇ ਹਾਂ ਲੰਬੇ ਸਮੇਂ ਤੋਂ ਕਿ ਪੰਚਾਇਤੀ ਰਾਜ ਇੰਸਟੀਟਿਊਸ਼ਨ ਦੇ ਵਿੱਚ ਜਿਹੜੀਆਂ ਔਰਤਾਂ ਨੇ ਉਹ ਪੰਚਾਇਤ ਮੈਂਬਰ ਅਤੇ ਸਰਪੰਚ ਬਣ ਜਾਂਦੀਆਂ ਨੇ, ਅਸਲ ਦੇ ਵਿੱਚ ਉਹ ਬਣ ਨਹੀਂ ਜਾਂਦੀਆਂ, ਉਹਨਾਂ ਨੂੰ ਮਜਬੂਰੀ ਬਸ ਬਣਾਇਆ ਜਾਂਦਾ ਹੈ। ਮੈਂ ਸ਼ਬਦ ਵਰਤੂੰਗਾ ਵੀ ਉਹਨਾਂ ਦੀ ਮਰਦ ਪ੍ਰਧਾਨ ਸਮਾਜ ਦੀ ਇੱਕ ਮਜਬੂਰੀ ਹੁੰਦੀ ਹੈ ਕਿਉਂਕਿ ਉੱਥੇ ਔਰਤ ਨੇ ਖੜ੍ਹੇ ਹੋਣਾ ਹੁੰਦਾ, ਆਪ ਉਹ ਖੜ੍ਹੇ ਨਹੀਂ ਹੋ ਸਕਦੇ। ਇਸ ਕਰਕੇ ਇੱਕ ਔਰ ਦੇਖੋ ਇੱਕ ਖੂਬਸੂਰਤੀ ਵੀ ਹੈ ਵੀ ਇੱਥੇ ਮਰਦ ਇੱਕ ਔਰਤ ਦਾ ਮੋਢਾ ਲੱਭਦਾ, ਉਹਦੇ ਮੋਢੇ ਦੇ ਸਹਾਰੇ ਲੱਗ ਕੇ ਉਹ ਆਪਣੀ ਸਰਪੰਚੀ ਕਰਦਾ। ਪਰ ਇਹ ਹੈ ਇੱਕ ਬਹੁਤ ਗੈਰ ਵਾਜਬ ਗੱਲ ਹੈ, ਜਿਹੜਾ ਵਿਅਕਤੀ ਚੁਣਿਆ ਗਿਆ ਜੇ ਉਸ ਵਿਅਕਤੀ ਨੂੰ ਲੋਕਾਂ ਦੇ ਵਿੱਚ ਜਾਣ ਦਾ ਮੌਕਾ ਨਹੀਂ ਮਿਲਦਾ। ਮੈਨੂੰ ਇਹ ਦੁੱਖ ਹੁੰਦਾ ਹੈ ਕਿ ਜਦੋਂ ਕਦੇ ਕੋਈ ਸਰਕਾਰੀ ਦਰਬਾਰੇ ਕੋਈ ਦਸਖਤ ਕਰਨਾ, ਅੰਗੂਠਾ ਲਗਾਉਣਾ, ਇਕੱਲਾ ਉਦੋਂ ਹੀ ਔਰਤਾਂ ਨੂੰ ਨਾਲ ਲੈ ਕੇ ਉਹਨਾਂ ਮੀਟਿੰਗਾਂ ਦੇ ਵਿੱਚ ਜਾਇਆ ਜਾਂਦਾ, ਨਹੀਂ ਅਦਰਵਾਈਜ਼ ਬਾਕੀ ਜਿੰਨੀਆਂ ਵੀ ਮੀਟਿੰਗਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਉਹ ਚੁਣੀਆਂ ਹੋਈਆਂ ਔਰਤਾਂ ਦੇ ਜਾਂ ਉਹਨਾਂ ਦੇ ਪੁੱਤਰ ਜਾਂ ਉਹਨਾਂ ਦੇ ਘਰ ਵਾਲੇ ਉਹੀ ਜਾਂਦੇ ਨੇ ਗੇ, ਜਾਂ ਉਹਨਾਂ ਦੇ ਹਾਂ ਪਰਿਵਾਰ ਦਾ ਕੋਈ ਹੋਰ ਮੈਂਬਰ ਜਾਂਦਾ ਹੈਗਾ, ਹੋਰ ਕੋਈ ਨਹੀਂ ਜਾਂਦਾ। ਕਈ ਬਰਲੇ ਪਿੰਡ ਇਹ ਵੀ ਹੁੰਦੇ ਨੇ, ਸਰਪੰਚੀ ਮੁੰਡੇ ਨੇ ਚੋਣ ਲੜਨੀ ਹੁੰਦੀ ਹੈ, ਉਹ ਮੌਕੇ ਤੇ ਯਾਰ ਔਰਤ ਹੋ ਜਾਂਦੀ ਹੈ, ਉਹ ਤੇਰੀ ਨੂੰ ਵਿਆਹ ਹੀ ਕਰਾ ਲੈਂਦੇ। ਇਹ ਵੀ ਬਿਲਕੁਲ ਇਹ ਵੀ ਗੱਲ ਹੋਈ ਹੈ। ਹਾਂ ਹਾਂਜੀ ਹਾਂਜੀ, ਇਹ ਵੀ ਇੱਕ ਖੂਬਸੂਰਤੀ ਹੈ
ਨਹੀਂ ਮੈਂ ਤਾਂ ਇਹ ਕਹੂੰਗਾ ਵੀ ਪੰਚਾਇਤੀ ਰਾਜ ਦੀ ਇੱਕ ਖੂਬਸੂਰਤੀ ਹੈ ਵੀ ਉਸ ਬੰਦੇ ਦੇ ਮਨ ਦੇ ਵਿੱਚ ਇੱਕ ਚੀਜ਼ ਤਾਂ ਉੱਠੀ, ਚਾਹੇ ਉਹਨੇ ਕਿਵੇਂ ਮਰਜ਼ੀ ਦਿੱਤਾ, ਔਰਤ ਨੂੰ ਸਤਿਕਾਰ ਤਾਂ ਦਿੱਤਾ ਨਾ ਕਿਤੇ ਨਾ ਕਿਤੇ। ਤਾਂ ਮੈਂ ਸੁੱਖੀ ਜੀ ਇਹ ਗੱਲ ਕਹਿਣਾ ਵੀ ਕਿੰਨੀ ਖੂਬਸੂਰਤ ਗੱਲ ਹੋਵੇ, ਅੱਜ ਨਾ ਲੋਕ ਚੰਦਰਮਾ ਤੇ ਪਹੁੰਚਣ ਦੀਆਂ ਪਲਾਟ ਕਟਾਉਣ ਦੀਆਂ ਗੱਲਾਂ ਕਰਦੇ ਨੇ ਕਿ ਅਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਜਾਗਰੂਕ ਸਮਾਜ ਦੇ ਵਿੱਚ ਵਿਚਰਨ ਦੀ ਗੱਲ ਕਰਦੇ ਹਾਂਗੇ, ਗਲੋਬਲਾਈਜੇਸ਼ਨ ਦੀਆਂ ਅਸੀਂ ਗੱਲਾਂ ਕਰਦੇ ਹਾਂਗੇ, ਬਹੁਤ ਜ਼ਿਆਦਾ ਜਨਤਾ ਸਾਡੇ ਕੋਲ ਪੜ੍ਹੀ ਲਿਖੀ ਆ ਉਹਦੀਆਂ ਗੱਲਾਂ ਕਰਦੇ ਨੇ, ਔਰਤਾਂ ਵੀ ਪੜ੍ਹੀਆਂ ਲਿਖੀਆਂ ਹੈਗੀਆਂ ਨੇ, ਪਰ ਉਹਨਾਂ ਨੂੰ ਸਿਰਫ ਤੇ ਸਿਰਫ ਮੀਟਿੰਗਾਂ ਦੇ ਵਿੱਚ ਜਾਣ ਦਾ, ਆਪਣੀ ਗੱਲ ਰੱਖਣ ਦਾ ਕਿਤੇ ਵੀ ਉਹਨਾਂ ਨੂੰ ਕੋਈ ਮੌਕਾ ਨਹੀਂ ਦਿੱਤਾ ਜਾਂਦਾ। ਤੇ ਮੈਨੂੰ ਨਾ ਕਿਤੇ ਨਾ ਕਿਤੇ ਗੱਲ ਯਾਦ ਆ ਜਾਂਦੀ ਹੈਗੀ ਵੀ ਸਾਡੇ ਇੱਥੇ ਇੱਕ ਮਿਊਂਸਪੈਲਿਟੀ ਦੀ ਮੈਂਬਰ ਚੁਣੀ ਗਈ ਸੀ ਬਰੇਟਾ ਦੇ ਵਿੱਚ, ਮੈਂ ਨਾਂ ਤਾਂ ਨਹੀਂ ਚਲੋ ਦੱਸ ਹੈਗਾ, ਤੇ ਉਹ ਜਦੋਂ ਮੈਂਬਰ ਚੁਣੇ ਗਏ ਉਹਨਾਂ ਨੇ ਕਦੇ ਵੀ ਆਪਣੇ ਪਤੀ ਨੂੰ ਨਾਲ ਨਹੀਂ ਲੈ ਕੇ ਗਏ, ਹਰ ਵਕਤ ਉਹ ਇਕੱਲੇ ਜਾਂਦੇ ਹੁੰਦੇ ਸੀ। ਤੇ ਜਦੋਂ ਉਹ ਜਾਂਦੇ ਹੁੰਦੇ ਸੀ ਜਿਸ ਸਭਾ 'ਚ ਜਾਂਦੇ, ਚਾਹੇ ਉਹ ਡਿਸਟ੍ਰਿਕਟ ਲੈਵਲ 'ਤੇ ਚਾਹੇ ਉਹ ਤਹਿਸੀਲ ਲੈਵਲ 'ਤੇ, ਕਿਤੇ ਵੀ ਉੱਥੇ ਜਾ ਕੇ ਉਹਨਾਂ ਦੀ ਬੱਲੇ ਬੱਲੇ ਹੁੰਦੀ ਹੁੰਦੀ ਸੀ। ਕੀ ਬਾਤ ਹੈ। ਇਸ ਤਰ੍ਹਾਂ ਦੀਆਂ ਔਰਤਾਂ ਜੇ ਸਾਡੇ ਦੇਸ਼ ਦਾ ਰਾਜ ਭਾਗ ਸ਼੍ਰੀਮਤੀ ਇੰਦਰਾ ਗਾਂਧੀ ਚਲਾ ਸਕਦੀ ਹੈ, ਜੇ ਸਾਡੇ ਅੱਜ ਕਿਰਨ ਬੇਦੀ ਵਰਗੀਆਂ ਪਹਿਲੀਆਂ IPS ਬਣ ਕੇ ਸਾਡੇ ਜਾਣੀ ਕਿ ਤਿਹਾੜ ਜਿਹੜੀ ਜਿਹੜੀ ਸਭ ਤੋਂ ਵੱਡੀ ਹੈਗੀ ਉਸ ਵਿੱਚੋਂ ਇੱਕ ਬੈਸਟ ਪ੍ਰਬੰਧਕ ਦੇ ਤੌਰ ਦੇ ਉੱਤੇ ਕੰਮ ਕਰ ਸਕਦੀ ਹੈਗੀ, ਜੇ ਸਾਡੇ ਕੋਲ ਬਛਿੰਦਰੀਪਾਲ ਦੇ ਤੌਰ ਦੇ ਉੱਤੇ ਅਸੀਂ ਗੱਲ ਕਰਦੇ ਹਾਂ, ਕਲਪਨਾ ਚਾਵਲਾ ਦੀ ਗੱਲ ਕਰਦੇ ਹਾਂ ਅਸੀਂ ਜਿਹੜੀਆਂ ਸਪੇਸ ਦੇ ਵਿੱਚ ਗਈਆਂ, ਚੰਦਰਮਾ 'ਤੇ ਗਈਆਂ, ਜੇ ਉਹ ਜਾ ਸਕਦੀਆਂ ਨੇ ਤਾਂ ਸਾਡੀਆਂ ਔਰਤਾਂ ਵੀ, ਸਾਨੂੰ ਅਸਲ ਦੇ ਵਿੱਚ ਸਾਡੀ ਦੇਖਣ ਵਾਲੀ ਹੈ ਨਾ ਉਹ ਪੋਜ਼ਿਟਿਵ ਨਜ਼ਰੀਆ ਨਹੀਂ ਹੈਗਾ ਗਾ, ਉਹ ਵੀ ਬਹੁਤ ਕੁਛ ਕਰ ਸਕਦੀਆਂ ਨੇ। ਮੈਂ ਅਪੀਲ ਕਰਦਾ ਇੱਥੇ ਆਪਣੇ ਇਸ ਪੋਡਕਾਸਟ ਦੇ ਰਾਹੀਂ ਉਹਨਾਂ ਨੂੰ ਅਪੀਲ ਕਰਦਾ ਕਿ ਮਿੱਤਰੋ ਜੇ ਤੁਸੀਂ ਚਾਹੁੰਦੇ ਹੋ ਸਹੀ ਮਾਇਨੇ ਦੇ ਵਿੱਚ, ਮੈਂ ਨਹੀਂ ਕਹਿੰਦਾ ਉਹਨਾਂ ਦਾ ਪੁੱਤਰ ਜਾਵੇ, ਉਹਨਾਂ ਦੇ ਘਰ ਵਾਲਾ ਜਾਵੇ, ਪਰ ਉਹ ਜ਼ਰੂਰ ਆਪ ਨਾਲ ਜਾਣੇ ਜਾਣੀਆਂ ਲੈ ਕੇ ਜਾਣੀਆਂ ਚਾਹੀਦੀਆਂ ਨੇਗੀਆਂ, ਕਿਉਂਕਿ ਜਦੋਂ ਉਹ ਤੁਰਨਗੀਆਂ ਬਾਹਰ ਨਿਕਲਣਗੀਆਂ, ਮੈਂ ਇੱਥੋਂ ਤੱਕ ਵੀ ਦੇਖਿਆ ਕਿ ਕਈ ਹਸਬੈਂਡ ਜਿਹੜੇ ਗਏ ਨੇ ਉਹ ਸਰਪੰਚ ਨਹੀਂ ਹਨ, ਪਤਨੀ ਹੈਗੀ, ਪਤਨੀ ਗਈ ਹੈ, ਕਿਸੇ ਨਾ ਕਿਸੇ ਵੇਲੇ ਮਗਰ ਬੈਠੀ ਹੋਈ ਉਹਨਾਂ ਨੂੰ ਉਹ ਰਾਏ ਮਸ਼ਵਰਾ ਦਿੰਦੀ ਹੈ ਵੀ ਤੂੰ ਐਂ ਨਹੀਂ ਤੂੰ ਐਂ ਕਹਿ ਦੇ, ਪਰ ਕਹਿਣਾ ਮਰਦੀ ਹੈ। ਤਾਂ ਜੇ ਕਿਤੇ ਖੂਬਸੂਰਤ ਗੱਲ ਹੋਵੇ ਵੀ ਉਹ ਔਰਤ ਆਪ ਕਹੇ, ਤਾਂ ਕਿੰਨੀ ਵੱਡੀ ਗੱਲ ਹੈ, ਕਿੰਨੀ ਜਾਗਰੂਕਤਾ ਵਾਲੀ ਗੱਲ ਹੈ। ਇੱਕ ਸੁੱਖੀ ਜੀ ਇੱਥੇ ਹੋਰ ਗੱਲ ਸੋਚਣ ਦੀ ਲੋੜ ਹੈ, ਜੇ ਕਿਸੇ ਪਿੰਡ ਦੀ ਸਰਪੰਚਣੀ ਹੋਵੇ ਤੇ ਸਰਪੰਚਣੀ ਆਪ ਲੀਡ ਕਰੇ ਤਾਂ ਉਸ ਪਿੰਡ ਦੀਆਂ ਜਿਹੜੀਆਂ ਔਰਤਾਂ ਨੇ ਉਹ ਵੱਡੇ ਪੱਧਰ ਦੇ ਉੱਤੇ ਜਾਗਰੂਕ ਹੋਣਗੀਆਂ, ਕਿਉਂਕਿ ਉਹਨਾਂ ਦੇ ਸਾਹਮਣੇ ਇੱਕ ਓਬਜੈਕਟ ਦੇ ਤੌਰ ਦੇ ਉੱਤੇ ਉਹ ਔਰਤ ਕੰਮ ਕਰੇਗੀ। ਜਦੋਂ ਉਹ ਔਰਤ ਇੱਕ ਆਈਡੀਅਲ ਔਰਤ ਦੇ ਤੌਰ ਦੇ ਉੱਤੇ ਸਰਪੰਚਣੀ ਬਣ ਕੇ ਤੁਰੇਗੀ, ਉਹਦੇ ਮਗਰ ਬਹੁਤ ਸਾਰੀਆਂ ਨਵੀਆਂ ਜਿਹੜੀਆਂ ਔਰਤਾਂ ਨੇਗੀਆਂ ਜਿਹੜੀਆਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਉਹ ਚਿਣਗ ਅੱਗੇ ਲੱਗਣ ਵਾਲੀ ਜਾਗਦੀ ਸੀ ਚਿੰਗਾਰੀ, ਉਹ ਭਾਂਬੜ ਬਣ ਕੇ ਜ਼ਰੂਰ ਅੱਗੇ ਆਵੇਗੀ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਇਸ ਗੱਲ ਦਾ ਫਰਕ ਪਵੇਗਾ। ਮੈਂ ਸਰਪੰਚਾਂ ਨੂੰ, ਪੰਚਾਂ ਨੂੰ, ਸਾਰਿਆਂ ਨੂੰ ਬੇਨਤੀ ਕਰਦਾ ਵੀ ਕਿਰਪਾ ਕਰਕੇ, ਅੱਜ ਅਸੀਂ ਕਹਿੰਦੇ ਨਾ ਵੀ ਗੱਡੀ ਦੇ ਦੋ ਪਹੀਏ ਜੇਕਰ ਬਰਾਬਰ ਨਾ ਚੱਲਣ ਤਾਂ ਸਾਡਾ ਸਮਾਜ ਤਰੱਕੀ ਨਹੀਂ ਕਰ ਸਕਦਾ। ਕੀ ਗੱਲ, ਇਹ ਇਕੱਲੀਆਂ ਗੱਲਾਂ ਕਹਿਣ ਵਾਸਤੇ ਹੀ ਨੇਗੀਆਂ, ਇਹਨਾਂ ਨੂੰ ਪ੍ਰੈਕਟੀਕਲ ਤੌਰ ਦੇ ਉੱਤੇ ਲਾਗੂ ਕਰੋ। ਤੁਹਾਡੇ ਜ਼ਿਹਨ ਦੇ ਵਿੱਚ ਹੈਗਾ ਤੁਸੀਂ ਕਰ ਸਕਦੇ ਹੋਗੇ, ਜੇ ਉੱਥੇ 10 ਕੁਰਸੀਆਂ ਲਾਈਆਂ ਨੇ ਤੇ ਨਾਲ 5 ਕੁਰਸੀਆਂ ਹੋਰ ਲੱਗ ਸਕਦੀਆਂ ਨੇਗੀਆਂ, ਉਹਨਾਂ ਨੂੰ ਦਿਓ ਨੁਮਾਇੰਦਗੀ, ਆਉਣ ਦਾ ਮੌਕਾ ਦਿਓ। ਤੇ ਮੈਨੂੰ ਨਾ ਕਈ ਵਾਰੀ ਦੁੱਖ ਵੀ ਆਉਂਦਾ ਇਸ ਗੱਲ ਦਾ, ਕੀ ਦੁੱਖ ਆਉਂਦਾ ਕਿ ਇਹ ਗੱਲ ਕਹਿੰਦੇ ਨੇ ਸਕੂਲ ਦੇ ਵਿੱਚ ਮੀਟਿੰਗ ਹੈ, ਪੰਚਾਇਤ ਘਰ ਦੇ ਵਿੱਚ ਮੀਟਿੰਗ ਹੈ, ਵੀ ਉੱਥੇ ਔਰਤ ਨੇ ਕੀ ਕਰਨ ਜਾਣਾ ਹੈ, ਇਹ ਦੁੱਖ ਦੀ ਘੜੀ ਹੈ। ਜੇਕਰ ਸਕੂਲ ਦੇ ਵਿੱਚ ਮੀਟਿੰਗ ਹੈ ਉੱਥੇ ਸਰਪੰਚ ਨੇ ਨਹੀਂ ਜਾਂਦੀ, ਇਹ ਤਾਂ ਗੱਲ ਯਾਦ ਆ ਗਈ ਹੈ ਜਦੋਂ ਵੋਟਾਂ ਸੀਗੀਆਂ ਸਰਬਸੰਮਤੀ ਹੋ ਗਈ ਮੈਂਬਰੀ ਤੇ ਜੀ, ਆਪਣੇ ਮਿੱਤਰ ਵੱਲੋਂ ਫੋਟੋ ਪਾਈ ਗਈ ਜੀ, ਸਾਰੇ ਹਾਰ ਕਿਹਦੇ,
ਉਹਦੇ ਘਰ ਵਾਲੇ ਦੇ ਪਾਏ ਹੋਏ ਜੀ ਦੇਖੋ ਕਿੱਡਾ ਮੈਂਬਰ ਦੀ ਕੌਣ ਬਣੀ ਹੋਈ ਮੈਂਬਰ ਔਰਤ ਹੈ ਸਾਰੇ ਹਾਰ ਕਿਹਦੇ ਪਾਏ ਹੋਏ ਨੇ ਘਰ ਵਾਲੇ ਦੇ ਉਹਨੇ ਫੋਟੋ ਪਾਈ ਥੱਲੇ ਲੋਕ ਕਮੈਂਟ ਕਰੀ ਜਾਣਾ ਕਹਿੰਦੇ ਮੈਂਬਰ ਕੌਣ ਹੈ ਤੇ ਬੇਇਨਸਾਫੀ ਨਹੀਂ ਹੈ ਇਹ ਸਭ ਤੋਂ ਵੱਡੀ ਬੇਇਨਸਾਫੀ ਹੈ ਤੇ ਜੇ ਤੁਸੀਂ ਨਾ ਉਹਦੇ ਅੰਦਰ ਵੜ ਕੇ ਦੇਖੋ ਉਸ ਔਰਤ ਦੇ ਤਾਂ ਉਹਦੇ ਵਿੱਚੋਂ ਤੁਹਾਨੂੰ ਫੇਰ ਪਤਾ ਲੱਗੇਗਾ ਵੀ ਕਿੰਨੀ ਰਿਜੈਂਟਮੈਂਟ ਉਸ ਔਰਤ ਦੇ ਮਨ ਦੇ ਵਿੱਚ ਹੋਵੇਗੀ ਵੀ ਜਿਸ ਦੇ ਨਾਂ ਦੇ ਉੱਤੇ ਉਹ ਬੰਦਾ ਨੇ ਚੋਣਾਂ ਲੜੀਆਂ ਤੇ ਹੁਣ ਹਾਰ ਵੀ ਨਹੀਂ ਘੱਟੋ ਘੱਟ ਉਹ ਹਾਰ ਵੀ ਨਹੀਂ ਉਸ ਨੂੰ ਨਸੀਬ ਹੋਏਗੇ ਤੇ ਦੁੱਖ ਦੀ ਗੱਲ ਸੋਚਣ ਦੀ ਲੋੜ ਹੈ ਕਿਤੇ ਨਾ ਕਿਤੇ ਸਾਨੂੰ ਇਸ ਮਾਮਲੇ ਦੇ ਵਿੱਚ ਤਾਂ ਜਿਹਨਾਂ ਲੋਕਾਂ ਨੇ ਨਾ ਹਾਰ ਪਾਏ ਨੇ ਇਹਦਾ ਮਤਲਬ ਉਹ ਜਿਹਨਾਂ ਲੋਕਾਂ ਨੇ ਹਾਰ ਪਾਏ ਨੇ ਉਹਨਾਂ ਦੇ ਮਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਗੱਲ ਮਰਦ ਪ੍ਰਧਾਨ ਸਮਾਜ ਵਾਲੀ ਕਿਤੇ ਨਾ ਕਿਤੇ ਉਹ ਵੱਡੇ ਪੱਧਰ ਦੇ ਉੱਤੇ ਪੈਦਾ ਹੋਈ ਹੋਈ ਹੈਗੀ ਅੱਜ ਔਰਤਾਂ ਦਾ ਸਤਿਕਾਰ ਕਰਨ ਦੀ ਜ਼ਰੂਰਤ ਹੈਗੀ ਬਾਬੇ ਨਾਨਕ ਨੇ ਵੀ ਸੋ ਕਿਉਂ ਮੰਦਾ ਆਖੀ ਹੈ ਜਿੱਤ ਜੰਮੇ ਰਾਜਾਨ ਵੀ ਪੈਰ ਦੀ ਜੁੱਤੀ ਨਹੀਂ ਸਮਝਣਾ ਇਸ ਨੂੰ ਅੱਗੇ ਤੱਕ ਲੈ ਕੇ ਜਾਣਾ ਹੈ ਅਤੇ ਇਸ ਕਰਕੇ ਮੈਂ ਸਮਝਦਾ ਵੀ ਜੇ ਅਸੀਂ ਸਹੀ ਮਾਇਨੇ ਵਿੱਚ ਸਮਾਜ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ ਤਾਂ ਪਿੰਡਾਂ ਤੋਂ ਜੇਕਰ ਇਹ ਕੰਮ ਸ਼ੁਰੂ ਕੀਤਾ ਜਾਵੇ ਤਾਂ ਮੈਂ ਸਮਝਦਾ ਵੀ ਇੱਕ ਐਗਜ਼ਾਮਪਲ ਬਣ ਸਕਦੀ ਹੈ ਜੀ ਜੀ ਕੁਛ ਪਿੰਡ ਇਸ ਗੱਲ ਦੀ ਪਹਿਲ ਕਰਨ ਜੀ ਜੀ ਜਿਹੜੇ ਪਿੰਡ ਇਸ ਗੱਲ ਦੀ ਪਹਿਲ ਕਰਨਗੇ ਮੈਂ ਸਰਕਾਰਾਂ ਨੂੰ ਵੀ ਅਪੀਲ ਕਰਦਾ ਕਿ ਸਰਕਾਰਾਂ ਇਸ ਮਾਮਲੇ ਦੇ ਵਿੱਚ ਵੱਡੇ ਪੱਧਰ 'ਤੇ ਦੇਖਣ ਜਿਹੜੇ ਪਿੰਡਾਂ ਦੇ ਵਿੱਚ ਪੰਚਣੀਆਂ ਅਤੇ ਸਰਪੰਚਣੀਆਂ ਅੱਗੇ ਲਾ ਕੇ ਕੰਮ ਕਰਨਗੀਆਂ ਉਹਨਾਂ ਪਿੰਡਾਂ ਨੂੰ ਵੱਡੇ ਪੱਧਰ ਦੇ ਉੱਤੇ ਕੁਛ ਨਾ ਕੁਛ ਦੇਣ ਦੀ ਜ਼ਰੂਰਤ ਹੈਗੀ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈਗੀ ਸਰਪੰਚ ਸਰਕਾਰੀ ਦਰਬਾਰੇ ਪਹੁੰਚ ਕੇ ਬਣਾਵੇ ਆਮ ਤੌਰ 'ਤੇ ਤਾਂ ਸਰਪੰਚ ਕਈ ਵਾਰ ਹੋਰ ਹੁੰਦਾ ਉਹ ਪਿੰਡ ਦਾ ਕੋਈ ਅਜਿਹਾ ਬੰਦਾ ਨਾਲ ਜੁੜਿਆ ਹੁੰਦਾ ਜਿਹੜਾ ਆਪ ਜਾ ਗੱਲ ਕਰਦਾ ਨਹੀਂ ਸਰਪੰਚ ਦਾ ਐਂ ਬੈਠਾ ਹੁੰਦਾ ਮਗਰ ਪਿੱਛੇ ਖੜਾ ਹੁੰਦਾ ਇਕੱਲਾ ਜਾਂਦਾ ਨਹੀਂ ਸਰਕਾਰੀ ਦੇ ਬਾਰੇ ਉਹ ਕਿਵੇਂ ਜਾਈ ਯਾਰ ਅਸਲ 'ਚ ਸੁਖੀ ਜੀ ਇਹ ਜਿਹੜਾ ਮਸਲਾ ਹੈ ਦੇਖੋ ਜਦੋਂ ਕੋਈ ਸਰਪੰਚ ਵਿਅਕਤੀ ਨੂੰ ਕੋਈ ਹੋਰ ਬੰਦਾ ਚਲਾਉਂਦਾ ਸਾਡੇ ਪਿੰਡਾਂ 'ਚ ਨਾ ਇਹ ਹੁੰਦਾ ਕਈ ਕੜੰਮ ਚੌਧਰੀ ਕਹਿੰਦੇ ਹੁੰਦੇ ਨੇ ਉਹਨਾਂ ਨੂੰ ਸ਼ਬਦ ਵਰਤਦੇ ਨੇ ਕੜੰਮ ਚੌਧਰੀ ਵੀ ਸਰਪੰਚ ਨੂੰ ਚਲਾਉਂਦੇ ਨੇ ਮੈਂ ਇਹ ਕਹਿਣਾ ਹੁੰਦਾ ਵੀ ਜਦੋਂ ਨਵੇਂ ਪੰਚ ਸਰਪੰਚ ਬਣਦੇ ਨੇ ਉਦੋਂ ਨਾ ਉਹਨਾਂ ਨੂੰ ਇਹੋ ਜਿਹੇ ਕੜੰਮ ਚੌਧਰੀਆਂ ਤੋਂ ਉਂਗਲ ਲਾਉਣ ਵਾਲਿਆਂ ਤੋਂ ਵੱਡੇ ਪੱਧਰ 'ਤੇ ਬਚਣ ਦੀ ਜ਼ਰੂਰਤ ਹੈਗੀ ਕਿਉਂਕਿ ਉਂਗਲਾਂ ਲਾਉਣ ਵਾਲੇ ਉਹਨਾਂ ਨੂੰ 5 ਦੇ 5 ਸਾਲ ਉਂਗਲਾਂ 'ਤੇ ਨਚਾਉਣ ਦੇ ਲਈ ਵੀ ਤਿਆਰ ਬਰ ਤਿਆਰ ਬੈਠੇ ਨੇ ਉਂਗਲ ਲਾ ਕੇ ਆਪਣਾ ਕੰਮ ਕਢਾਉਣ ਲਈ ਵੀ ਤਿਆਰ ਬੈਠੇ ਨੇ ਉਂਗਲ ਲਾ ਕੇ ਲੜਾਉਣ ਲਈ ਵੀ ਤਿਆਰ ਬੈਠੇ ਨੇ ਐਤਕੀ ਤਾਂ ਬਹੁਤ ਮਸ਼ਹੂਰ ਹੋਈ ਆ ਉਂਗਲ ਐਤਕੀ ਤਾਂ ਹਾਂਜੀ ਹਾਂਜੀ ਅਤੇ ਇਸ ਕਰਕੇ ਹੁਣ ਸਰਕਾਰੀ ਦਰਬਾਰੇ ਜਦੋਂ ਇੱਕ ਸਰਪੰਚ ਚੁਣਿਆ ਗਿਆ ਲੋਕਾਂ ਨੇ ਚੁਣ ਲਿਆ ਉਹਦੇ ਵਿੱਚ ਜੇ ਇੰਨਾ ਵੀ ਕੌਨਫੀਡੈਂਸ ਨਹੀਂ ਹੈਗਾ ਵੀ ਆਪਣੇ BDPO ਨਾਲ ਉਹ ਜਾ ਕੇ ਗੱਲ ਕਰੇ ADC ਡਿਵੈਲਪਮੈਂਟ ਨਾਲ ਜਾ ਕੇ ਗੱਲ ਕਰੇ ਜਾਂ ਡਿਪਟੀ ਕਮਿਸ਼ਨਰ ਨਾਲ ਗੱਲ ਕਰੇ ਤਾਂ ਇਹਦਾ ਮਤਲਬ ਫਿਰ ਤਾਂ ਅਸਲ ਦੇ ਵਿੱਚੋਂ ਸਰਪੰਚ ਨਹੀਂ ਪਿੱਛੇ ਰਿਹਾ ਅਸਲ ਦੇ ਵਿੱਚੋਂ ਪੂਰਾ ਪਿੰਡ ਪਿੱਛੇ ਰਹਿ ਜੂਗਾ ਤਾਂ ਮੈਂ ਇਹ ਸੋਚਦਾ ਵੀ ਉਹ ਪਿੰਡ ਵਾਲਿਆਂ ਨੇ ਜਿਹੜੇ ਸਰਪੰਚ ਨੂੰ ਚੁਣਿਆ ਉਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈਗੀ ਤਾਂ ਸਰਕਾਰੀ ਦਰਬਾਰੇ ਜਦੋਂ ਕੋਈ ਫੰਡ ਲੈਣਾ ਪਹੁੰਚ ਬਣਾਉਣੀ ਹੈ ਇਸ ਲਈ ਸੁਖੀ ਜੀ ਸਭ ਤੋਂ ਖੂਬਸੂਰਤ ਤਰੀਕਾ ਇੱਕ ਤੁਹਾਨੂੰ ਮੈਂ ਕਈ ਵਾਰ ਇਹ ਸੋਚਦਾ ਵੀ ਜੇ ਪਿੰਡ ਦਾ ਸਰਪੰਚ ਆਪ ਵੀ ਕਮਜ਼ੋਰ ਹੈ ਕੁਛ ਕਾਰਨ ਹੋ ਸਕਦੇ ਨੇ ਕਮਜ਼ੋਰ ਦੇ ਆਪਣੀ ਪੂਰੀ ਦੀ ਪੂਰੀ ਗ੍ਰਾਮ ਸਭਾ ਦੇ ਵਿੱਚ ਬੈਠ ਕੇ ਪੰਚਾਂ ਨੂੰ ਨਾਲ ਲੈ ਕੇ ਲੰਬੀ ਪਲੈਨਿੰਗ ਬਣਾਵੇ ਕਿਹੜੇ ਕਿਹੜੇ ਪ੍ਰੋਜੈਕਟ ਨੇ ਕੀਤੇ ਜਾਣੇ ਬਣਦੇ ਨੇਗੇ ਪ੍ਰੋਜੈਕਟ ਕਿਹੜੇ ਕੀਤੇ ਜਾਣੇ ਉੱਥੇ ਬਿਜਲੀ ਦਾ ਕੀ ਪ੍ਰਬੰਧ ਹੈ ਕਿ ਉੱਥੇ ਬਿਜਲੀ ਘਰ ਤਾਂ ਨਹੀਂ ਬਣਾਉਣ ਦੀ ਜ਼ਰੂਰਤ ਹੈਗੀ ਗ੍ਰਿੱਡ ਜਿਸ ਨੂੰ ਅਸੀਂ ਕਹਿੰਦੇ ਹਾਂਗੇ ਹੋ ਸਕਦੀ ਹੈ ਜ਼ਰੂਰਤ ਇਸ ਚੀਜ਼ ਦੀ ਜੇਕਰ ਬਿਜਲੀ ਦਾ ਪੂਰਾ ਪ੍ਰਬੰਧ ਨਹੀਂ ਹੈਗਾ ਟਰਾਂਸਪੋਰਟੇਸ਼ਨ ਦੇ ਲਈ ਕੋਈ ਪ੍ਰਬੰਧ ਨਹੀਂ ਹੈਗਾ ਗਾ ਤਾਂ ਉਹਨਾਂ ਨੂੰ ਕੁਛ ਨਾ ਕੁਛ ਉੱਥੇ ਕਰਨ ਦੀ ਜ਼ਰੂਰਤ ਹੈਗੀ ਅਤੇ ਇਸੇ ਤਰ੍ਹਾਂ ਹੀ
ਜਿਹੜੀਆਂ ਸੜਕਾਂ ਨੇ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚੋਂ ਆਉਂਦੀਆਂ ਨੇਗੀਆਂ, ਸ਼ਹਿਰ ਤੋਂ ਆਉਂਦੀਆਂ ਨੇਗੀਆਂ, ਉਹਦੇ ਹਾਲਾਤ ਕਿਹੋ ਜਿਹੇ ਨੇਗੇ? ਉਸ ਮਾਮਲੇ ਦੇ ਵਿੱਚ ਵੱਡੇ ਪੱਧਰ ਤੇ ਕੰਮ ਕਰਨ ਦੀ ਜ਼ਰੂਰਤ ਹੈਗੀ ਹੈਗੀ। ਇਹ ਜਿਹੜੀ ਪਹੁੰਚ ਹੈ, ਜਿੰਨੀ ਦੇਰ ਤੱਕ ਉਹ ਪਲੈਨਿੰਗ ਬਣਾ ਕੇ ਆਪਣੀ ਪਲੈਨਿੰਗ ਨੂੰ ADC ਕੋਲੇ, BDPO ਕੋਲੇ ਖੂਬਸੂਰਤ ਪਲੈਨਿੰਗ ਬਣਾਈ ਹੋਵੇ, ਨਾਲ ਬਜਟ ਲਾਇਆ ਹੋਇਆ ਹੋਵੇ, ਤੇ ਉਹ ਜਾ ਕੇ ਲੈ ਕੇ ਦੇਵੇਗਾ, ਤਾਂ ਉੱਥੇ BDPO ਕਿਸੇ ਵੀ ਕੀਮਤ ਦੇ ਉੱਤੇ, ADC ਡਿਵੈਲਪਮੈਂਟ ਕਿਸੇ ਵੀ ਕੀਮਤ ਦੇ ਉੱਤੇ ਉਹਨਾਂ ਨੂੰ ਰਿਫਿਊਜ਼ ਨਹੀਂ ਕਰ ਸਕਦੇ। ਪਰ ਸਾਡੇ ਕੀ ਦੁਖਾਂਤ ਹੈਗਾ? ਸਾਡੇ ਦੁਖਾਂਤ ਇਹ ਹੈ ਕਿ ਜਿਹੜੇ ਪੰਚ ਸਰਪੰਚ ਨੇ, ਚਾਹੇ ਚਲਾਕ ਵੀ ਨੇ ਚਾਹੇ ਪੜ੍ਹੇ ਲਿਖੇ ਵੀ ਨੇ, ਉਹ ਜਵਾਨੀ ਗੱਲਾਂ ਕਰਦੇ ਨੇ। ਜਦੋਂ ਤੁਸੀਂ ਨੇ ਇੱਕ ADC ਦੇ ਕੋਲੇ 5 ਸਾਲ ਦੀ 10 ਸਾਲ ਦੀਆਂ ਪਲੈਨਿੰਗਾਂ ਦਾ ਅੱਡੋ ਅੱਡੀ ਚਿੱਠਾ ਰੱਖਿਆ ਹੋਊਗਾ ਅਤੇ ਆਪਣੀ ਗੱਲ ਨੂੰ ਤੁਸੀਂ ਪ੍ਰੈਜੈਂਟ ਕਰ ਦਿਓਗੇ, ਤਾਂ ਉੱਥੇ ਕਿਸੇ ਵੀ ਕੀਮਤ ਦੇ ਉੱਤੇ ਜਿਹੜਾ ADC ਹੈਗਾ ਜਾਂ BDPO ਹੈ ਉਹ ਰਿਫਿਊਜ਼ ਨਹੀਂ ਕਰ ਸਕਦਾ ਗਾ। ਪਰ ਜਵਾਨੀ ਗੁਲਾਮੀ ਗੱਲਾਂ ਨਾਲ ਨਹੀਂ। ਇੱਕ ਵਾਰੀ ਤੁਸੀਂ ਅਪੀਲ ਕੀਤੀ, ਤੁਹਾਡੀ ਜਿਹੜੀ ਅਰਜ਼ੀ ਹੈ ਉੱਥੇ ਸਰਕਾਰੀ ਦਰਬਾਰੇ ਪਹੁੰਚੀ ਹੈਗੀ, ਕਿਹੜੀ ਡੇਟ ਨੂੰ ਪਹੁੰਚੀ ਹੈਗੀ, ਉਹ ਪੈਂਡਿੰਗ ਪਈ ਹੈ। ਜਦੋਂ ਸਰਕਾਰੀ ਦਰਬਾਰੇ ਉਹਨਾਂ ਨੇ ਆਪਣੀਆਂ ਪੂਰੀ ਪ੍ਰੋਜੈਕਟ ਨੂੰ ਬਣਾ ਕੇ ਨਾਲ ਐਪਲੀਕੇਸ਼ਨ ਲਗਾਈ ਹੋਈ ਹੈ, ਤਾਂ ਇਟ ਮੀਨਸ ਉਹ ਜਿਹੜੀਆਂ ਪੈਂਡਿੰਗ ਹੋ ਗਈਆਂ ਉਹਨਾਂ ਕੋਲ ਐਪਲੀਕੇਸ਼ਨਸ। ਜਿੰਨੀ ਦੇਰ ਤੱਕ ਉਹ ਐਪਲੀਕੇਸ਼ਨਾਂ ਪੈਂਡਿੰਗ ਨੂੰ ਸੌਰਟ ਆਊਟ ਨਹੀਂ ਕਰਦੇ, ਉਨੀ ਦੇਰ ਤੱਕ ਉਹ ਅੱਗੇ ਨਹੀਂ ਚੱਲ ਸਕਦੇ। ਅਤੇ ਤੁਹਾਡਾ ਜਿਹੜਾ ਦਾਅਵਾ ਹੈਗਾ ਗਾ ਇੱਕ ਸਰਪੰਚ ਦਾ ਜਾਂ ਪੰਚਾਇਤ ਦਾ, ਉਹ BDPO ਕੋਲ ਉਨੀ ਦੇਰ ਤੱਕ ਉਹ ਬੋਲਦਾ ਰਹੇਗਾ। ਪਰ ਬਸ਼ਰਤ ਤੁਹਾਡੀ ਪਲੈਨਿੰਗ ਵਧੀਆ ਬਣੀ ਹੋਣੀ ਚਾਹੀਦੀ ਹੈ, ਕਿ ਸਹੀ ਬਣੀ ਹੋਣੀ ਚਾਹੀਦੀ ਹੈਗੀ। ਕੋਈ ਸਰਪੰਚ ਅਰਜ਼ੀ ਦਿਆ ਆ ਜੀ, ਉਹਦੇ ਬੈਚ ਨੰਬਰ, ਕੋਈ ਰਸੀਦ ਨੰਬਰ, ਉਹ ਤਾਂ ਲੱਗਦਾ ਹੋਊਗਾ ਵੀ ਐਪਲੀਕੇਸ਼ਨ ਆਈ ਹੈ, ਉਹ ਸਰਪੰਚ ਕੋਲ ਉਹਨੂੰ ਲੈਣਾ ਚਾਹੀਦਾ ਨੋਟਿਸ ਵੀ ਹਾਂ ਰਿਸੀਵਿੰਗ ਹੋਈ ਹੈ ਸਾਡੀ। ਦੁਖੀ ਇਸੇ ਗੱਲ ਦਾ ਸੁਖੀ ਜੀ, ਵੀ ਜਿਹੜੇ ਸਾਡੇ ਸਰਪੰਚ ਤੇ ਪੰਚ ਨੇ ਉਹ BDPO ਕੋਲੋਂ ਪਤਾ ਨਹੀਂ ਕਿਉਂ ਝਿਪਦੇ ਰਹਿੰਦੇ ਨੇ, ਡਰਦੇ ਰਹਿੰਦੇ ਨੇ। ਇੱਕ ਤਾਂ ਸਾਡਾ ਰਾਜਨੀਤਿਕ ਢਾਂਚਾ ਇਹੋ ਜਿਹਾ ਬਣਾਇਆ ਹੋਇਆਗਾ, ਉੱਥੇ ਕਿਹਾ ਜਾਂਦਾ ਵੀ ਜੇਕਰ ਅਫਸਰ ਦੇ ਨਾਲ ਤਾਲਮੇਲ ਪ੍ਰੋਪਰ ਰੱਖਾਂਗੇ ਤਾਂ ਜਾ ਕੇ ਗ੍ਰਾਂਟ ਮਿਲੇਗੀ। ਉਹਦਾ ਜਿਹੜਾ ਤਾਲਮੇਲ ਹੈਗਾ ਉਸੇ ਤੋਂ ਹੀ ਉਹ ਝਿਪਣਾ ਮੰਨਦੇ ਨੇਗੇ, ਜਦੋਂ ਕਿ ਤਾਲਮੇਲ ਦਾ ਮਤਲਬ ਝਿਪਣਾ ਨਹੀਂ ਹੈ, ਤਾਲਮੇਲ ਦਾ ਮਤਲਬ ਗੱਲ ਕਰਨਾ ਨਹੀਂ ਹੈ, ਤਾਲਮੇਲ ਦਾ ਮਤਲਬ ਹੈਗਾ ਪੂਰਾ ਪ੍ਰੋਜੈਕਟ ਬਣਾ ਕੇ ਉਹਦੀ ਐਪਲੀਕੇਸ਼ਨ ਦੇਣਾ, ਨਾਲ ਤੁਸੀਂ ਰਸੀਟ ਲੈਟਰ ਲੈ ਕੇ ਆਓ, ਰਸੀਟ ਨੰਬਰ ਜੇਕਰ ਤੁਸੀਂ ਲੈ ਕੇ ਆਏ ਹੋਏ ਹੋ ਬਕਾਇਦਾ ਤੌਰ ਦੇ ਉੱਤੇ, ਤਾਂ ਸਾਰਾ ਕੁਝ ਤੁਹਾਡਾ ਕੰਮ ਸਹੀ ਹੈ। ਹਾਂ, ਕਦੇ ਵੀ ਬਲਾਈਂਡ ਫੇਥ ਨਹੀਂ ਕਰਨਾ ਚਾਹੀਦਾ ਸਰਪੰਚ ਨੂੰ, ਨਾ ਆਪਣੇ ਪੰਚਾਇਤ ਮੈਂਬਰ ਦੇ ਉੱਤੇ, ਨਾ ਆਪਣੇ ਪੰਚਾਇਤ ਸੈਕਟਰੀ ਦੇ ਉੱਤੇ, ਕਿਉਂ ਤਾਲਮੇਲ ਰੱਖਣਾ ਬਹੁਤ ਜ਼ਰੂਰੀ ਹੈ। ਪਰ ਉਹਨਾਂ ਦਾ ਇੱਕ ਵਰਕਰ ਹੈ ਜਿਹਨੇ ਅਕਾਊਂਟ ਮੇਨਟੇਨ ਕਰਨਾ ਹੈ। ਪਰ ਇਹ ਨਹੀਂ ਗਾ, ਸਾਡੇ ਬਹੁਤ ਸਾਰੇ ਜਿਹੜੇ ਸਰਪੰਚ ਨੇ, ਮੈਨੂੰ ਨਾ ਇੱਕ ਹਾਸੇ ਵਾਲੀ ਗੱਲ ਮੈਂ ਤੁਹਾਡੇ ਕੋਲ ਕਰੀ ਦਿੰਦਾ ਹੁਣ, ਮੈਨੂੰ ਯਾਦ ਆ ਜਾਏਗੀ। ਇੱਕ ਪੰਚਾਇਤ ਸੈਕਟਰੀ ਸੀ, ਹੁਣ ਤਾਂ ਉਹ ਰਿਟਾਇਰ ਹੋ ਗਏ। ਉਹਨੇ ਇੱਕ ਖੂਬਸੂਰਤ ਗੱਲ ਸੁਣਾਈ ਮੈਨੂੰ, ਇਹ ਹੈ ਪੁਰਾਣੀ ਗੱਲ, ਅੱਜ ਵੀ ਮੈਨੂੰ ਉਵੇਂ ਜਿਵੇਂ ਲੱਗਦੀ ਹੈ ਵੀ ਯਾਰ ਕਿਆ ਬਾਤ ਹੈ, ਕਿੰਨੇ ਚਲਾਕ ਬੰਦੇ ਹੁੰਦੇ ਨੇਗੇ। ਉਹ ਕਹਿੰਦਾ ਜੀ ਮੈਂ 34 ਸਾਲ ਤੱਕ 35 ਸਾਲ ਤੱਕ ਜੋਬ ਕੀਤੀ। ਮਾਂ ਠੀਕ ਹੈ। ਤੇ ਕਹਿੰਦਾ ਮੇਰੇ ਟਾਈਮ ਦੇ ਦੌਰਾਨ 7 ਪੰਚਾਇਤਾਂ ਆਈਆਂ। ਤੇ ਮੈਂ ਕਹਿੰਦਾ ਵੀ ਜਦੋਂ ਕੋਈ ਸਰਪੰਚ ਚੁਣਿਆ ਜਾਂਦਾ, ਪੰਚਾਇਤ ਚੁਣੀ ਗਈ, ਸਰਪੰਚ ਚੁਣਿਆ ਗਿਆ, ਮੈਂ ਸਰਪੰਚ ਦੇ ਘਰੇ ਗੇੜਾ ਮਾਰਦਾ ਵੀ ਉਹਦੇ ਘਰੇ ਫਰਿੱਜ ਨਹੀਂ ਹੈਗਾ, ਉਹਦੇ ਘਰੇ ਸੋਫਾ ਨਹੀਂ ਹੈਗਾ, ਉਹਦੇ ਘਰੇ ਫਲਾਣੀ ਚੀਜ਼ ਨਹੀਂ। ਮੈਂ ਕਹਿੰਦਾ ਵੀ ਉਸੇ ਦਿਨ ਹੀ ਮੈਂ ਗੱਡੀ 'ਚੋਂ ਲਦਾ ਕੇ ਅਤੇ ਉਹਦੇ ਘਰੇ ਮੈਂ ਫਰਿੱਜ ਅਤੇ ਉਹਦੇ ਘਰੇ ਮੈਂ ਸੋਫਾ ਅਤੇ ਉਹਦੇ ਘਰੇ ਮੈਂ ਹੋਰ ਨਿੱਕ ਸੁੱਕ ਜਿਹੜਾ ਕੁਛ ਵੀ ਮਾਈਕ੍ਰੋਵੇਵ ਤੱਕ ਵੀ ਕਹਿੰਦਾ ਮੈਂ ਰੱਖਿਆ ਹੁੰਦਾ। ਪੁਰਾਣੇ ਜ਼ਮਾਨੇ 'ਚ ਕਹਿੰਦਾ ਕੂਲਰ ਕਾਲਰ ਹੁੰਦਾ, ਕੋਈ ਬੈੱਡ ਬੁੱਡ ਹੁੰਦਾ। ਤਾਂ ਫਿਰ ਕਹਿੰਦਾ 5 ਸਾਲ ਸਰਪੰਚ ਦੀ ਜ਼ਰੂਰਤ ਨਹੀਂ ਹੁੰਦੀ ਸੀ ਵੀ ਮੇਰੇ ਸਾਹਮਣੇ ਬੋਲ ਜਾਂਦਾ। ਇੱਕ ਗੱਲ ਹੋਰ ਵੀ ਸਾਹਮਣੇ ਆਈ ਹੈ, ਕੱਲ੍ਹ ਕਿਸੇ ਵੀਡੀਓ ਵਾਇਰਲ ਹੋਈ, ਸਾਬਕਾ ਸਰਪੰਚ ਸ਼ਾਇਦ ਬੋਲ ਰਿਹਾ ਸੀ ਕੋਈ, ਉਹ ਕਹਿੰਦਾ ਜਦੋਂ ਨਵਾਂ ਨਵਾਂ ਸਰਪੰਚ ਬਣਦਾ ਉਹਨੂੰ 6 ਮਹੀਨੇ ਪੂਰੀ ਖੁੱਲ੍ਹ ਦਿੱਤੀ ਜਾਂਦੀ ਕੰਮ ਕਰਨ ਦੀ। ਉਹ 6 ਮਹੀਨੇ ਕੰਮ ਕਰਦਾ, ਉਹ ਉੱਧਰ ਕੰਮ ਛੇੜ ਲਿਆ, ਉੱਧਰ ਕੰਮ ਛੇੜ ਲਿਆ, ਉੱਧਰ ਕੰਮ, ਉਹ ਕੰਮ ਕਰਦੇ ਕਰਦੇ ਕੁਝ ਗਲਤੀਆਂ ਹੁੰਦੀਆਂ ਨੇ ਜਾਂ ਹੋ ਜਾਂਦੀਆਂ ਨੇ, ਹੈ ਨਾ।
ਤਾਂ ਫਿਰ ਕਹਿੰਦਾ 6 ਮਹੀਨਿਆਂ ਬਾਅਦ ਅਫਸਰ ਸਾਹੀ ਚੈੱਕ ਕਰਨ ਆਉਂਦੀ ਹੈ, ਉਹਦੀਆਂ ਗਲਤੀਆਂ ਕੱਢ ਕੇ ਫਿਰ ਉਹ 'ਤੇ ਪ੍ਰੈਸ਼ਰ ਪਾਇਆ ਜਾਂਦਾ, ਫਿਰ ਉਹ ਮਜਬੂਰ ਹੁੰਦਾ ਵੀ ਯਾਰ ਇਹ ਤਾਂ ਬਹੁਤ ਗਲਤ ਕੰਮ ਕਰਤਾ, ਇਹ ਕਿਵੇਂ ਮਾਪਦੰਡ ਪੂਰਾ ਕਰਾਂਗੇ ਯਾਰ। ਇਹੋ ਜਿਹਾ ਉਹਦੇ ਦਿਮਾਗ ਦੇ ਉੱਤੇ ਅਸਰ ਪਾ ਦਿੱਤਾ ਜਾਂਦਾ, ਫਿਰ ਸਰਪੰਚ ਨੂੰ ਉਹ ਕਲਾਮੇ 'ਚ ਲੈ ਜਾਂਦਾ। ਇਸ ਗੱਲ ਪ੍ਰਤੀ ਜ਼ਰੂਰ ਇਹ ਚੇਤਰ ਕਰੋ ਇਹਨਾਂ ਨੂੰ। ਸੁੱਖੀ ਜੀ, ਗੱਲ ਇਸ ਤਰ੍ਹਾਂ ਹੈ ਵੀ ਇਹ ਗੱਲ ਤੁਹਾਡੀ ਸਹੀ ਹੈ, ਜਿਹੜੇ ਛਾਤਰ ਦਿਮਾਗ ਸਰਕਾਰੀ ਤੰਤਰ ਦੇ ਵਿੱਚ ਲੋਕ ਵਿਚਰਦੇ ਨੇ ਉਹ ਇਸ ਤਰ੍ਹਾਂ ਦੀ ਸਟਰੈਟਜੀ ਬੋਲਦੇ ਅਸੀਂ ਉਸਨੂੰ ਪੈਂਤੜਾ, ਉਹ ਪੈਂਤੜਾ ਅਪਣਾਉਂਦੇ ਨੇ। ਪਰ ਮੈਂ ਇਹ ਕਹਿੰਦਾ ਵੀ ਜਦੋਂ ਸਰਪੰਚ ਆਪਣੇ ਪੰਚਾਇਤ ਮੈਂਬਰਾਂ ਦੇ ਨਾਲ ਪੂਰੀ ਤਰ੍ਹਾਂ ਤਾਲਮੇਲ ਰੱਖ ਕੇ ਚੱਲਦਾ, ਇੱਕ ਪ੍ਰਬੰਧਕ ਦੇ ਤੌਰ ਦੇ ਉੱਤੇ ਉਹਨਾਂ ਦੀਆਂ ਵੱਖ ਵੱਖ ਜ਼ਿੰਮੇਵਾਰੀਆਂ ਲਾ ਕੇ ਚੱਲਦਾ ਅਤੇ ਇੱਕ ਪਲੈਨਿੰਗ ਬਣਾ ਕੇ ਚੱਲਦਾ, ਤਾਂ ਉਸ ਸਮੇਂ ਇਮਾਨਦਾਰੀ ਨਾਲ ਕੰਮ ਕਰਦਾ, ਤਾਂ ਉਸ ਸਮੇਂ ਕਿਸੇ ਵੀ ਕੀਮਤ ਦੇ ਉੱਤੇ ਇਸ ਤਰ੍ਹਾਂ ਦੀ ਗਲਤੀਆਂ, ਇਸ ਤਰ੍ਹਾਂ ਦੀ ਉਹ ਉਲਝਣਬਾਜ਼ੀ ਨਹੀਂ ਹੁੰਦੀ, ਕਦੇ ਕਿਸੇ ਕੀਮਤ 'ਤੇ ਨਹੀਂ ਹੁੰਦੀ। ਕਿਉਂ? ਕਾਰਨ ਕੀ ਹੈ ਕਿ ਜਦੋਂ ਕੋਈ ਛਾਤਰ ਦਿਮਾਗ ਜਿਹੜੇ ਸਰਕਾਰੀ ਤੰਤਰ ਵਾਲੇ ਬੰਦੇ ਨੇ ਉਹ ਇਸ ਤਰ੍ਹਾਂ ਦਾ ਕੁਛ ਕਰਨ ਦੀ ਕੋਸ਼ਿਸ਼ ਵੀ ਕਰਨਗੇ, ਗਲਤੀਆਂ ਨੇ ਹੋ ਜਾਂਦੀਆਂ ਨੇ, ਉਹਨਾਂ ਗਲਤੀਆਂ ਨੂੰ ਕਿਤੇ ਨਾ ਕਿਤੇ, ਕਿਉਂਕਿ ਹਾਲੇ ਕਿਹੜਾ ਪ੍ਰੋਜੈਕਟ ਪੂਰੇ ਹੋਏ ਨੇ, ਉਹਨਾਂ ਨੂੰ ਦਰੁਸਤ ਵੀ ਕਰ ਲਿਆ ਜਾਂਦਾ ਹੈਗਾ। ਹਾਂ, ਜੇ ਮਨ 'ਚ ਬੇਈਮਾਨੀ ਹੈ, ਜੇ ਮੰਨ ਲਓ ਸਰਪੰਚ ਨੂੰ ਕਾਣਾ ਹੀ ਕਰ ਦਿੱਤਾ ਗਿਆ ਹੈਗਾ, ਉਹਨੂੰ ਕਿਸੇ ਨਾ ਕਿਸੇ ਉਹਦੇ ਅੱਖ 'ਚ ਡੱਕਾ ਹੀ ਮਾਰ ਦਿੱਤਾ ਗਿਆ ਹੈਗਾ, ਹੁਣ ਜੇ ਉਸਨੇ ਅੱਖ 'ਚ ਡੱਕਾ ਮਰਵਾ ਲਿਆ ਹੈਂਜੀ, ਅਤੇ ਫਿਰ ਤਾਂ ਉਹ ਕਿਸੇ ਕੀਮਤ 'ਤੇ ਬੋਲ ਨਹੀਂ ਸਕਦਾ ਹੈਗਾ। ਪਰ ਜਿਹੜੇ ਇਮਾਨਦਾਰ ਨੇ ਉਹਨਾਂ ਨੂੰ ਸੁੱਖ 'ਚ ਦਿੱਕਤ ਨਹੀਂ ਆਉਂਦੀ ਗੀ, ਪਲੈਨਿੰਗ ਨਾਲ ਚੱਲਣ ਵਾਲਿਆਂ ਨੂੰ ਅਤੇ ਕੰਮ ਵੰਡ ਕੇ ਕੰਮ ਕਰਾਉਣ ਵਾਲਿਆਂ ਨੂੰ ਵੀ ਕਿਸੇ ਕੀਮਤ 'ਤੇ ਕੋਈ ਦਿੱਕਤ ਨਹੀਂ ਆਉਂਦੀ ਗੀ ਇਸ ਮਾਮਲੇ ਵਿੱਚ। ਸਰਪੰਚ ਨੂੰ ਤਾਂ ਚੇਤੰਨ ਹੋ ਕੇ, ਜਾਗਰੂਕ ਹੋ ਕੇ, ਇਮਾਨਦਾਰੀ ਨਾਲ ਕੰਮ ਕਰਨਾ ਹੀ ਪਵੇਗਾ। ਬੇਸ਼ੱਕ ਹਰ ਸਰਪੰਚ ਪਿੰਡ ਦੀਆਂ ਬੁਨਿਆਦੀ ਲੋੜਾਂ ਦੇ ਲਈ ਗਲੀਆਂ ਨਾਲੀਆਂ ਅਜਿਹੇ ਕੰਮ ਕਰਦਾ, ਪਰ ਤੁਹਾਡੀ ਨਜ਼ਰ ਦੇ ਵਿੱਚ ਕਿਹੜੇ ਹੋਰ ਕੰਮ, ਜਿਵੇਂ ਤੁਸੀਂ ਪਹਿਲਾਂ ਲਾਇਬ੍ਰੇਰੀ ਦੀ ਗੱਲ ਕੀਤੀ ਹੈ, ਗਰਾਊਂਡ ਦੀ ਗੱਲ ਕੀਤੀ ਹੈ, ਨਸ਼ਿਆਂ ਦੇ ਮੁੱਦੇ ਗੱਲ ਕੀਤੀ ਹੈ, ਹੋਰ ਕਿਹੜੇ ਕੰਮ ਨੇ ਜਿਹੜੇ ਇਹਨਾਂ ਧਿਆਨ ਹਿੱਤ ਲਿਆਉਣ ਦੀ ਲੋੜ ਹੈ? ਸੁਖੀ ਜੀ, ਬਹੁਤ ਕੰਮ ਨੇ। ਬੇਸ਼ੱਕ ਨਾ PRI ਸਿਸਟਮ ਨੇ 26 ਕੰਮ ਨੇ ਜਿਹੜੇ ਇਹਨਾਂ ਨੂੰ ਅਧਿਕਾਰਿਤ ਕੀਤਾ ਗਾ, ਟੋਟਲ ਮੈਂ ਜਦੋਂ ਪੜ੍ਹ ਰਿਹਾ ਸੀ 26, ਉਹਨਾਂ ਦੇ ਵਿੱਚੋਂ ਮੈਂ ਪੂਰੀ ਲਿਸਟ ਤਾਂ ਨਹੀਂ ਤੁਹਾਡੇ ਕੋਲ ਗੱਲ ਕਰੂੰਗਾ। ਮੈਂ ਜਿਵੇਂ ਆਪਾਂ ਨੇ ਆਮ ਤੌਰ ਦੇ ਉੱਤੇ ਜਿਹੜੇ ਸਰਪੰਚ ਚੁਣੇ ਜਾਂਦੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਨਾ ਇੱਕ ਨਕਸ਼ਾ ਹੁੰਦਾ ਹੈ ਵੀ ਸਾਡੀ ਕੀ ਜ਼ਿੰਮੇਵਾਰੀ ਹੈ। ਸਾਡੀ ਜ਼ਿੰਮੇਵਾਰੀ ਹੈਗੀ ਹੈ ਵੀ ਗੰਦੇ ਪਾਣੀ ਦਾ ਨਿਕਾਸੀ ਦਾ ਕੰਮ ਕਰਨਾ, ਗਲੀਆਂ ਦੇ ਵਿੱਚ ਲੋਕਿੰਗ ਟੈਲਾਂ ਲਾਉਣਾ, ਅਤੇ ਜਾਂ ਕੋਈ ਲਾਈਟਾਂ ਦਾ ਪ੍ਰਬੰਧ ਕਰਨਾ, ਜਾਂ ਪਿੰਡ ਦੇ ਵਿੱਚ ਜਿਹੜਾ ਵਾਟਰ ਵਰਕਸ ਹੈਗਾ ਉਹਦਾ ਕੰਮ ਸਹੀ ਕਰਾਉਣਾ। ਤਾਂ ਇੱਥੋਂ ਤੱਕ ਹੀ ਸੀਮਿਤ ਨਹੀਂ ਹੈ ਗੱਲ ਇਹ, ਬਾਕੀ ਆਪਾਂ ਨਸ਼ੇ ਦੇ ਮਾਮਲੇ 'ਤੇ ਗੱਲ ਕਰ ਲਈ, ਖੇਡ ਗਰਾਊਂਡ ਦੀ ਗੱਲ ਕਰ ਲਈ, ਹੈ ਨਾ, ਅਤੇ ਇਸ ਮਾਮਲੇ 'ਚ ਨਾ ਬਾਹਰ ਨਿਕਲ ਕੇ ਕਿਤੇ ਨਾ ਕਿਤੇ ਸੋਚਣ ਦੀ ਜ਼ਰੂਰਤ ਹੈ। ਪਿੰਡ ਦੇ ਵਿੱਚ ਜਿਹੜੇ ਬਸ਼ਿੰਦੇ ਨੇ ਉਹ ਸਾਰੇ ਧਰਮਾਂ ਫਿਰਕਾਂ ਦੇ ਕੰਮ ਧੰਦਿਆਂ ਵਾਲੇ ਲੋਕ ਰਹਿੰਦੇ ਨੇ ਉਸ ਪਿੰਡ ਦੇ ਵਿੱਚ। ਜੇਕਰ ਕਿਸੇ ਬੈਂਕ ਦੀ ਬ੍ਰਾਂਚ ਨਹੀਂ ਹੈ, ਜੇ ਉਹਦੇ ਪਿੰਡ ਦੇ ਲੋਕਾਂ ਨੂੰ ਪੈਸੇ ਦੇ ਲੈਣ ਦੇਣ ਦੇ ਲਈ, ਖਾਤੇ ਖੁਲਾਉਣ ਦੇ ਲਈ ਬਾਹਰ ਜਾਣਾ ਪੈਂਦਾ, ਤਾਂ ਉਸ ਦੀ ਪ੍ਰਾਇਓਰਟੀ ਦੇ ਆਧਾਰ ਦੇ ਉੱਤੇ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈਗੀ ਵੀ ਉਹ ਕਿਸੇ ਨਾ ਕਿਸੇ ਢੰਗ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਵੀ ਬੈਂਕ ਦੀ ਕੋਈ ਬ੍ਰਾਂਚ ਉੱਥੇ ਖੁਲਵਾਵੇ। ਜੇ ਸਰਕਾਰੀ ਬੈਂਕ ਦੀ ਖੁੱਲ੍ਹ ਜੇ ਉਹ ਜਲਦੀ ਈਜ਼ੀ ਹੋ ਜਾਂਦਾ ਕੰਮ, ਅਤੇ ਉਸ ਦੇ ਲਈ ਉਹ ਨੰਬਰ 1 'ਤੇ ਤਰੱਦਦ ਕਰੇ, ਇਸ ਮਾਮਲੇ ਵਿੱਚ ਜ਼ਰੂਰਤ ਹੋਣੀ ਚਾਹੀਦੀ ਹੈਗੀ। ਇੱਕ ਪਿੰਡ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਹੈਗੀ ਇਹਦੇ ਬਹੁਤ ਵੱਡੇ ਮਸਲੇ ਪੈਦਾ ਹੁੰਦੇ ਨੇਗੇ ਜੀ, ਨਿੱਕੀਆਂ ਨਿੱਕੀਆਂ ਗੱਲਾਂ ਕਰਕੇ, ਧਰਮਾਂ ਦੇ ਕਰਕੇ, ਜਾਤਾਂ ਪਾਤਾਂ ਦੇ ਕਰਕੇ ਸਾਡੇ ਪਿੰਡਾਂ ਦੇ ਵਿੱਚ ਲੋਕ ਇੱਕ ਦੂਜੇ ਦੇ ਨਾਲ ਨਿੱਕੀਆਂ ਮੋਟੀਆਂ ਲੜਾਈਆਂ ਝਗੜਿਆਂ ਦੇ ਵਿੱਚ ਪੈ ਜਾਂਦੇ ਨੇ ਜੀ। ਤਾਂ ਮੈਂ ਨਾ ਇੱਕ ਪਿੰਡ ਦੇ ਸਰਪੰਚ ਤੋਂ ਗੱਲ ਸੁਣੀ, ਮੈਨੂੰ ਬਹੁਤ ਵਧੀਆ ਲੱਗੀ ਗੱਲ। ਉਹਨੂੰ ਕਿਸੇ ਨੇ ਦੋ ਧਿਰਾਂ ਦਾ ਝਗੜਾ ਹੋ ਗਿਆ, ਦੋ ਧਿਰਾਂ ਦਾ ਝਗੜਾ ਹੋਇਆ
ਤੇ ਉਹਨਾਂ ਦੇ ਵਿੱਚੋਂ ਇੱਕ ਧਿਰ ਨੇ ਕਿਹਾ, ਜਿਨ੍ਹਾਂ ਨਾਲ ਉਹਦੀ ਜਾਣ ਪਛਾਣ ਸੀ, ਵੀ ਤੁਸੀਂ ਐਂ ਕਰੋ ਥਾਣੇ 'ਚ ਆ ਜਾਓ, ਚੌਂਕੀ 'ਚ ਆ ਜਾਓ, ਉੱਥੇ ਬੈਠ ਕੇ ਆਪਾਂ ਉਹਨਾਂ ਨੂੰ ਬੁਲਾਇਆ ਅਤੇ ਆਪਾਂ ਉੱਥੇ ਬੈਠ ਕੇ ਗੱਲਬਾਤ ਕਰਦੇ ਹਾਂ। ਅਤੇ ਮੈਨੂੰ ਜਦੋਂ ਨਾ ਸਰਪੰਚ ਨੇ ਇਹ ਗੱਲ ਕਹੀ, ਮੈਨੂੰ ਬਹੁਤ ਆਨੰਦ ਆਇਆ, ਰੀਅਲੀ ਬਹੁਤ ਆਨੰਦ ਆਇਆ। ਉਹਨੇ ਕਿਹਾ, ਕਹਿੰਦਾ ਵੀ ਲੜਾਈ ਝਗੜੇ ਦੇ ਮਸਲਿਆਂ ਨੂੰ ਅਸੀਂ ਚੌਂਕੀ 'ਚ ਬੈਠ ਕੇ ਨਹੀਂ ਨਜਿੱਠਦੇ, ਅਸੀਂ ਆਪਣੇ ਘਰੇ ਜਾਂ ਪੰਚਾਇਤ ਘਰ 'ਚ ਬੈਠ ਕੇ ਨਜਿੱਠਾਂਗੇ, ਕਿਉਂਕਿ ਸਾਡੇ ਮਨ ਦੇ ਵਿੱਚ ਤਾਂ ਇਹ ਨਕਸ਼ਾ ਹੈ ਵੀ ਅਸੀਂ ਇੱਕ ਵੀ ਲੜਾਈ ਝਗੜੇ ਦਾ ਕੇਸ ਪੁਲਿਸ ਕੋਲ ਜਾਣ ਹੀ ਨਹੀਂ ਦੇਣਾ। ਅਤੇ ਉਹ ਸਰਪੰਚ ਜਿਸ ਦਾ ਕੋਈ ਵੀ ਲੜਾਈ ਝਗੜੇ ਦਾ ਕੇਸ ਪੁਲਿਸ ਦਰਬਾਰੇ ਨਹੀਂ ਗਿਆ ਗਾ, ਪੁਲਿਸ ਪ੍ਰਸ਼ਾਸਨ ਕੋਲ ਨਹੀਂ ਗਿਆ ਗਾ, ਮੈਂ ਉਸਨੂੰ 10 ਵਿੱਚੋਂ 10 ਨੰਬਰ ਦੇਊਂਗਾ 5 ਸਾਲਾਂ ਦੇ ਦੌਰਾਨ। ਪਰ ਇਹ 10 ਵਿੱਚੋਂ 10 ਨੰਬਰ ਲੈਣੇ ਇਸ ਕੰਮ ਦੇ ਲਈ ਬਹੁਤ ਫਰਾਕ ਦਿਲੀ ਨਾਲ ਕੰਮ ਕਰਨਾ ਪਵੇਗਾ। ਪੰਚਾਇਤ ਘਰ ਜੇਕਰ ਵੈਸੇ ਤਾਂ ਪਿੰਡਾਂ ਦੇ ਵਿੱਚ ਬਣ ਗਏ ਨੇ, ਪਰ ਪੰਚਾਇਤ ਘਰ ਮਹਿਜ ਇੱਕ ਕਮਰੇ ਨੂੰ ਜਾਂ ਦੋ ਕਮਰਿਆਂ ਨੂੰ ਪੰਚਾਇਤ ਘਰ ਨਹੀਂ ਕਿਹਾ ਜਾਂਦਾ। ਪੰਚਾਇਤ ਘਰ ਇੱਕ ਪਿੰਡ ਦੀ ਇੱਕ ਉਹ ਪੁਆਇੰਟ ਹੁੰਦਾ ਹੈ ਜਿਸ ਪੁਆਇੰਟ ਦੇ ਉੱਤੇ ਜਦੋਂ ਅਸੀਂ ਅੰਦਰ ਵੜੀਏ ਉੱਥੇ ਇਸ ਤਰ੍ਹਾਂ ਦੀ ਚੌਗਿਰਦਾ ਹੋਵੇ, ਇਸ ਤਰ੍ਹਾਂ ਦਾ ਉੱਥੇ ਵਾਤਾਵਰਨ ਸਿਰਜਿਆ ਹੋਇਆ ਹੋਵੇ ਤਾਂ ਕਿ ਉੱਥੇ ਪਤਾ ਲੱਗੇ, ਜੀ ਲੱਗੇ, ਉੱਥੇ ਜਿਹੜੇ ਕੋਈ ਬੰਦੇ ਆਏ ਨੇ ਕੰਮ ਕਾਰ ਵਾਸਤੇ, ਉੱਥੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਨਿੱਕਾ ਮੋਟਾ ਸੈਮੀਨਾਰ ਹਾਲ ਜਿੱਥੇ ਕਿ 10 ਬੰਦੇ, 20 ਬੰਦੇ, 100 ਬੰਦੇ ਬੈਠ ਕੇ ਕੋਈ ਨਾ ਕੋਈ ਗੱਲਬਾਤ ਕਰ ਸਕਣ, ਉੱਥੇ ਕੋਈ ਨਾ ਕੋਈ ਸੋਸ਼ਲ ਮੀਡੀਆ ਨਾਲ ਸੰਬੰਧਿਤ ਵੀ ਕੋਈ ਨਾ ਕੋਈ ਸੈਟਅਪ ਉੱਥੇ ਇਸ ਤਰ੍ਹਾਂ ਦਾ ਤਿਆਰ ਹੋਵੇ ਤਾਂ ਕਿ ਉਸੇ ਰਾਹੀਂ ਜਿਹੜੀ ਪਿੰਡ ਦਾ ਚੰਗਾ ਕੰਮ ਕੀਤਾ ਹੋਇਆਗਾ ਉਸ ਨੂੰ ਦੂਜੇ ਲੋਕਾਂ ਤੱਕ ਕਿਵੇਂ ਨਾ ਕਿਵੇਂ ਕਰਕੇ ਲਿਜਾਣ ਦੇ ਲਈ ਕੁਛ ਨਾ ਕੁਛ ਕਰਨ ਦੀ ਕੋਸ਼ਿਸ਼ ਹੋਵੇ। ਅਤੇ ਪਿੰਡਾਂ ਦੇ ਵਿੱਚ ਠੀਕ ਹੈ, ਛੱਪੜਾਂ ਦੇ ਮਾਮਲੇ ਦੇ ਵਿੱਚ ਪਿਛਲੇ ਸਾਲਾਂ ਦੇ ਦੌਰਾਨ ਮਾਨਯੋਗ ਸੀਚੇ ਵਾਲਾ ਜਿਹੜਾ ਮਾਡਲ ਹੈਗਾ ਉਹ ਬਹੁਤ ਸਾਰੇ ਪਿੰਡਾਂ ਨੇ ਸਿਰਜਿਆ ਬਣਾਇਆ ਹੈਗਾ, ਉਹ ਵਧੀਆ ਚੀਜ਼ ਹੈਗੀ, ਉਸ ਰਾਹੀਂ ਕੀਤਾ ਜਾਣਾ ਚਾਹੀਦਾ ਹੈਗਾ। ਅੱਜ ਜਿਹੜੇ ਪੰਚ ਸਰਪੰਚ ਨੇ, ਮੈਂ ਨਾ ਇਹ ਗੱਲ ਕਹਿਣਾ ਹੁੰਦਾ ਆਮ ਤੌਰ 'ਤੇ, ਮੈਨੂੰ ਇਹ ਗੱਲ ਵਧੀਆ ਲੱਗਦੀ ਹੈ, ਮੈਂ ਕਹਿੰਦਾ ਸਰਪੰਚ ਨੂੰ, ਸਰਪੰਚ ਸਾਹਿਬ ਤੁਸੀਂ ਐਂ ਗਿਣੋ ਭਲਾ ਵੀ ਪਿਛਲੇ 4-5 ਸਪੈਲ ਦੇ ਦੌਰਾਨ ਜਿਹੜੇ ਸਰਪੰਚ ਆਪਣੀ ਸਰਪੰਚੀ ਕਰਕੇ ਗਏ ਨੇ ਵੀ ਉਹ 5 ਸਾਲਾਂ ਦੇ ਦੌਰਾਨ ਆਪਣਾ ਇੱਕ ਕੰਮ ਗੜਿਆ ਵੀ ਆਹ ਕੰਮ ਹੈ ਮੇਰਾ ਸਭ ਤੋਂ ਟੌਪ ਦਾ ਜਿਹੜਾ ਰਹਿੰਦੀ ਦੁਨੀਆ ਤੱਕ ਲੋਕ ਯਾਦ ਰੱਖਣਗੇ। ਮੈਂ ਕਹਿੰਦਾ ਤੁਸੀਂ ਕੋਈ ਇਹੋ ਜਿਹਾ ਕੰਮ ਕਰੋ, ਇੱਕ ਕਰ ਦਿਉ, ਦੋ ਕਰ ਦਿਉ ਵੀ ਤਾਂ ਕਿ ਲੋਕ, ਮੈਂ ਕਿਸੇ ਪਿੰਡ ਦੀ ਗੱਲ ਤੁਹਾਨੂੰ ਦੱਸਦਾਗਾ, ਮੈਂ ਉੱਥੋਂ ਦੀ ਗੱਲ ਸੁਣੀ, ਮੈਂ ਜਦੋਂ ਪਿੰਡ ਦੇ ਵਿੱਚ ਗਿਆ ਉੱਥੇ ਬੈਠੇ ਗੱਲਾਂ ਬਾਤਾਂ ਚੱਲ ਪਈਆਂ, ਉਹ ਕਹਿੰਦੇ ਜੀ ਸਾਡੇ ਅੱਜ ਤੋਂ 15 ਸਾਲ ਪਹਿਲਾਂ ਇੱਕ ਸਰਪੰਚ ਆਇਆ ਸੀ, ਉਹਦੇ ਬਾਰੇ 'ਚ ਆਹ ਗੱਲ ਮਸ਼ਹੂਰ ਹੈ ਵੀ ਉਸਨੇ 5 ਦੇ 5 ਸਾਲ ਪਿੰਡ ਦੇ ਵਿੱਚੋਂ ਮਿਸਤਰੀ ਨਹੀਂ ਹਟਾਇਆ। ਮਾ ਵੀ ਠੀਕ ਹੈ, ਓਕੇ। ਕਹਿੰਦੇ ਜੀ ਅਗਲਾ ਸਰਪੰਚ ਆਇਆ, ਉਸਨੇ ਸਾਡੇ ਪਿੰਡ ਦੇ ਵਿੱਚ ਗ੍ਰਿਡ ਬਣਵਾਤਾ, ਸਾਡੇ ਬਿਜਲੀ ਦੀ ਸਮੱਸਿਆ ਹੱਲ ਹੋ ਗਈ, ਉਸ ਬੰਦੇ ਦਾ ਇਹ ਸਭ ਤੋਂ ਟੌਪ ਦਾ ਕੰਮ ਹੈਗਾ। ਮਾ ਵੀ ਤੀਜਾ, ਤੀਜੇ ਨੇ ਕਹਿੰਦੇ ਜੀ ਪਿੰਡ ਦੇ ਨਾਲ ਇੱਕ ਟੋਭਾ ਹੁੰਦਾ ਸੀ, ਛੱਪੜ ਹੁੰਦਾ ਸੀ, ਉਹ ਛੱਪੜ ਭਰ ਕੇ ਉਸਨੇ ਉੱਥੇ ਸਟੇਡੀਅਮ ਬਣਾਤਾ, ਗਰਾਊਂਡ ਬਣਾ ਦਿੱਤਾ ਗਿਆ, ਉਹਦਾ ਕਹਿੰਦੇ ਟੌਪ ਦਾ ਕੰਮ ਹੈ। ਅਤੇ ਹੁਣ ਬੈਠੇ ਸੀ ਉੱਥੇ ਅਗਲੇ ਸਰਪੰਚ, ਮਹਾਂ ਜੀ ਤੁਸੀਂ ਕੋਈ ਇਹੋ ਜਿਹਾ ਕੋਈ ਸਿਰਜਣਾਤਮਕ ਕੰਮ ਕਰਿਓ ਜਿਸ ਨੂੰ ਕਿ ਲੋਕ ਆਏ ਕਹਿਣ, ਜਿਵੇਂ ਹੁੱਬ ਕੇ ਬਾਕੀ ਸਰਪੰਚਾਂ ਦੇ ਬਾਰੇ ਵਿੱਚ ਲੋਕ ਕਹਿੰਦੇ ਨੇਗੇ। ਮੈਂ ਉਹਨਾਂ ਨੂੰ ਜਦੋਂ ਇਹ ਗੱਲ ਕਹੀ ਤਾਂ ਨਾਲ ਦੀ ਨਾਲ ਸੁੱਖੀ ਜੀ ਉਹਨਾਂ ਦੇ ਦਿਮਾਗ ਦੇ ਵਿੱਚ ਚੱਲਣ ਲੱਗ ਪਿਆ ਵੀ ਹਾਂ ਇਹੋ ਜਿਹਾ ਕੋਈ ਨਾ ਕੋਈ ਕੰਮ ਕਿਹੜਾ ਲੱਭੀਏ, ਕਿਉਂਕਿ ਇਹੋ ਜਿਹਾ ਕੰਮ ਕਰੋ ਜਿਹੜਾ ਦੁਨੀਆ ਰਹਿੰਦੀ ਤੱਕ ਯਾਦ ਰਹੇ, ਕੰਮ ਕਰ ਸਕਦੇ ਹੋਵੋ। ਤਾਂ ਪਿੰਡਾਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਕੰਮ ਨੇ, ਟਰਾਂਸਪੋਰਟੇਸ਼ਨ ਦਾ ਕੰਮ ਹੈ, ਤੁਹਾਡੇ ਪਿੰਡ ਦੇ ਬੱਚੇ ਕਿਸੇ ਸਕੂਲ ਕਾਲਜ ਦੇ ਵਿੱਚ ਕਿਵੇਂ ਜਾਂਦੇ ਨੇ, ਉਹਨਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ, ਜਿਹੜੇ ਜਿਹੜੇ ਸਕੂਲ ਕਾਲਜ 'ਚ ਜਾਂਦੇ ਨੇ ਉੱਥੇ ਤੁਸੀਂ ਜਾ ਕੇ ਤਾਲਮੇਲ ਕਰੋ, ਕਦੇ ਨਾ ਕਦੇ 1 ਮਹੀਨੇ ਬਾਅਦ, 2 ਮਹੀਨੇ ਬਾਅਦ, 3 ਮਹੀਨੇ ਬਾਅਦ ਉੱਥੋਂ ਦੇ ਪ੍ਰਿੰਸੀਪਲ ਨੂੰ ਮਿਲੋ ਵੀ ਮੇਰੇ ਪਿੰਡ ਦੇ ਜਿਹੜੇ ਬੱਚੇ ਆਉਂਦੇ ਨੇ ਉਹਨਾਂ ਦੀ ਕੋਈ ਦਿੱਕਤ ਤਾਂ ਨਹੀਂ ਕਿਸੇ ਕਿਸਮ ਦੀ, ਕਿਉਂਕਿ ਉਹ ਤੁਹਾਡੇ ਬੱਚੇ ਨੇ, ਤੁਸੀਂ ਮਾਂ ਹੋ। ਤੇ ਜੇ ਤੁਸੀਂ ਉੱਥੇ ਜਾ ਕੇ ਉਹਨਾਂ ਦੇ ਪ੍ਰਿੰਸੀਪਲ ਦੇ ਨਾਲ, ITI ਦੇ ਵਿੱਚ ਪੜ੍ਹਦੇ ਨੇ ਉਹਨਾਂ ਦੇ ਪ੍ਰਿੰਸੀਪਲ ਨਾਲ ਜਾ ਕੇ ਤਾਲਮੇਲ ਕਰੋਗੇ,
ਮੈਂ ਗਰੰਟੀ ਦਿੰਦਾ ਵੀ ਤੁਹਾਨੂੰ ਉਹ ਘਰੇ ਬੈਠਿਆਂ ਨੂੰ ਆਉਣ ਵਾਲੇ ਆਈਂਦਾ ਸਮੇਂ ਦੇ ਵਿੱਚ ਉਹ ਫੀਡਬੈਕ ਵੀ ਦੇਣਗੇ ਤੇ ਤੁਹਾਡੀ ਉਹ ਗੱਲਬਾਤ ਜਦੋਂ ਕਦੇ ਸਰਕਾਰੀ ਦਰਬਾਰੇ ਕਿਸੇ ਪਾਸੇ ਕੋਈ ਨਾ ਕੋਈ ਬੈਠੇ ਹੋਏ ਹੋਣਗੇ ਤਾਂ ਉੱਥੇ ਉਹ ਤੁਹਾਡੀ ਗੱਲ ਵੀ ਬੜੇ ਹੁੱਬ ਕੇ ਕਰਨਗੇ ਤੇ ਕਹਿਣਗੇ ਵੀ ਹਾਂ ਯਾਰ ਉਹ ਜਾਗਰੂਕ ਸਰਪੰਚ ਹੈਗੇ ਨੇਗੇ। ਹੋਰ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਹੈਗੀਆਂ ਨੇਗੀਆਂ। ਤੁਸੀਂ ਸੁਣਿਆ ਦਰਸ਼ਨ ਸਿੰਘ ਬਰੇਟਾ ਜੀ ਨੂੰ, ਪਿੰਡਾਂ ਦੇ ਚੁਣੇ ਹੋਏ ਪੰਚੋ ਸਰਪੰਚੋ, ਬੇਸ਼ੱਕ ਤੁਹਾਡੇ ਜਿਹਨ ਅੰਦਰ ਬਹੁਤ ਸਾਰੀਆਂ ਗੱਲਾਂ ਹੋਣੀਆਂ ਵਿਕਾਸ ਨੂੰ ਲੈ ਕੇ, ਪਰ ਜਿਵੇਂ ਸਕੂਲਾਂ ਕਾਲਜਾਂ ਦੇ ਵਿੱਚ ਮਾਨਸਿਕ ਪੱਖੋਂ ਤਿਆਰ ਕਰਨ ਦੇ ਲਈ, ਵਿਦਿਆਰਥੀਆਂ ਨੂੰ ਤਿਆਰ ਕਰਨ ਦੇ ਲਈ ਅਧਿਆਪਕ ਉਪਰਾਲੇ ਕਰਦੇ ਨੇ, ਸਾਨੂੰ ਪਿੰਡ ਪੱਧਰ 'ਤੇ ਵੀ ਅਜਿਹੇ ਸੈਮੀਨਾਰ ਅਜਿਹਾ ਕੁਝ ਕਰਨਾ ਪਊਗਾ ਕਿ ਸਾਨੂੰ ਆਉਣ ਵਾਲੇ 5 ਸਾਲਾਂ ਬਾਅਦ ਘਰ ਘਰ ਸ਼ਰਾਬ ਭੇਜਣ ਦੀ ਲੋੜ ਨਾ ਪਵੇ, ਸਾਨੂੰ ਨਸ਼ਿਆਂ ਕਰਕੇ ਸਰਪੰਚੀਆਂ ਲੈਣ ਦੀ ਲੋੜ ਨਾ ਪਵੇ ਅਤੇ ਲੋਕ ਸਿੱਧਾ ਵੋਟ ਪਾਉਣ ਜਾਣ, ਅਜਿਹੇ ਪੋਲਿੰਗ ਸਿਸਟਮ ਕਰਕੇ ਮਹੀਨਾ ਡੇਢ ਮਹੀਨਾ ਪਿੰਡ ਦੇ ਵਿੱਚ ਅਜਿਹਾ ਮਾਹੌਲ ਸਿਰਜਿਆ ਜਾਣਾ, ਕਿਉਂਕਿ ਅਸੀਂ ਆਪਣੇ ਘਰੇ ਬੱਚੇ ਸਾਹਮਣੇ ਗਾਲ ਨਹੀਂ ਕੱਢਦੇ, ਉੱਚਾ ਨਹੀਂ ਬੋਲਦੇ, ਲੜਨ ਤੋਂ ਗੁਰੇਜ਼ ਕਰਦੇ ਹਾਂ। ਜਦੋਂ ਪਿੰਡ ਦਾ ਅਜਿਹਾ ਮਾਹੌਲ ਸਿਰਜਿਆ ਜਾਂਦਾ ਤਾਂ ਸੁਭਾਵਿਕ ਜਿਹੀ ਗੱਲ ਹੈ ਕਿ ਉਸ ਪਿੰਡ ਦੇ ਬਚਪਨ 'ਤੇ, ਉਸ ਪਿੰਡ ਦੀ ਜਵਾਨੀ 'ਤੇ, ਗਲੀਆਂ 'ਚ ਘੁੰਮਦੇ ਸ਼ਰਾਬ ਅਜਿਹਾ ਵਰਤਾਰਾ ਦੇਖ ਕੇ ਪ੍ਰਭਾਵ ਤਾਂ ਪੈਂਦਾ ਹੀ ਹੈ। ਉਹ ਬੱਚੇ ਸਾਡੇ ਤੁਹਾਡੇ ਸਾਰਿਆਂ ਦੇ ਨੇ, ਸਾਨੂੰ ਆਪਣੇ ਪਿੰਡ ਬਚਾਉਣੇ ਪੈਣਗੇ। ਚੰਗਾ ਲੱਗਿਆ ਤਾਂ ਇਸ ਵੀਡੀਓ ਨੂੰ ਹੋਰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਿਓ। ਬਹੁਤ ਜਲਦ ਮਿਲਾਂਗੇ ਜ਼ਿੰਦਗੀ ਦਾ ਮਾਸਟਰ ਦੇ ਨਾਲ।